ਅੱਜ ਅਸੀਂ ਐਨੀਮਲ ਦੇ ਵਿੱਚ ਇੱਕ ਧੂਏ ਦੇ ਸ਼ਾਟ ਨੂੰ ਰੋਕ ਰਹੇ ਜੋ ਆਈ ਥਿੰਕ ਨਜ਼ਰ ਅੰਦਾਜ਼ ਸੀ ਮੇਰੇ ਮਾਈਂਡ 'ਚ ਤੇ ਜਿਹਨੂੰ ਆਪਾਂ ਅੱਜ ਪੰਜਾਬ ਨੇ ਉਹਨੂੰ ਇੱਕ ਗੱਲ ਫੜ ਲਈ ਆ ਕਿ ਸਰਦਾਰਾਂ ਦੇ ਮੂਹਰੇ ਧੂਆਂ ਹਸਟਿਆ ਹ ਹਮ ਆਈ ਥਿੰਕ ਇੱਕ 3 ਸੈਕਿੰਡ ਸ਼ਾਟ ਉਹ ਸ਼ਾਟ ਅਗਰ ਟੈਕਨੀਕਲੀ ਤੁਸੀਂ ਤਾਂ ਟੈਕਨੀਕਲ ਬੰਦੇ ਹੋ ਨਾ ਟੈਕਨੀਕਲੀ ਸੋਚਿਆ ਜਾਏ ਤੇ ਉਹ ਕੋਈ ਸਿੱਖ ਦੇ ਉੱਤੇ ਧੂਆਂ ਨਹੀਂ ਸੁਟਿਆ ਗਿਆ ਸੀ ਮੈਂ ਸੋਚਦਾ ਸਿੱਖ ਨਹੀਂ ਭਾਜੀ ਮੈਂ ਸੋਚਦਾ ਕਿ ਆਮ ਇਨਸਾਨ ਦੇ ਉੱਤੇ ਵੀ ਤੁਸੀਂ ਧੂਆਂ ਸੁੱਟ ਸਕਦੇ ਹੋ ਸਾਹਮਣੇ ਆ ਕੇ ਇੱਕ ਕੁੜੀ ਬੜੀ ਫੇਮਸ ਹੋਈ ਆ ਭਾਜੀ ਇੱਧਰ ਹੁਣ ਸਿਆਣੇ ਵੀ ਵੱਡੇ ਨੇ ਭਾਬ ਪੰਜਾਬ ਜਾ ਕੇ ਮੈਂ ਬਗੜ ਗਿਆ ਸੀ ਪੰਜਾਬ ਜਾ ਕੇ ਮੈਂ ਪੰਜਾਬ ਵਰਗਾ ਬਣ ਗਿਆ ਸੀ ਪੰਜਾਬ ਚ ਐਕਚੁਅਲੀ ਥੋੜਾ ਜਿਹਾ ਬਈ ਮੁੰਡੇ ਗਰੂਮ ਨੇ ਬਟ ਸਿੱਖ ਗਰੂਮ ਨਹੀਂ ਨੇ ਹੁਣ ਉਹ ਵੀ ਹੋ ਗਏ ਨੇ ਹਾਂਜੀ ਹਾਂਜੀ ਤੱਕ ਤਾਂ ਪੰਜਾਬੀ ਇਹਨੂੰ ਪਹਿਲਾਂ ਨਾ ਥੋੜਾ ਥੋੜਾ ਵੀ ਇਹ ਕਮੇਡੀ ਲਈ ਨੇ ਇਹ ਬੱਲੇ ਬੱਲੇ ਕਰਦੇ ਨੇ ਬੱਲੇ ਕਰਦੇ ਬਈ ਉਹਦੇ ਲਈ ਨੇ ਬਟ ਬੋਲਣ ਵਾਲਾ ਨਹੀਂ ਸੀ ਕਿਉਂਕਿ ਪਤਾ ਕੀ ਆ ਸੀ ਰੀਲਸ ਵੀ ਦੇਖੀਦਾ ਇਹ ਛੋਟੀਆਂ ਪੱਗਾ ਬੰਦੇ ਨੇ ਇਹ ਇਹਨਾਂ ਦੀ ਪੰਜਾਬੀ ਠੇਠ ਪੰਜਾਬੀ ਨਹੀਂ ਹੈਗੀ ਯਾ ਮੈਨੂ ਇੱਕ ਕੁਐਸਚਨ ਆਏਗਾ ਮੇਰੇ ਮਾਈਂਡ ਚ ਆਪਣਾ ਪੰਜਾਬ ਹੈ ਬਹੁਤ ਵੱਡਾ ਹੈ ਨਾ ਤੇ ਉੱਥੇ ਹਰ 10 ਕਿਲੋਮੀਟਰ 'ਚ ਲੈਂਗੁਏਜ ਵੀ ਤਾਂ ਚੇਂਜ ਹੈ ਹੈ ਕਿ ਨਹੀਂ ਇਹ ਸੰਬੰਧ ਦੇ ਹੋ ਅਜੀ ਯੂ ਆਰ ਵੈਰੀ ਗਰੂਮਡ ਸਿੱਖ ਆਮ ਵੈਰੀ ਗਰੂਮਡ ਜਿ ਜਦਾਂ ਨਾ ਆਪਾਂ ਮੈਗਜ਼ੀਨਸ 'ਚ ਦੇਖਦੇ ਆ ਯਾ ਆਈ ਵਾਂਟ ਟੂ ਬੀ ਲਾਈਕ ਸਮਥਿੰਗ ਡਿਫਰੈਂਟ ਮੇਰੇ ਮਾਈਂਡ 'ਚ ਆ ਰਹੀ ਸੀਗਾ ਕਿ ਇੱਕ ਤਾਂ ਮੈਂ ਸਿੱਖਾਂ ਉਪਰ ਉਹਦੀ ਐਕਟਰ ਬਣਨਾ ਚਾਹੁੰਦਾ ਪ੍ਰੋਬਲਮ ਆ ਰਹੀ ਸੀ ਕੀ ਕਰਾਂ ਹਮ ਲਾਈਫ 'ਚ ਹੈ ਨਾ ਫਿਰ ਮੈਨੂੰ ਨਾ ਸ਼ੁਰੂ ਤੋਂ ਫੈਸ਼ਨ ਦਾ ਸ਼ੌਂਕ ਰਿਹਾ ਵਾ ਨਾਰਮਲੀ ਵੈਨ ਆਈ ਵਾਸ ਇਨ 12th ਕਲਾਸ ਮੈਂ ਫੈਸ਼ਨ ਮੈਂ ਜਦੋਂ ਟਿਊਸ਼ਨ ਜਾਂਦਾ ਹੁੰਦਾ ਸੀ ਮੈਂ ਫੈਸ਼ਨ ਕਰਦਾ ਹੁੰਦਾ ਸੀ ਸੋ ਮੈਨੂੰ ਸ਼ੁਰੂ ਤੋਂ ਆ ਰਿਹਾ ਇਸ ਪਾਸੇ ਫਿਰ ਮੈਂ ਮਾਡਲਿੰਗ ਕੀਤੀ ਫਿਰ ਐਕਟਿੰਗ ਕੀਤੀ ਪੰਜਾਬ ਜਾ ਕੇ ਮੈਂ ਬਿਗੜ ਗਿਆ ਸੀ ਪੰਜਾਬ ਜਾ ਕੇ ਮੈਂ ਪੰਜਾਬ ਵਰਗਾ ਬਣ ਗਿਆ ਸੀ ਪੰਜਾਬ ਚ ਐਕਸਲੀ ਥੋੜਾ ਜਿਹਾ ਵੀ ਮੁੰਡੇ ਗਰੂਮ ਨੇ ਬਟ ਸਿੱਖ ਗਰੂਮ ਨਹੀਂ ਨੇ ਹੁਣ ਉਹ ਵੀ ਹੋ ਗਏ ਨੇ ਹਾਂ ਜੀ ਹਾਂ ਹੱਦ ਤੱਕ ਹੋ ਗਏ ਨੇ ਹਾਂ ਹੁਣ ਮੈਂ ਦੇਖਿਆ ਮੈਂ ਜਦੋਂ ਕਰਦਾ ਸੀ ਉਦੋਂ ਨਹੀਂ ਸੀ ਗਰੂਮਡ ਉਦੋਂ ਸਿੱਖ ਬਹੁਤ ਘੱਟ ਸੀਗੇ ਇੰਡਸਟਰੀ ਦੇ ਵਿੱਚ ਫਿਲਮ ਪੰਜਾਬੀ एक्टिंग लाइन बहुत मुंडे काट सी यस 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 हां अगर आप नोटिस करिए तो आप पता लगदा हां बहुत काट सी वी होली होली दिलजीत पाजी एमई वर्क ठीक है दिलजीत पाजी जब आए बॉलीवुड ਦੇ ਵਿੱਚ ਉਸ ਤੋਂ ਬਾਅਦ ਕਹਿੰਦੇ ਨੇ ਬੂਮ ਹੋਇਆ ਪੰਜਾਬੀਆਂ ਦਾ देन ਜਦੋਂ ਮੈਂ ਕੋਡਿਸ਼ਨ ਆਉਂਦੇ ਸੀ ਆਈ ਵਾਂਟ ਕਹਿੰਦੇ ਆਈ ਵਾਂਟ ਟੂ ਲੁੱਕ ਲਾਈਕ ਅ ਦਿਲਜੀਤ ਦੋਸਾਂਚ ਤੋ ਉਹ ਦਿਲਜੀਤ ਪਾਜੀ ਨੇ ਮੈਨੂੰ ਲੱਗਦਾ ਉਹ ਬਾਲੀਵੁੱਡ 'ਚ ਕਹਿੰਦੇ ਨੇ ਪੱਗ ਦਾ ਜਿਹੜਾ ਲੈ ਕੇ ਆਏ ਨੇ ਉਹ ਲੈ ਕੇ ਆਏ ਸੀ ਨਹੀਂ ਹੁਣ ਤਾਂ ਰੁਤਬਾਈ ਚੇਂਜ ਹੋ ਗਿਆ ਕਿਉਂਕਿ ਹੁਣ ਬਾਲੀਵੁੱਡ ਵਿੱਚ ਵੀ ਆਪਾਂ ਦੇਖਦੇ ਆ ਰਹੇ ਆਂ ਰਾਣਾ ਰਣਵੀਰ ਬਾਜੀ ਸੀਗੇ ਪਹਿਲਾਂ ਉਹਨਾਂ ਦੀ ਮੂਵੀਜ਼ ਆਉਂਦੀਆਂ ਸੀਗੀਆਂ ਰਾਜਾ ਬਟੇ ਦਾ ਇੱਕ ਚਾਟਾ ਇੱਕ ਚਾਟਾ ਠੀਕ ਆ ਇਹ ਬਣਾਈ ਗਈ ਹੈ ਬਣਾ ਆ ਗਿਆ ਸੀ ਵੀ ਉਸ ਤੋਂ ਪਹਿਲਾਂ ਜੋਨੀ ਲਿਵਰ ਬਾਜੀ ਪਟਕਾ ਬਣ ਕੇ ਕਰਦੇ ਹੁੰਦੇ ਸੀ ਤਾਂ ਪੰਜਾਬੀਏ ਨੂੰ ਪਹਿਲਾਂ ਨਾ ਥੋੜਾ ਥੋੜਾ ਵੀ ਇਹ ਕੋਮੇਡੀ ਲਈ ਨੇ ਇਹ ਬੱਲੇ ਬੱਲੇ ਕਰਦੇ ਨੇ ਬੱਲੇ ਕਰਦੇ ਨੇ ਬਈ ਉਹਦੇ ਲਈ ਨੇ ਬਟ ਕੋਈ ਬੋਲਣ ਵਾਲਾ ਨਹੀਂ ਸੀ ਨਾ ਭਾਜੀ ਹਾਂ ਕੋਈ ਉਹਨੂੰ ਰੋਕਣ ਵਾਲਾ ਨਹੀਂ ਸੀਗਾ ਚਲੋ ਆਉਂਦੇ ਆਪਾਂ ਥੋੜੀ ਜਿਹੀ ਗੱਲਾਂ ਸ਼ੁਰੂ ਕਰ ਲਈਏ ਥੋੜੀ ਇੰਟਰੋਡਕਸ਼ਨ ਭਾਜੀ ਦੀ ਸਭ ਜਾਣਦੇ ਹੋ ਤੁਸੀਂ ਕੇਪੀ ਸਿੰਘ ਕਵਲਪ੍ਰੀਤ ਸਿੰਘ ਭਾਜੀ ਤੁਸੀਂ ਐਨੀਮਲ ਮੂਵੀ ਵਿੱਚ ਦੇਖੇ ਹੋਣੇ ਆ ਤੇ ਕਿਆ ਰਤਬਾ ਕਿਆ ਸਟਾਈਲ ਬਈ ਉਹ ਭਾਜੀ ਐਨੀਮਲ ਮੂਵੀ ਦਾ ਪਤਾ ਪਤਾ ਕਿਦੋਂ ਲੱਗਿਆ ਸੀ ਜਦੋਂ ਉਹ ਗਾਣਾ ਆ ਤੇ ਤੁਹਾਡੀ ਐਂਟਰੀ ਸਾਰਿਆਂ ਦੀ ਹੁੰਦੀ ਆ ਪੰਜਾਬੀਆਂ ਦੀ ਤਾਂ ਪਤਾ ਲੱਗਿਆ ਯਾਰ ਕਿਹੜੀ ਮੂਵੀ ਆਈ ਆ ਇਹ ਫਿਰ ਸਰਚ ਕੀਤੀ ਅਸੀਂ ਵੀ ਐਨੀਮਲ ਮੂਵੀ ਆ ਬਈ ਇਹ ਪੰਜਾਬੀ ਮੂਵੀ ਆ ਅੱਛਾ ਰਣਵੀਰ ਕਪੂਰ ਅੱਛਾ ਮੈਨੂੰ ਬਾਜੀ ਪਤਾ ਲੱਗਿਆ ਸੀ ਬਈ ਰਣਬੀਰ ਕਪੂਰ ਵੀ ਹੈਗਾ ਦੇ ਵਿੱਚ ਫਿਰ ਮੈਂ ਟ੍ਰੇਲਰ ਦੇਖਿਆ ਫਿਰ ਸਮਝ ਆਇਆ ਫਿਰ ਮੈਂ ਕਿਹਾ ਵੀ ਕੁਝ ਖਤਰਨਾਕ ਕੰਮ ਫਿਰ ਮੈਂ ਮੂਵੀ ਦੇਖੀ ਜਾ ਕੇ ਤੇ ਤੁਸੀਂ ਟ੍ਰੇਲਰ ਚ ਇੱਕ ਚੀਜ਼ ਦੇਖੀ ਹਮੇਸ਼ਾ ਕਿਦਾਂ ਹੁੰਦਾ ਕਿ ਹਮੇਸ਼ਾ ਹੀਰੋ ਨੂੰ ਰਿਪਰੈਜ਼ੈਂਟ ਕੀਤਾ ਜਾਂਦਾ ਉਹ ਇਵਨ ਇਨ ਪ੍ਰੀ ਟੀਜ਼ਰ ਹੈ ਨਾ ਆਫ ਕੋਰਸ ਇਵਨ ਮੈਂ ਆਈ ਮੈਨੂੰ ਲੱਗਦਾ ਕਿ ਬਈ ਬਾਲੀਵੁੱਡ ਨੇ ਪੰਜਾਬ ਚ ਵੀ ਅ ਹੀਰੋ ਨੂੰ ਪਹਿਲਾ ਜਿਹੜੋ ਵੀ ਪਹਿਲੀ ਕੋਈ ਚੀਜ਼ ਨਿਕਲਦੀ ਹੈ ਪ੍ਰੀ ਟੀਜ਼ਰ ਟੀਜ਼ਰ ਉਹਦੇ ਚ ਹੀਰੋ ਨੂੰ ਦਿਖਾਇਆ ਜਾਂਦਾ ਹੈ ਨਾ ਪਰ ਪਹਿਲੀ ਵਾਰ ਤਾਂ ਹੋਇਆ ਕਿ ਸਾਨੂੰ ਦਿਖਾਇਆ ਗਿਆ ਈਵਨ ਸਾਨੂੰ ਵੀ ਨਹੀਂ ਪਤਾ ਸੀ ਮਾਈਟ ਬੀ ਉਹਨਾਂ ਨੂੰ ਪੀਟੀਜ਼ਰ ਚ ਅਸੀਂ ਆ ਰਿਹਾ ਜਦੋਂ ਉਹ ਪੋਸਟ ਪ੍ਰੋਡਕਸ਼ਨ ਤੇ ਹੋਣਗੇ ਉਹਨੂੰ ਲੱਗੂਗਾ ਯਾਰ ਫਰੇਮ ਦੇਖੋ ਕਿੰਨੇ ਨਾ ਆਪਾਂ ਇਹਨਾਂ ਨੂੰ ਹਨਾ ਬਟ ਦੈਟਸ ਨਾਈਸ ਨਾ ਭਾਈ ਕਿ ਹਮੇਸ਼ਾ ਇੰਨਾ ਵੱਡਾ ਸਟਾਰ ਹੋ ਰਣਵੀਰ ਕਪੂਰ ਬੋਬੀ ਦੌਰ ਸਾਰੇ ਸੁਪਰਸਟਾਰਸ ਹੈਗੇ ਉਹਦੇ ਵਿੱਚ ਤੇ ਉਹਨਾਂ ਨੂੰ ਉਹ ਨਹੀਂ ਦਿਖਾਇਆ ਗਿਆ ਪ੍ਰੀਟੀਜ਼ਰ ਸਾਨੂੰ ਦਿਖਾਇਆ ਗਿਆ ਇਟ ਮੀਨਸ ਉਹਨਾਂ ਨੇ ਸਾਡੇ ਨਾਲ ਕਿਸੇ ਨਾਲ ਵੀ ਕਹਿੰਦੇ ਨਾ ਕੋਈ ਵਟ ਵਟ ਵੀ ਯੂ ਆਰ ਸੇਇੰਗ ਡਿਸਕ੍ਰਿਮੀਨੇਸ਼ਨ ਜਿੰਨੇ ਉਹ ਨਹੀਂ ਕੀਤਾ ਉਹਨਾਂ ਨੇ ਹੂੰ ਹੂੰ ਵੀ ਉਹਨਾਂ ਨੇ ਲਾਈਕ ਇਦਾਂ ਨਹੀਂ ਕੀਤਾ ਵੀ ਇਹ ਕੁਝ ਸੈਪਰੇਟ ਹੈ ਹਨਾ ਉਹ ਤੋਂ ਹੋਵੇ ਮੁੰਡੇ ਹੂੰ ਸੋ ਹੂੰ ਪਹਿਲਾਂ ਕੀ ਹਾਲ ਚਾਲ ਹੈ ਵਜੀ ਤੁਹਾਡੇ ਆਮ ਗੁੱਡ ਦਿੱਲੀ ਕਿਵੇਂ ਬਈ ਗੱਡੀਆਂ ਬੰਦ ਕਰਤੀਆਂ ਹੁਣ ਸਤਾ ਤੁਹਾਨੂੰ ਪਤਾ ਲੱਗਿਆ ਡੀਜ਼ਲ ਵਾਲੀਆਂ ਡੀਜ਼ਲ ਵਾਲੀ ਗੱਡੀਆਂ ਹਾਂ ਪਹਿਲਾਂ ਵੀ ਕਿਤੇ ਸੀ ਉਹਨਾਂ ਨੇ ਮੈਨੂੰ ਰੋਕਿਆ ਗਿਆ ਮੇਰੀ ਪੈਟਰੋਲ ਗੱਡੀ ਸੀ ਤਾਂ ਜਾਣਦੇ ਤਾਂ ਕਹਿੰਦੇ ਡੀਜ਼ਲ ਬਾਈ ਬੰਦ ਹੈ 2020 ਕੇ ਬਾਅਦ ਪਹਿਲਾਂ ਵਾਲੀ ਡੀਜ਼ਲ ਗੱਡੀਆਂ ਬੰਦ ਬਸ ਦਿੱਲੀ ਬਦਨਾਮ ਵੀ ਵੇਰੀ ਖਾਨਾ ਪੋਲੂਸ਼ਨ ਕਰਕੇ ਹੀ ਹੈ ਨਹੀਂ ਸ਼ਾਇਦ ਹੋ ਸਕਦਾ ਵੀ ਗੱਡੀਆਂ ਘਟਣਗੀਆਂ ਪੋਲੂਸ਼ਨ ਘਟੂਗਾ ਪਰ ਟ੍ਰੈਫਿਕ ਨਹੀਂ ਘਟ ਸਕਦਾ ਮੈਨੂੰ ਲੱਗਦਾ ਟ੍ਰੈਫਿਕ ਨਹੀਂ ਘਟਿਆ ਲੇਕਿਨ ਟ੍ਰੈਫਿਕ ਨਾ ਥੋੜਾ ਜਿਹਾ ਨਾਰਮਲ ਹੋ ਗਿਆ ਹੈ ਲਾਈਕ ਇੱਥੇ ਫਲਾਈਓਵਰਸ ਕਿੰਨੇ ਚੰਗੇ ਬਣ ਗਏ ਨੇ ਤੇ ਮੈਟਰੋਸ ਆਈ ਥਿੰਕ ਹਰ ਜਗ੍ਹਾ ਕੋਨੇਜ ਪਹੁੰਚ ਗਈ ਹੈ ਮੈਟਰੋ ਸੋ ਈਜ਼ੀ ਵੀ ਹੋ ਗਿਆ ਹੈ ਗੁਰੂਗ੍ਰਾਮ ਬਹੁਤ ਵਧੀਆ ਬਣ ਗਿਆ ਕਾਰਸ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਟ੍ਰੈਫਿਕ ਹੁੰਦਾ ਹੀ ਹੈ ਹਰ ਜਗ੍ਹਾ ਹੀ ਹੁੰਦਾ ਹੈ ਤੁਹਾਨੂੰ ਹੁਣ ਦਿੱਲੀ ਤੋਂ ਇੱਥੇ ਤੱਕ ਕੌਣ ਨੂੰ 2 ਘੰਟੇ ਲੱਗੇ ਇੱਕ ਇੱਕ ਘੰਟਾ ਲੱਗੇ ਇੱਕ ਘੰਟਾ ਕਿਉਂਕਿ ਤੁਸੀਂ ਦਿੱਲੀ ਦੇ ਹੋ ਤੁਹਾਨੂੰ ਪਤਾ ਹਾਂ ਕਿਸ ਟਾਈਮ ਨਿਕਲਣਾ ਲੈਫਟ ਰੱਖਣਾ ਰਾਈਟ ਰੱਖਣੀ ਗੱਡੀ ਐਂ ਮੈਨੂੰ ਪਤਾ ਕਿਸ ਟਾਈਮ ਨਿਕਲਣਾ ਅਸੀਂ ਪੰਜਾਬ ਤੋਂ ਸਾਨੂੰ ਪਤਾ ਹੀ ਨਹੀਂ ਅੱਛਾ ਇੱਧਰ ਮੋੜ ਨਹੀਂ ਸੀ ਚਲੋ ਇੱਧਰ ਘੁਮਾ ਲੋ ਤਾਂ بڑا ਹੁੰਦਾ ਕਿ ਪੀਪੀ 10 ਨੰਬਰ ਦੇਖ ਕੇ ਥੋੜਾ ਜਿਹਾ ਪਰੇਸ਼ਾਨ ਹੋ ਜਾਂਦੇ ਆ ਹੋਰ ਸੁਣਾਓ ਭਾਜੀ ਕਿਵੇਂ ਚੱਲਦੀ ਹੈ ਲਾਈਫ ਆਈ ਏਮ ਗੁੱਡ ਪਾਜੀ ਐਂ ਥੈਂਕ ਯੂ ਸੋ ਮੱਚ ਮੈਂ ਤੁਹਾਨੂੰ ਪੋਡਕਾਸਟ ਤੇ ਵੇਖਦਾ ਹੁੰਦਾ ਸੀ ਬਟ ਮੈਨੂੰ ਨਹੀਂ ਪਤਾ ਸੀ ਕਿ ਸਾਡਾ ਆਪਨਾ ਸਾਹਮਣਾ ਹੋਊਗਾ ਕਦੇ ਕੈਮਰੋ ਲੱਗਦਾ ਸੀ ਮੈਨੂੰ ਜੋਗਾ ਜੇ ਹੋਇਆ ਨਹੀਂ 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 ਭਾਜੀ ਤੁਸੀਂ ਮਤਲਬ ਡੂਇੰਗ ਮਾਈ ਵਰਕ ਮੈਨੂੰ ਤਾਂ ਪੋਡਕਾਸਟ ਦੇ ਬਾਰੇ ਪਤਾ ਵੀ ਨਹੀਂ ਹੁੰਦਾ ਸੀ ਬਟ ਮੈਨੂੰ ਲੱਗਦਾ ਸੀ ਯਾਰ ਕਿ ਹੁਣ ਕੁਝ ਆ ਰਿਹਾ ਹੈ ਤੇ ਲੋਕਾਂ ਨੂੰ ਆਪਣੇ ਬਾਰੇ ਦੱਸਣਾ ਚਾਹੀਦਾ ਮੌਕਾ ਮਿਲਿਆ ਤੇ ਵਾਈ ਨਾ ਕਈ ਵਾਰ ਐ ਨਹੀਂ ਲੱਗਦਾ ਭਾਜੀ ਵੀ ਤੁਹਾਨੂੰ ਜਿਵੇਂ ਲੱਗਦਾ ਵੀ ਮੈਂ ਡੇ ਜੋਗਾ ਹੋਇਆ ਨਹੀਂ ਬਟ ਸਾਨੂੰ ਬਾਰੋਂ ਪਤਾ ਲੱਗ ਰਿਹਾ ਵੀ ਤੁਸੀਂ ਬਹੁਤ ਕੁਝ ਕਰ ਚੁੱਕੇ ਹੋ ਤੇ ਸੈਕਿੰਡ ਤੁਸੀਂ ਰਿਪਰੈਜ਼ੈਂਟ ਕੀਤਾ ਪੰਜਾਬੀਆਂ ਨੂੰ ਨਹੀਂ ਮੈਨੂੰ ਨਹੀਂ ਲੱਗਦਾ ਮੈਂ ਵਾਕਈ ਬਹੁਤ ਕੁਝ ਕੀਤਾ ਜਏ ਕੁਝ ਨਹੀਂ ਲੱਗਦਾ ਮੈਨੂੰ ਅੱਜ ਬਹੁਤ ਕੁਝ ਕਰਨਾ ਆਜਿਹਾ ਜਸਟ ਲੋਕਾਂ ਨੇ ਦੇਖਿਆ ਕਿ ਮੈਂ ਵੀ ਇੱਕ ਪਾਰਟ ਹੈਗਾ ਮੈਂ ਵੀ ਇੱਕ ਐਕਟਰ ਹੈਗਾ ਬਟ ਅਜਿਹਾ ਜਿਹੋ ਜਿਹਾ ਕੰਮ ਮੈਂ ਕਰਨਾ ਚਾਹੁੰਦਾ ਜਿਉਂ ਮਿਲਿਆ ਨਹੀਂ ਬਨ ਅੱਛਾ ਮੈਂ ਤੁਹਾਨੂੰ ਦੇਖਿਆ ਜੋਗੀ ਮੂਵੀ ਚ ਦੇਖਿਆ ਤੇ ਤੁਹਾਡਾ ਇੱਕ ਸੀਰੀਅਲ ਹੁੰਦਾ ਜਨੂਨੀਅਤ ਜਨੂਨੀਅਤ ਉਹ ਹੋ ਗਿਆ ক্লোਜ਼ ਹੋ ਕੇ ਚੱਲਦਾ ਸੀ ਹੋ ਗਿਆ ਸੀ ਯੈਸ ਓਕੇ ਠੀਕ ਆ ਤੇ ਉਸ ਤੋਂ ਬਾਅਦ ਐਨੀਮਲ ਮੂਵੀ ਲੇਕਿਨ ਵਿੱਚ ਬਹੁਤ ਸਾਰੇ ਕੰਮ ਹੋਣੇ ਨਾ ਤੁਹਾਡੇ ਹੋਰ ਵੀ ਵਿੱਚ ਕੈਟ ਵੀ ਕੀਤੀ ਸੀ ਐ ਨੈਟਫਲਿਕਸ ਤੇ ਰਣਦੀਪ ਬੁੱਢਾ ਜੀ ਨਾ ओके कैट में देखी है दैट वाज अ यू नेवर सीन मी नहीं नहीं भाई मैं भूल गया क्योंकि एक साल बन गया जगगी प्रधान जो मैडम ऑलक दे अगेंस्ट होता हां जी हां जी हां जी समझ गया थोड़ी थोड़ी, थोड़ी, थोड़ी थोड़ी लुक इस टाइम हो रहा ओह या ओदे विच हां लुक चेंज सी हो गया सो आइज ब्लैक कीती होया थोड़ी नहीं नहीं हां काफी लुक कैरेक्टर दे व्हिच इज वो कैरेक्टर चंगा सी मैनु बहुत सोणा लगया कैरेक्टर मजा आइज हो करके चलो आज जुड़े आपा एनिमल एनिमल बहुत हो रिया हुआ ਵੇਈ ਕੁਝ ਕੁਐਸਚਨਸ ਵੀ ਚੱਕੇਗੇ ਐਨੀਮਲ ਮੂਵੀ ਤੇ ਅਮ ਤੁਹਾਨੂੰ ਮੂਵੀ ਕਿਵੇਂ ਦੀ ਲੱਗੀ ਵੈਸੇ ਮਤਲਬ 100% ਟਰੁਥ ਮੂਵੀ ਮੈਂ ਵੀ ਇੱਕ ਆਡੀਅנס ਦੇਖਾਂ ਮੈਂ ਤੇ ਹਰ ਮੂਵੀ ਦੇਖਦਾ ਜਾ ਕੇ ਅ ਮੇਰਾ ਤਾਂ ਕੰਮ ਹੀ ਹੈ ਲਾਈਕ ਜਦੋਂ ਵੀ ਥੀਏਟਰ ਦੇ ਕੋਈ ਮੂਵੀ ਲੱਗੇ ਮੈਂ ਹੁਣ ਡੰਕੀ ਵੀ ਦੇਖ ਕੇ ਆ ਸਾਰੀ ਮੂਵੀਜ਼ ਦੇਖਦਾ ਮੈਂ ਸੋ ਐਨੀਮਲ ਮੈਨੂੰ ਇਸ ਸਾਲ ਦੇ ਵਿੱਚ ਸਭ ਤੋਂ ਡਿਫਰੈਂਟ ਲੱਗੀ ਐਜ਼ ਅ ਆਡੀਅנס ਸਟੋਰੀ ਵਾਈਜ਼ 뮤직 ਵਾਈਜ਼ ਠੀਕ ਹੈ ਰਣਵੀਰ ਕਪੂਰ ਕੀ ਐਕਟਿੰਗ ਕੀਤੀ ਓਨੇ ਹਰ ਇੱਕ ਚੀਜ਼ ਦੇਖਣ ਵਾਲੀ ਸੀ ਉਹਦੇ ਵਿੱਚ ਡਾਇਰੈਕਟਰ ਦਾ ਵਿਜ਼ਨ ਅਗਰ ਅਸੀਂ ਕੁਝ ਚੀਜ਼ਾਂ ਹਟਾ ਦਈਏ ਉਹਦੀ ਸਟੋਰੀ ਦੇਖੋ ਬਹੁਤ ਕਮਾਲ ਸੀ ਸਾਨੂੰ ਆਈ ਥਿੰਕ ਪੂਰੇ ਸਾਲ ਦੇ ਵਿੱਚ ਉਹ ਸਟੋਰੀ ਅਵਜੀ ਮਿਲੀ ਨਹੀਂ ਕਿਤੇ ਦੇਖਣ ਨੂੰ ਹੂੰ ਥੋੜੀ ਡਿਫਰੈਂਟ ਮੂਵੀ ਸੀ ਬਹੁਤ ਲੰਬੀ ਮੂਵੀ ਸੀ ਈਵਨ ਤੁਸੀਂ 2 ਘੰਟੇ ਦਾ ਉਹਦੇ ਵਿੱਚ ਇੰਟਰਵਲ 2 ਘੰਟੇ ਬਾਅਦ ਹੁੰਦਾ ਹੂੰ ਤੇ ਤੁਹਾਨੂੰ ਪਕੜ ਕੇ ਰੱਖਿਆ ਹੋਇਆ 2 ਘੰਟੇ ਦਾ ਉਹਨਾਂ ਨੇ ਹੂੰ 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 ਹਾਂ ਥੋੜੀ ਜੀ ਮੈਨੂੰ ਵਾਇਲੈਂਟ ਵੀ ਲੱਗੀ ਦੂਜਾ ਉਹ ਇੱਕਦਮ ਕੁਝ ਚੇਂਜ ਹੋ ਕੇ ਨਵੀਆਂ ਚੀਜ਼ਾਂ ਆਈ ਜਾ ਰਹੀਆਂ ਸੀ ਅਸੀਂ ਹੁਣ ਹਾਲੀਵੁੱਡ ਨੂੰ ਵੀ ਅਸੈਪਟ ਕਰ ਲੇਤਾ ਅਸੀਂ ਉਹਨਾਂ ਦੀ ਮੂਵੀਜ਼ ਦੇਖਦੇ ਹਾਂ ਕਿੰਨੀ ਵਾਇਲੈਂਸ ਹੁੰਦੀ ਹੈ ਹੂੰ ਹੂੰ ਸਭ ਕੁਝ ਉਹਦੇ ਵਿੱਚ ਹੁੰਦਾ ਹੈ ਸਾਡੇ ਵਿੱਚ ਮੈਨੂੰ ਲੱਗਦਾ ਇੰਨਾ ਵਾਇਲੈਂਸ ਨਹੀਂ ਸੀਗਾ ਜਿੰਨਾ ਕੋ ਹੂੰ ਆਈ ਥਿੰਕ ਅਜੇ ਅਸੀਂ ਅਜੇ ਅਸੈਪਟ ਨਹੀਂ ਕਰ ਸਕਦੇ ਬਟ ਲੋਕਾਂ ਨੇ ਬਹੁਤ ਪਿਆਰ ਦਿੱਤਾ ਉਹਨੂੰ ਹੂੰ ਇਸ ਸਾਲ ਦੀ ਆਈ ਥਿੰਕ ਸਭ ਤੋਂ ਵੱਡੀ ਮੂਵੀ ਬਣ ਗਈ ਯੈਸ ਯੈਸ ਅਜੇ ਵੀ ਮਤਲਬ ਕਿੰਨਾ ਹਨਾ ਰਿਲੀਜ਼ ਹੋਣ ਨੂੰ ਕਿੰਨਾ ਟਾਈਮ ਹੋ ਗਿਆ ਅਜੇ ਵੀ ਚੱਲ ਰਹੀ ਆ ਉਹ ਸੋ ਬਹੁਤ ਵੱਡੀ ਚੀਜ਼ ਹੈ ਤੇ ਸੈਕਿੰਡ ਇੱਕ ਪਹਿਚਾਨ ਵਈ ਪੰਜਾਬੀਆਂ ਨੂੰ ਜੀ ਮੈਂ ਵੀ ਕਿਤੇ ਨਾ ਕਿਤੇ ਖਿੱਚਿਆ ਤਾਂ ਹੀ ਆਇਆ ਜੀ ਵੀ ਕੌਣ ਆਇਆ ਮੈਂ ਸਰਚ ਕੀਤਾ ਚੱਕੇਪੀ ਭਾਜੀ ਨੇ ਠੀਕ ਹੈ ਫਿਰ ਮੈਂ ਕੰਟੈਕਟ ਕੀਤਾ ਤੁਹਾਨੂੰ ਸੋ ਕਿਤੇ ਨਾ ਕਿਤੇ ਫਿਰ ਤੁਸੀਂ ਕਿੰਨੇ ਜਣਾਂ ਨਾਲ ਕਨੈਕਟ ਹੋ ਗਏ ਤਾਂ ਜੋ ਵੀ ਚਲੋ ਪਿੱਛੇ ਚੱਲਿਆ ਜੋਗੀ ਮੂਵੀ ਕੀਤੀ ਕੈਟ ਕੀਤਾ ਠੀਕ ਹੈ ਲੇਕਿਨ ਐਨੀਮਲ ਮੂਵੀ ਦਾ ਫਰਸਟ ਕਾਲ ਜਾਂ ਫਰਸਟ ਵਾਰ ਤੁਹਾਨੂੰ ਪਤਾ ਲੱਗਿਆ ਹੋਵੇ ਯਾਰ ਮੈਂ ਐਨੀਮਲ ਮੂਵੀ ਕਰ ਰਿਹਾ ਹਾਂ ਉਹ ਕਦੋਂ ਪਤਾ ਲੱਗਿਆ ਐਕਚੁਅਲੀ ਮੈਂ ਆਡੀਸ਼ਨਿੰਗ ਆਡੀਸ਼ਨ ਤਾਂ ਸੜਾ ਕੰਮ ਮੈਂ ਦੇਣਾ ਆਡੀਸ਼ਨ ਤੇ ਪੁੱਲ ਜਾਓ ਤੇ ਇਦਾਂ ਹੀ ਆਡੀਸ਼ਨ ਆਇਆ ਸੀ ਮੇਰੇ ਕੋਲ ਸੋ ਮੈਂ ਆਡੀਸ਼ਨ ਦਿੱਤਾ ਐਂਡ ਪੁੱਲ ਗਿਆ ਮੈਂ ਉਸ ਟਾਈਮ ਤੇ ਇੱਕ ਹੋਰ ਫਿਲਮ ਕਰ ਰਿਹਾ ਸੀ ਆਈ ਵਾਸ ਇਨ ਬੰਬਈ ਦੈਟ ਟਾਈਮ ਐਂਡ ਕਾਸਟਿੰਗ ਕਾਲ ਆਇਆ ਕਿ ਐਸੇ ਇੱਕ ਮੂਵੀ ਹੈ ਸੋ ਮੂਵੀ ਦਾ ਨਾਮ ਹੀ ਦੱਸਿਆ ਸੀ ਉਹਨਾਂ ਨੇ ਕੁਝ ਵੀ ਟੀਜ਼ਿਸ ਦੀ ਮੂਵੀ ਹੈ ਦੈਟਸ ਇਟ ਐਂਡ ਐਂਡ ਉਸਮੇ ਲੰਡਨ ਕਾ ਸ਼ਡਿਊਲ ਵੀ ਹੈ ਸੋ ਇੱਕ ਵਾਰੀ ਮਾਈਂਡ ਚ ਥੋਟ ਆਇਆ ਚਲੋ ਲੰਡਨ ਜਾਣ ਨੂੰ ਮਿਲੇਗਾ ਸੋ ਦੈਟਸ ਦੇਖੋ ਯਾਰ ਮੈਂ ਮੈਂ ਮਨੂਣਾ ਕਹਿੰ ਲੋ ਕਿ ਆਂਦੇ ਨੇ ਲੰਡਨ ਜਾਣ ਪਿੱਛੇ ਮੈਂ ਕਈ ਕਮੈਂਟਸ ਪੜ੍ਹੇ ਸੀ ਕਿ ਲੰਡਨ ਜਾਣ ਪਿੱਛੇ ਤੂੰ ਮੂਵੀ ਕਰ ਲਈ ਹੈ ਨਾ ਉਥੇ ਲਾਈਕ ਮੇਕ ਨਹੀਂ ਆ ਦੇਖੋ ਯਾਰ ਮੈਂ ਜਿਸ ਪਰਿਵਾਰ ਤੋਂ ਆਂਦਾ ਨਾ ਅਸੀਂ ਕੋਈ ਬਿਜ਼ਨਸ ਪਰਿਵਾਰ ਤੋਂ ਨਹੀਂ ਹੈਗੇ ਮੇਰੇ ਲਈ ਲੰਡਨ ਜਾਣਾ ਲਾਈਕ ਉਹਦੇ ਵਿੱਚ ਪੈਸੇ ਖਰਚ ਕਰਕੇ ਆਪਣੇ ਜਾਣਾ ਐਂਡ ਲੰਡਨ ਉਹ ਲੈ ਕੇ ਜਾਣਾ ਮੇਰੇ ਲਈ ਬਹੁਤ ਵੱਡੀ ਗੱਲ ਸੀ ਉਹ ਹਮਮ ਸੋ ਮੈਂ ਉਸ ਫੈਮਲੀ ਤੋਂ ਬਿਲੋਂਗ ਕਰਦਾ ਕਿ ਭਾਈ ਜਿਹਦੇ ਵਿੱਚ ਅੱਜ ਖਾਣਾ ਕੱਲ ਦੀ ਕੱਲ ਦੇਖਾਂਗੇ ਹੈਨਾ सो ए वजह से मेरा सो so, उन्होंने बस यही किया आ, कास्टिंग एमए है तो दैन तीन महीने का प्रोसैस है मैं भी भुल गया दैन तीन महीने बाद फिर कॉल आया कि वी आर बुकिंग योर टिकट्स सो so, आपका फाइनल एक ऑडिशन है आपको मुंबई आना है टी सीरीज ऑफिस ओके सो आई थैंक टू गॉड भाजी के मैं पहली बार टी सीरीज जाने का मौका मिले मतलब मैंने लगे बहुत छेती हो गया अजय तो मैं इदा लग गया कि भाई स्ट्रगल सारी भुल गया पिछली मेरी स्ट्रगल बहुत लंबी है पीछे पिछले दिखिन लगे यार बहुत जल्दी मौका, मौका मिल गया टी सीरीज हर मैंने लगता हर आर्टिस्ट एक चाह हों की यार सीरीज ऑफिस है ना उ गया दैन उ फर्स्ट टाइम आप सारे कजनस बैठे okay. थे आई थिंक भी पच्ची मुंडे सारे कजनस बैठे हुए उ उन्होंने बुलाए थे एंड संदीप सर आए फर्स्ट टाइम मिले संदीप वागा रेटी उन्होंने वन ऑफ टॉ वन ऑफ वन टॉक हुई एंड फिर ਫਿਰ ਪਤਾ ਲੱਗਿਆ ਕਿ ਉੱਥੇ ਕਾਸਟਿੰਗ ਤੋਂ ਪਤਾ ਲੱਗਿਆ ਕਿ 500 ਮੁੰਡੇ ਸਿਲੈਕਟ ਕੀਤੇ ਸੀ ਪੂਰੇ ਇੰਡੀਆ ਦੇ ਵਿੱਚ ਓਕੇ ਜਿਹਦੇ ਵਿੱਚ ਉਹ ਯੂ ਗਾਇਜ਼ ਆਰ ਦਾ ਫਾਈਨਲ 11 ਸੋ ਮੇਰੇ ਲਈ ਤਾਂ ਬਹੁਤ ਮਾਣ ਵਾਲੀ ਗੱਲ ਸੀ ਨੂੰ ਪੂਰੇ ਅਗਰਮੈਂਟ ਟੀਮ ਦੀ ਗੱਲ ਕਰ ਜਿਹੜਾ ਆਈ ਸੀ 7 ਟੂ 8 ਸੀਗੇ ਕਜ਼ਨਸ 11 ਕਜ਼ਨ ਸੀ 11 ਕਜ਼ਨ ਸੀ ਹਮ ਮਤਲਬ ਇਟਸ ਅ 빅 ਮਤਲਬ 20 ਗੱਲਾਂ ਐਸੀ ਉਹਦੇ ਵਿੱਚ ਨਾ ਕੁਝ ਨੋਨ ਆਰਟਿਸਟ ਵੀ ਆਏ ਸੀ ਜਿਹੜੇ ਨੋਨ Semi known ਆਰਟਿਸਟ ਸੀਗੇ ਬੰਬਈ ਦੇ ਪੰਜਾਬੀ ਸੀ ਬੈਕਗਰਾਉਂਡ ਤੋਂ ਬਟ वो भी आए थी तो जो असी नैक्सट टाइम जो असी फाइनल रिहर्सल से पहुंचे तो संदीप सर सू गल कही कहना नॉन आर्टिस्ट भी थे हमने उसको क्यों नहीं लिया क्योंकि तुम ग्यारह अलग नज़र आ रहे तुम लग रहे थे कि तुम रियल पंजाबी हो है ना रॉ पंजाब लग रहा था और तुम रणबीर के भाई लग रहे थे कुछ हुँ, आर्टिस्ट रणबीर के भाई नहीं लग रहे थे तो उन्होंने यहाँ नहीं देखा कि असि सैमी नॉन आर्टिस्ट या नॉन आर्टिस्ट लीए क्योंकि वो फिल्म कर जा रहे हैं उन्होंने यहाँ देखा कि तुम मैच कर रहे हो कि नहीं कर रहे ਹਾਂ ਬਹੁਤ ਜੀ ਜਿਾ ਕਿਉਂਕਿ ਤੁਸੀਂ ਸਾਰੇ ਜਾਣੇ ਇੱਕ ਇੱਕ ਕੈਰੈਕਟਰ ਜਸਟੀਫਾਈ ਹੋ ਰਿਆ ਸੀ ਉਹ ਸੰਦੀਪ ਸਰਦ ਨੇ ਕੋਲ ਗਲ ਚੰਗੀ ਸੀਗੀ ਉਹ ਇੱਕ ਇੱਕ ਕੈਰੈਕਟਰ ਤੇ ਇੱਕ ਇੱਕ ਸੀਨ ਤੇ ਇੱਕ ਇੱਕ ਸਟੋਰੀ ਤੇ ਉਹਨਾਂ ਨੇ ਕੰਮ ਕਰਦੇ ਸੀ ਉਹ ਬਾਰੀਕੀ ਨਾਲ ਉਹਨਾਂ ਨੇ ਸਾਡੇ ਕਜ਼ਨਸ ਤੇ ਵੀ ਬਹੁਤ ਕੰਮ ਕੀਤਾ ਉਹਨਾਂ ਨੇ ਜਿਹੜੇ ਕੈਰੈਕਟਰ ਫੜੇ ਨਾ 11 ਕਜ਼ਨਸ ਲਿਟਰਲੀ ਸਾਨੂੰ ਭਰਾਵਾਂ ਅਸੀਂ ਭਰਾ ਨਹੀਂ ਸੀਗੇ ਲੇਕਿਨ ਅਸੀਂ ਭਰਾ ਬਣ ਕੇ ਸਾਰੇ ਹਾਂ ਹント ਸੀ ਕਿਨੇ ਖੁਸ਼ ਲੱਗ ਰਹੇ ਹਾਂ ਲੇਕਿਨ ਅਗਰ ਇੱਕਦਮ ਮੈਂ ਮੂਵੀ ਦੇਖ ਕੇ ਬਾਹਰ ਆਵਾਂ ਤੁਸੀਂ ਦੇਖੋ ਮੈਂ ਕਹਣਾ ਬਾਜੀ ਕੁੱਟਿਓ ਨਾ ਆਪਾਂ ਬੈਠ ਕੇ ਗੱਲ ਕਰ ਲਈਏ ਯਾ ਲੋਕੀ ਅਦਾ ਕਹਿ ਰਹੇ ਸੀ ਕਿ ਅਸੀਂ ਬੜੇ ਰੂਡ ਹੋ ਗਏ ਅਗਰੈਸਿਵ ਯਾ ਬਟ ਮੈਂ ਤਾਂ ਬੜਾ ਪੋਲਾਈਟ ਆਗਾ ਕਰੈਕਟਰ ਉਹ ਜਿਹਾ ਸੀ ਤਾਂ ਮੈਂ ਪਲੇ ਕੀਤਾ ਦੈਟਸ ਇਟ ਥੋੜਾ ਹੁੰ ਡਾਇਲੋਗ ਆ ਉਹ ਗੇਟ ਕਲੋਜ਼ ਹੁੰਦਾ ਆ ਵੀ ਗੇਟ ਖੋਲੋ ਬਾਪ ਦੇ ਪਾਸਪੋਰਟ ਤੇ ਕਿਸਕੇ ਬਾਪ ਦਾ ਨਾਮ ਹੈ ਬਲਵੀਰ ਸਿੰਘ ਯਾਰ ਪੰਜਾਬੀ ਬੜੇ ਗੁੱਸੇ ਵਾਲੇ ਹੁੰਦੇ ਆ ਤਾਂ ਸੋ ਜੋ ਮੈਨੂੰ ਡਾਇਲੌਗ ਮਿਲੇ ਜਿੰਨਾ ਕੋ ਕਮ ਮਿਲਾ ਆਮ ਹੈਪੀ ਖੁਸ਼ ਹੋ ਸੰਤੁਸ਼ਟ ਹੋ ਹੋ ਜ਼ਾਦਾ ਮੈਂ ਸੰਤੁਸ਼ਟ ਹਾਂ ਓਕੇ ਸੈਕਿੰਡ ਥਿੰਕ ਕੀ ਰਣਬੀਰ ਕਪੂਰ ਆ ਪੱਕਾ ਕਦੋਂ ਦੇ ਦੇਖਦੇ ਆ ਰਹੇ ਆ ਬਰਫੀ ਮੂਵੀ ਜਾਂ ਕੋਈ ਦੇਖ ਲਈਏ ਕਿੰਨਾ ਉਹ ਐਕਟਿੰਗ ਨਾਲ ਇਨਵੋਲਵ ਹੋ ਕੇ ਚੀਜ਼ਾਂ ਕਰਦੇ ਨੇ ਸੋ ਫਸਟ ਟਾਈਮ ਮੁਲਾਕਾਤ ਰਣਬੀਰ ਕਪੂਰ ਨਾਲ ਤੁਹਾਡੀ ਕਦੋਂ ਹੋਈ ਤਾਂ ਉਹ ਮੂਮੈਂਟ ਕੀ ਸੀ ਫਸਟ ਇਦਾਂ ਹੋਇਆ ਰੀਅਰਸਲਸ ਚੱਲ ਰਹੀ ਸੀ ਸਾਡੀ ਫਾਈਟ ਦੀ ਰੀਅਰਸਲ ਸੀਗੀ ओके okay. एंड उस दिन आई थिंक ओना दी बेटी राहा डिस्चार्ज हुई हॉस्पिटल तो सो so, उस दिन वो ननु कार ਛੱਡ ਕੇ اور 아이 थिंक 3 ਵਜੇ ਉਹ ਸੱਟ ਤੇ ਆ ਗਏ ਸੀ ਰਿਵਰਸਲ ਕਰਨ ਤਾਂ ਸੀ ਫਸਟ ਟਾਈਮ ਉਥੇ ਮਿਲੇ ਤੇ ਸੰਦੀਪ ਸਰ ਨੇ ਸਪਨਾ ਮਿਲਵਾਇਆ ਉਹਨਾਂ ਨੂੰ ਸਾਨੂੰ ਐਂਡ 1 ऑन 1 ਸਪਨਾ ਨਾਮ ਪੁੱਛਿਆ ਉਹਨਾਂ ਨੇ देन 1 ऑन 1 ਟॉक ਵੀ ਕੀਤੀ ਉਹਨਾਂ ਨੇ ਫਿਰ ਪੁੱਛਿਆ ਮਿਰ ਤੋਂ ਵੀ ਕਿ ਕੀ ਕੀਤਾ ਕੰਮ پیچھے ਮੈਂ ਕਹਾ ਵੀ ਦਿਲਜੀਤ ਸਰ ਨਾਲ মুਵੀ ਕੀਤੀ ਹੈ ਜੋਗੀ ਕੈਡ ਕਿਤੀ ਹੈ ਫਿਰ ਉਹਨਾਂ ਦੇ ਬਾਰੇ ਪੁੱਛਿਆ ਫਿਰ ਦਿਲਜੀਤ ਭਾਜਾ ਦਿਲਜੀਤ ਭਾਜਾ ਜਿਹਨੂੰ ਅਪਰੀਸ਼ੀਏਟ ਵੀ ਕੀਤਾ ਯਾਰ ਉਹ ਬਹੁਤ ਵਧੀਆ ਐਕਟਰ ਆ ਸੋ ਕਿੱਦਾਂ ਲੱਗਿਆ ਕੰਮ ਕਰਕੇ ਉਹਨਾਂ ਨਾਲ ਸੋ ਫਿਰ ਮੈਨੂੰ ਕਹਿੰਦੇ ਕਿ ਅੱਛਾ ਪ੍ਰੋਜੈਕਟ ਹੈ ਇਹ ਵਾਲਾ ਐਨੀਮਲ ਮਜ਼ਾ ਆਏਗਾ ਕਰਨੇ ਮੈਂ ਤੋ ਫਰਸਟ ਡੇ ਤੋ ਯੋ ਕੁਲ ਮਿਲ ਗਈ ਸੀ ਹਮ ਮਤਲਬ ਮੈਂ ਸਾਨੂੰ ਤੁਹਾਨੂੰ ਸੱਚੀ ਦੱਸਾਂ ਭਾਜੀ ਲਿਟਰਲੀ ਨਹੀਂ ਲੱਗਿਆ ਫਰਸਟ ਜੇ ਤੋ ਕਿ ਕਿਸੇ ਸਟਾਰ ਨਾਲ ਕੰਮ ਕਰ ਰਹੇ ਹਾਂ ਉਹਨੇ ਫੀਲ ਹੀ ਨਹੀਂ ਹੋਂ ਦਿੱਤਾ ਵਾਕਈ ਕਿਉਂਕਿ ਰਣਵੀਰ ਕਪੂਰ ਬੈਠੇ ਹੋਣ ਇਕ ਹੋੜਾ ਜਾਂ ਹੁੰਦਾ ਯਾਰ ਰਣਵੀਰ ਕਪੂਰ ਬਠਨਾਣਾ ਭਾਜੀ ਉਹਨਾਂ ਨੇ ਫੀਲ ਹੀ ਨਹੀਂ ਕਰਾਇਆ ਮੈਨੂੰ ਨਹੀਂ ਪਤਾ ਕਿ ਉਹ ਸ਼ੁਰੂ ਤੋਂ ਜਾਂ ਉਹਦਾ ਉਹਨਾਂ ਦਾ ਨੇਚਰ ਹੀ ਉਹਦਾਂ ਦਾ ਹਮ ਅਸੀਂ ਉਹਨਾਂ ਨੂੰ ਫਿਲਮਾਂ ਚ ਦੇਖਦੇ ਸੀ ਨਾ ਲਿਟਰਲੀ ਮੇਰੀ ਮਾਨੀਫੈਸਟਿਵ ਨਹੀਂ ਸੀ ਕਿ ਭਾਜੀ ਤੇ ਕਿ ਉਹਨਾਂ ਦਾ ਫਿਲਮ ਕਰਾਂਗਾ ਤੇ ਰੱਬ ਨੇ ਆਸੀ ਜੋ ਸੋਚਦੇ ਨੇ ਰੱਬ ਸਾਨੂੰ ਉਸ ਤੋਂ ਉੱਪਰ ਦਿੰਦਾ ਮੈਂ ਰੱਬ ਨੂੰ ਮੰਨਣ ਵਾਲਾ ਬੰਦਾ ਮੈਂ ਰੱਬ ਤੇ ਛੱਡ ਦਿੰਦਾ ਸਾਰੀ ਚੀਜ਼ਾਂ ਅਸੀਂ ਜੋ ਸੋਚਦੇ ਹਾਂ ਰੱਬ ਉਸ ਤੋਂ ਉੱਪਰ ਦਿੰਦਾ ਵਾਕਈ ਸਹੀ ਗੱਲ ਆ ਭਾਜੀ ਬਹੁਤ ਲੋਗ ਬਹੁਤ ਅੱਛੇ ਐਕਟਰ ਮਿਹਨਤ ਕਰ ਰਹੇ ਨੇ ਤੁਹਾਨੂੰ ਵੀ ਪਤਾ ਹੋਣਾ ਹੈ ਵੀ ਕੋਈ ਨਾਲ ਦਾ ਬਹੁਤ ਜ਼ਿਆਦਾ ਮਿਹਨਤੀ ਆ ਬਹੁਤ ਜ਼ਿਆਦਾ ਡਿਜ਼ਰਵਿੰਗ ਆ ਬਟ ਕਈ ਵਾਰ ਉਹ ਸਕਰੀਨ ਦੇ ਮੂਰੇ ਨਹੀਂ ਆਪ ਹੁੰਦਾ ਬਹੁੜੇ ਬੜੇ ਸਾਲ ਲੱਗ ਜਾਂਦੇ ਨੇ ਉਹ ਇਹੋ ਜਿਹੇ ਡਿੱਗਰ ਐਕਟਰਸ ਨਾਲ ਕੰਮ ਕਰਨ ਚ ਆਈ ਥਿੰਕ ਕਿੰਨੇ ਕਿੰਨੇ ਸਾਲ ਲੋਕਾਂ ਨੂੰ ਲੱਗ ਜਾਂਦੇ ਭਾਜੀ ਇੱਕ ਕੰਟਰੋਵਰਸੀ ਕਹਿ ਦਿੰਦੇ ਆ ਗੱਲ ਚੱਲਦੀ ਪਈ ਆ ਵੀ ਸਿਗਰਟ ਦਾ ਸੀਨ ਆ ਵੀ ਸਰਦਾਰ ਜੀ ਤੇ ਧੂਆ ਸਿੱਟਿਆ ਗਿਆ ਵੀ ਉਹ ਗਲਤ ਚੀਜ਼ ਆ ਫਿਲਮ ਗਲਤ ਦਿਖਾਈ ਗਈ ਆ ਚੀਜ਼ ਵੀ ਉਹਦੇ ਬਾਰੇ ਤੁਹਾਡੇ ਕੀ ਥੋੜੇ ਕੀ ਥੀ ਵਿਊਜ਼ ਹੈਗੇ ਨੇ ਪਰ ਜੀ ਮੈਂ ਅ ਸੰਦੀਪ ਜਰਣਾ ਨਾਲ ਨਾ ਫਸਟ ਟਾਈਮ ਸਾਡੀ ਗੱਲ ਹੋਈ ਸੀ ਉਹਨਾਂ ਨੇ ਸਾਡੇ ਤੋਂ ਹੀ ਪੁੱਛਿਆ ਸੀ ਕਿ ਭਈ ਐਸੀ ਐਸੀ ਕੋਈ ਚੀਜ਼ੇ ਬਤਾ ਦਿਓ ਜੋ مجھے ਨਾ ਪਤਾ ਹੋ ਕੱਲ ਕੁਝ ਇਸ ਕੇ ਉੱਪਰ ਕੰਟਰੋਵਰਸਰੀ ਆਈ ਡੋਨਟ ਵਾਂਟ ਕਿ ਭਈ ਇਸ ਪੇਸ ਮੇ ਕੋਈ ਮੈਂ ਕਿਸੇ ਕੇ ਸੈਂਟੀਮੈਂਟਸ ਹਰਟ ਨਹੀਂ ਕਰਨਾ ਚਾਹਤਾ ਫਾਲਤੂ ਮੈਂ ਹਾਂ ਇਸ ਤੇ ਸਾਡੀ 1 on 1 ਟਾਕ ਸਾਡੇ ਪਰਿਵਾਰ ਦੇ ਵਿੱਚ ਕਜ਼ਨਸ ਦੇ ਵਿੱਚ ਸਾਰੀ ਗੱਲ ਹੋਈ ਹੈ ਤੇ ਜਿਹੜੀ ਗੱਲ ਰਹਿ ਗਈ ਉਸ ਸੀਨ ਦੇ ਬਾਰੇ ਆਈ ਥਿੰਕ ਉਹ ਸੀਨ ਹੈਗਾ ਕਿ ਫਸਟ ਟਾਈਮ ਕਜ਼ਨਸ ਸਕ੍ਰੀਨ ਤੇ ਆਉਂਦੇ ਨੇ ਤੇ ਬੜੇ ਟੌਰ ਦੇ ਨਾਲ ਆਉਂਦੇ ਨੇ ਨਾ ਆਪਣੇ ਐਟੀਟਿਊਡ ਦੇ ਵਿੱਚ ਆਉਂਦੇ ਨੇ ਕਿਸੇ ਕੋ ਕੰਨ ਨਾ ਕਿਸੇ ਕੋ ਕੁਛ ਹੈ ਉਸ ਟਾਈਮ ਰਣਵੀਰ ਸਕਾ ਆਈ ਥਿੰਕ ਸਿਗਰਟ ਸੀ ਮੈਂ ਤੇ ਬਹੁਤ ਮੈਂ ਸਭ ਤੋਂ ਲਾਸਟ ਚਲ ਰਹਾ ਸੀ ਅਗਰ ਤੁਸੀਂ ਦੇਖੋਗੇ ਉਹ ਸਕ੍ਰੀਨ ਦੇ ਵਿੱਚ ਮੈਂ ਸਭ ਤੋਂ ਲਾਸਟ ਜਗਾ ਤੇ ਉੱਥੇ ਨਾ ਕੋਈ ਇੰਟੈਂਸ਼ਨਲੀ ਸੰਦੀਪ ਸਰ ਨੇ ਕੋਈ ਉਹ ਨਹੀਂ ਰੱਖਿਆ ਸੀ ਕਿ ਪਹਿਲਾ ਮੁੰਡਾ ਸਰਦਾਰ ਖੜਾ ਹੋਊਗਾ ਰਣਵੀਰ ਕਪੂਰ ਦੇ ਪਿੱਛੇ ਫਿਰ ਮੋਨਾ ਹੋਊਗਾ ਫਿਰ ਅਦਾਂ ਹੋਊਗਾ ਅਦਾਂ ਕੁਛ ਨਹੀਂ ਸਾਰੇ ਮੁੰਡੇ ਆਪਣੇ ਤਰੀਕੇ ਨਾਲ ਖੜੇ ਸੀ ਤੇ ਕਿਸ ਨੂੰ ਨਹੀਂ ਪਤਾ ਜੋ ਅੱਗੇ ਪਿੱਛੇ ਕੌਣ ਹੈ ਤੋ ਇੱਕ ਇੱਕ ਇਟਸ ਜਸਟ ਆ ਇੱਕ ਅ ਕਹਿੰਦੇ ਨੇ ਮੈਂ ਟੋਰੀ ਸ਼ਾਰਟ ਸੀਗਾ ਤੇ ਉਹਦੇ ਵਿੱਚ ਉਹਨਾਂ ਨੇ ਸਿਗਰਟ ਪੀਤੀ ਉਹ ਕਿੱਥੇ ਧੂਆ ਆ ਗਿਆ ਉਹਨਾਂ ਬਟ ਇੰਟੈਂਸ਼ਨਲੀ ਐਬ ਜਬ ਕੁਝ ਨਹੀਂ ਹੋਇਆ ਸੀ ਹਨ ਇੰਟੈਂਸ਼ਨਲੀ ਅਗਰ ਕੁਝ ਹੋਇਆ ਹੁੰਦਾ ਤੇ ਪੂਰੀ ਫਿਲਮ ਚ ਆਪਾਂ ਹੈਗੇ ਆ ਪੂਰੀ ਫਿਲਮ ਚ ਮੌਕਾ ਮਿਲਦਾ ਫਿਰ ਕਰਨ ਦਾ ਅਗਰ ਸਾਡੇ ਤੇ ਇੰਟੈਂਸ਼ਨ ਦਿਖਾਣੇ ਸੀ ਉਹਨਾਂ ਨੇ ਕਿ ਪੰਜਾਬੀਆਂ ਨੂੰ ਬੁਰਾ ਦਿਖਾਣਾ ਤੇ ਪੂਰੀ ਫਿਲਮ ਚ ਮੌਕਾ ਮਿਲਦਾ ਨਾ ਉਹਨਾਂ ਨੂੰ ਸੋ ਮੈਂ ਆਪਣੇ ਵੀਵਰਸ ਤੁਹਾਡੇ ਵੀਵਰਸ ਨੂੰ ਸਮਝਣ ਲਈ ਕਰਨਾ ਚਾਹੁੰਦਾ ਕਿ ਇੰਟੈਂਸ਼ਨਲੀ ਨਹੀਂ ਸੀਗਾ ਐਂਡ ਅਸੀਂ ਦਿੱਲੀ ਚ ਸ਼ੂਟ ਕਰ ਰਹੇ ਸੀ ਸਲੈਕਸਿਟੀ ਵਾਕ ਤੇ ਉੱਥੇ ਬਹੁਤ ਜ਼ਿਆਦਾ ਕਰਾਊਡ ਆ ਗਿਆ ਸੀ ਤੇ ਆਪਾਂ ਸ਼ੂਟ ਜਲਦੀ ਜਲਦੀ ਖਤਮ ਕਰਨਾ ਸੀ ਹੈਨਾ ਤੁਹਾਨੂੰ ਪਤਾ ਹੀ ਜਦੋਂ ਕਰਾਊਡ ਆ ਰਿਹਾ ਉਹਨਾਂ ਦੇ ਵੀਰ ਕਪੂਰ ਸਭ ਨੂੰ ਪਤਾ ਲੱਗ ਗਿਆ ਆ ਗਿਆ ਤੇ ਉੱਥੇ ਮਾਲ ਜਿਗਾ ਡਾ ਡਾ ਵੱਡਾ ਤੇ ਸਾਰਾ ਕਰਾਊਡ ਕਰ ਤੋ ਵੀ 30000 ਲੋਕਾਂ ਦਾ ਕਰਾਊਡ ਆ ਗਿਆ ਸੀ ਉੱਥੇ ਤੇ ਉਹ ਛੇਤੀ ਛੇਤੀ ਸੀਨ ਖਤਮ ਕਰਕੇ ਉਹ ਪੋਏ ਸੀ ਸੋ ਇੰਟੈਂਸ਼ਨਲੀ ਇਹ ਬਜਾ ਕੁਝ ਨਹੀਂ ਸੀਗਾ ਕਿ ਅੱਗੇ ਪਿੱਛੇ ਸਰਦਾਰ ਉਹਨੂੰ ਤੂੰ ਹਮਾਰਿਆ ਹੈਨਾ ਐਫ ਜੀ ਕੋਈ ਗੱਲ ਨਹੀਂ ਸੀ ਉੱਥੇ ਉਹਦੇ ਉੱਤੇ ਵਨ ਆਫ ਵਨ ਮੀਟਿੰਗਸ ਹੋਈਆਂ ਸੀ ਕਿ ਇਹ ਵਜੇ ਕੋਈ ਇੰਟੈਂਸ਼ਨਲੀ ਕੰਮ ਨਹੀਂ ਹੋਏਗਾ ਜਿਹਦੇ ਨਾਲ ਸਿੱਖ ਜਾਂ ਕਿਸੇ ਵੀ ਕਮਿਊਨਿਟੀ ਨੂੰ ਸੈਂਟੀਮੈਂਟਸ ਉਹਦੇ ਹਰਟ ਹੋ ਕਿਉਂਕਿ ਪਰਪਸ ਉਹ ਨਹੀਂ ਹੈ ਪਰਪਸ ਹੈ ਫਿਲਮ ਬਣਾਉਣਾ ਯੈਸ ਯੈਸ ਤੁਸੀਂ ਇਹ ਚੀਜ਼ ਕਿਉਂ ਨਹੀਂ ਦੇਖ ਰਹੇ ਕਿ ਉਹਦੇ ਚ ਪੰਜਾਬੀਆਂ ਨੂੰ ਟੋਰੀ ਵੀ ਦਿਖਾਇਆ ਹੈ ਸੂਟਡ ਪੁਟਡ ਦਿਖਾਇਆ ਹੈ ਹੈ ਨਾ ਅਗਰੈਸਿਵ ਦਿਖਾਇਆ ਹਰ ਇੱਕ ਚੀਜ਼ ਉਹਨਾਂ ਨੇ ਉਹੀ ਦਿਖਾਈ ਜੋ ਪੰਜਾਬੀ ਵਿੱਚ ਹੁੰਦੀ ਹੈ ਯੈਸ ਯੈਸ ਨਕਲੀ ਸਰਦਾਰ ਨਹੀਂ ਦਿਖਾਏ ਹੂੰ ਹੂੰ ਜਿਨ੍ਹਾਂ ਦੀ ਦਾੜੀਆਂ ਉਹਨੇ ਦਾੜੀਆਂ ਅਸਲੀਆਂ ਅਸਲੀਆਂ ਨਕਲੀ ਦਾੜੀ ਕਿਸੇ ਨੇ ਲਾਈ ਤੂੰ ਇਹ ਚੀਜ਼ਾਂ ਦੇ ਵਿੱਚ ਤੁਸੀਂ ਗੱਲ ਕਰੋ ਨਾ ਯਾਰ ਹੈਨਾ ਇਹਦੇ ਨਾਲ ਪਤਾ ਕੀ ਹੋਏਗਾ ਬਾਜੀ ਅੱਗੇ ਆਉਣ ਵਾਲੇ ਟਾਈਮ 'ਚ ਲੋਕੀ ਪੰਜਾਬੀਆਂ ਨੂੰ ਲੈਣਾ ਫੇਰ ਬੰਦ ਕਰ ਦੇਣਗੇ ਕਿ ਭਈ ਇਹਨਾਂ ਨਾਲ ਪ੍ਰੋਬਲਮਸ ਆਉਂਦੀਆਂ ਫਿਰ ਅਕਲੀ ਸਿੱਕ ਲੈਣੇ ਸ਼ੁਰੂ ਕਰ ਦਣਗੇ ਫਿਰ ਕਿੱਥੇ ਜਾਵਾਂਗੇ ਫਿਰ ਤੁਸੀਂ ਕਹੋਗੇ ਕਿ ਮੁੰਡੇ ਬਾਲ ਘੜਾਈ ਜਾਂਦੇ ਨੇ ਮੁੰਡੇ ਕੇਸ ਕਤਲ ਕਰਾਈ ਜਾਂਦੇ ਨੇ ਫਿਰ ਇਹ ਚੀਜ਼ਾਂ ਵੀ ਤੇ ਹੈਨਾ ਜਾਂ ਤਾਂ ਫਿਰ ਆਪਣੀਆਂ ਫਿਲਮਾਂ ਬਣਾਈਏ ਜਿਹਦੇ 'ਚ ਪੰਜਾਬ 'ਚ ਲੈਣਾ ਸ਼ੁਰੂ ਕਰੋ ਫੇਰ ਸਰਦਾਰ yes yes ਉੱਥੇ ਕਿਉਂ ਨਹੀਂ ਲੈਣਦੇ ਪੇਪਰ ਹੌਣ ਤਾਂ ਬੜੀ ਬਹੁਤ ਚੇਂਜ ਆ ਗਏ ਪਹਿਲਾਂ ਇਨਸਟਾ ਖੋਲੀ ਜੀ ਅਸੀਂ ਕੁਝ ਖੋਲੀਦਾ ਸੀ ਹੁਣ ਮੈਨੂੰ ਲੱਗਦਾ ਪੱਗ ਟ੍ਰੈਂਡ ਵੀ ਬਣ ਗਈ ਐ ਫੈਸ਼ਨ ਵੀ ਬਣ ਗਿਆ ਚਲੋ ਫੈਸ਼ਨ ਦੇ ਨਾਮ ਤੋਂ ਹੀ ਸਟਾਰਟ ਹੋ ਗਏ ਭਾਵੇਂ ਵੀ ਮੈਂ ਕੇਸ ਰੱਖਣੇ ਤੇ ਮੈਂ ਯੈਸ ਲੁੱਕ ਚੇਂਜ ਹੋਉਣਾ ਲਗ ਲਗ ਬੱਗਾ ਰੰਗ ਦੀਆਂ ਬਣਨੀ ਐ ਤਾਂ ਇਹ ਵਧੀਆ ਚੀਜ਼ ਜੀ ਡਿਫਰੈਂਟ ਲੱਗਦੇ ਆ ਹਮ ਅਲੱਗ ਲੱਗਦੇ ਆ ਮੈਨੂੰ ਲੱਗਦਾ ਮੈਂ ਇੱਕ ਇੱਕ ਮੈਨੂੰ ਛੋਟਾ ਕਿੱਸਾ ਯਾਦ ਆ ਗਿਆ ਇਸ ਗੱਲ ਤੋਂ ਮੈਂ ਹਾਇਦਰਾਬਾਦ ਦੇ ਵੇਸੇ ਅ ਅਸੀਂ ਇੱਕ ਸ਼ੂਟ ਕਰ ਰਹੇ ਸੀ ਹਾਇਦਰਾਬਾਦ ਦੇ ਵਿੱਚ ਤੇ ਮੈਂ ਉਥੇ ਪੱਗ ਬੰਨੀ ਹੋਈ ਸੀ ਮੇਰੀ ਨਾ ਬਾਈ ਸਬਸੀ ਦਾ 16 ਇੰਚ ਦਾ ਹੈ ਨਾ ਮੈਂ ਇਕੱਲੇ ਚੱਲ ਰਿਹਾ ਉਹ ਰੋੜ ਤੇ ਅਵੀ ਸ਼ਾਮ ਦੇ ਟਾਈਮ ਤੇ ਮੈਂ ਵਾਕ ਕਰ ਰਿਹਾ ਸੀ ਮੈਨੂੰ ਉਥੇ ਦੇ ਹైదరాబాద్ ਦੇ ਲੋਕ ਪਿੱਛੇ ਮੂੜ ਮੂੜ ਕੇ ਕਹਿੰਨ ਉਹ ਸudar ji you looking वार? great ਬਾਜੀ ਮਸਤ ਲੱਗ ਰਹੇ ਹੋ ਤੇ ਉਹ ਕਿਦਾਂ ਹੈ ਮੇਰੀ ਪੱਗ ਨਾਲ ਉਹਨਾਂ ਨੇ ਪੱਗ ਦੇਖੀ ਲੁੱਕ ਦੇਖੀ ਡਿਫਰੈਂਟ ਤੇ ਉਹ ਲੋਕ ਆਈ ਥਿੰਕ ਸਾਨੂੰ ਲੱਗਦਾ ਬਰਕਰਾਰ ਰੱਖਣੀ ਚਾਹੀਦੀ ਰੱਬ ਨੇ ਸਾਨੂੰ ਸਾਨੂੰ ਕਹਿੰਦੇ ਨੇ ਨਾ ਮਹਾਰਾਜਾ ਲੋਕ ਦਿੱਤੀ ਐ ਉਹ ਆਈ ਥਿੰਕ ਸਭ ਨੂੰ ਨੇ ਦਿੱਤੀ ਦੂਰੋਂ ਪਹਿਚਾਨ ਹੋ ਜਾਂਦੀ ਐ ਵੀ ਯਾਰ ਉਹ ਪੰਜਾਬੀ ਸਰਦਾਰ ਜੀ ਨੇ ਵੀ ਤੁਸੀਂ ਤੁਹਾਡੀ ਤੁਸੀਂ ਕਿ ਮੇਰਾ ਚੰਡੀਗੜ੍ਹ ਦਾ ਐਕਸਪੀਰੀਅੰਸ ਐ ਨਾ ਖਾਸ ਨਹੀਂ ਰਿਹਾ ਵੀ ਕੀ ਹੋਇਆ ਇਦਾਂ ਦਾ ਜਿਹੜਾ ਤੁਹਾਡਾ ਪੰਜਾਬੀ ਇੰਡਸਟਰੀ ਦਾ ਐਕਸਪੀਰੀਅੰਸ ਐ ਨਾ ਖਾਸ ਨਹੀਂ ਰਿਹਾ ਆਈ ਥਿੰਕ ਉਹਨਾਂ ਦੇ ਹੁਣ ਮੈਂ ਉਹਦੇ ਬਾਰੇ ਕੀ ਗੱਲ ਕਰਾਂ ਥੋੜਾ ਬੋਤੋ ਦੱਸੋ ਦੇਖੋ ਭਾਜੀ ਮੈਂ ਇਹ ਕੰਨਾ ਵੀ ਪੂਰੀ ਕਮਿਊਨਿਟੀ ਨਹੀਂ ਮਾੜੀ ਹੁੰਦੀ ਬੰਦੇ ਚੰਗੇ ਮਾੜੇ ਮਿਲਦੇ ਬੰਦੇ ਚੰਗੇ ਮਾੜੇ ਮਿਲਦੇ ਠੀਕ ਐ ਉੱਥੇ ਆਈ ਥਿੰਕ ਉਹਨਾਂ ਨੇ ਨਾ ਬਣਾ ਰੱਖਿਆ ਸੀ ਦਿੱਲੀ ਦੇ ਮੁੰਡੇ ਉਹਨੇ ਉਹਨਾਂ ਦੀ ਲੈਂਗੁਏਜ ਪਾਪੇ ਹੁੰਦੇ ਨੇ ਉਹ ਮੈਨੂੰ ਬੜਾ ਮੈਨਸਵਾਲ ਪੁੱਛਣਾ ਸੀ ਪਰ ਮੇਰੀ ਹਿੰਮਤ ਨਹੀਂ ਪੈ ਰਹੀ ਸੀ ਮੇਰੀ ਵੀ ਹਿੰਮਤ ਨਹੀਂ ਹੈ ਬੋਲਣ ਦੀ ਲੋਕ ਪਤਾ ਨਹੀਂ ਕਿਸ ਤਰੀਕੇ ਨਾਲ ਲੈ ਲੈਣਗੇ ਇਸ ਗੱਲ ਨੂੰ ਕਿਉਂਕਿ ਪਤਾ ਕੀ ਆ ਸੀ ਰੀਲਸ ਵੀ ਦੇਖੀਦਾ ਏ ਛੋਟੀਆਂ ਪੱਗਾ ਬੰਦੇ ਨੇ ਇਹ ਇਹਨਾਂ ਦੀ ਪੰਜਾਬੀ ਠੇਠ ਪੰਜਾਬੀ ਨਹੀਂ ਹੈਗੀ ਯਾ ਮੇਰੇ ਇੱਕ ਕੁਐਸਚਨ ਆਏਗਾ ਮੇਰੇ ਮਾਈਂਡ 'ਚ ਆਪਣਾ ਪੰਜਾਬ ਹੈ ਬਹੁਤ ਵੱਡਾ ਹੈ ਨਾ ਤੇ ਉੱਥੇ ਹਰ 10 ਕਿਲੋਮੀਟਰ 'ਚ ਲੈਂਗੁਏਜ ਵੀ ਤਾਂ ਚੇਂਜ ਹੈ ਹੈ ਕਿ ਨਹੀਂ ਹੈ ਸੰਬੰਧ ਦੇ ਉੱਥੇ ਹਰ 10 ਕਿਲੋਮੀਟਰ 'ਚ ਲੈਂਗੁਏਜ ਚੇਂਜ ਹੈ ਤੇ दिल्ली दी लैंग्वेज चेंज ਨਹੀਂ ਹੋਗੀ ਯਾਰ ਅ ਜਿੱਦਾਂ ਦੀ ਵੀ ਲੈਂਗੁਏਜ ਠੀਕ ਹੈ ਮੇਰੀ ਪੰਜਾਬ ਚ ਲੈਂਗੁਏਜ ਨਹੀਂ ਸੋਣੀ ਹੋएगी ਤੇ ਮੇਰੇ ਬੰਬੇ ਚ ਤਾਂ ਵਧੀਆ ਮੈਨੂੰ ਲੱਗਦਾ ਟਾਈਮ ਅਧੀਨ ਗੱਲ ਹੈ ਬਸ ਕਿ ਟਾਈਮ ਚੰਗਾ ਹੋਏਗਾ ਕਿਉਂਕਿ ਬੰਬੇ ਤੋਂ ਵੀ ਤੇ ਆਰਟਿਸ ਆ ਕੇ ਪੰਜਾਬ ਚ ਕੰਮ ਕਰਦੇ ਨੇ ਹਾਂਜੀ ਹਾਂਜੀ ਉਹ ਨਹੀਂ ਤਾਂ ਦਿੱਲੀ ਵਾਲੀ ਪੰਜਾਬੀ ਨਹੀਂ ਹੈਗੀ ਇਸ ਕੋ ਚੁੱਕ ਕੇ ਉਧਰ ਰੱਖੋ ਯਹਾਂ ਸੇ ਪਗੋ ਯਹਾਂ ਸੇ ਪਗੋ ਨਿੱਠ ਕੇ ਬੈਠ ਜਾਓ ਸੋ ਉਹ ਵੀ ਤਾਂ ਲੈਂਦੇ ਨੇ ਉਹਨਾਂ ਨੂੰ ਇਹ ਤਾਂ ਚਲੋ ਹਾਂ ਉਹਨਾਂ ਦੀ ਭਾਜੀ ਇਹ ਇਹ ਜਿਹੜਾ ਮਸਲਾ ਨਾ ਵੀ ਲੈਂਗੁਏਜਿਸ ਦਾ ਇਹ ਤਾਂ ਆਪਸ ਚ ਦੁਆਬੇ ਵਾਲੇ ਮੱਝੇ ਵਾਲੇ ਵਾਪਸ ਸੀ ਕਈ ਵਾਰ ਕਰਦੇ ਰਹਿੰਦੇ ਅਸੀਂ ਦੁਆਬੇ ਵਾਲੇ ਅਸੀਂ ਮੱਝੇ ਵਾਲੇ ਮੈਨੂੰ ਲੱਗਦਾ ਭਾਜੀ ਮੈਨੂੰ ਲੱਗਦਾ ਕਿ ਕੰਮ ਕਰਨਾ ਚਾਹੀਦਾ ਕਈ ਬੰਦਾ ਬਨ ਰਿਹਾ ਅੱਗੇ ਮੈਂ ਤੇ ਸਮਝਦਾ ਕਿ ਯਾਰ ਜਿਹੜਾ ਬੰਦਾ ਬਨ ਰਿਹਾ ਮੈਂ ਮੇਰੇ ਕੋ ਰਬਿੰਦਰ ਨਾ ਦਵੇ ਕਿ ਮੈਂ ਉਹਨੂੰ ਅੱਗੇ ਵਧਾਵਾਂ ਏਸ ਯੈਸ ਯੈਸ ਤੁਹਾਨੂੰ ਦੇਖ ਕੇ ਭਾਜੀ ਪਤਾ ਨਹੀਂ ਕਿੰਨੇ ਜਾਣੇ ਕਹਿਣਗੇ ਯਾਰ ਮੈਂ ਵੀ ਕੇਪੀ ਭਾਜੀ ਵਾਂਗੂ ਨਾ ਇਦਾਂ ਦੀ ਚੀਜ਼ਾਂ ਕਰਨੀਆਂ ਹੁਣ ਮੈਂ ਬਸ ਇਹੀ ਕਹਿੰਦਾ ਕਿ ਭਈ ਚੋ ਵੀ ਕੰਮ ਕਰੋ ਨਾ ਮੈਂ ਨਹੀਂ ਕਹਿੰਦਾ ਤੁਸੀਂ ਨੌਕਰੀ ਛੱਡ ਕੇ ਜਿਹੜਾ ਕੰਮ ਕਰ ਰਹੇ ਹੋ ਛੱਡ ਕੇ ਇਸ ਪਾਸੇ ਲੱਗ ਜਾਓ ਤੁਹਾਡਾ ਟਾਰਗੇਟ ਕਲੀਅਰ ਹੋਣਾ ਚਾਹੀਦਾ ਭਾਜੀ ਉਹ ਸੁਪਣਿਆਂ 'ਚ ਜਾਣ ਹੋਣੀ ਚਾਹੀਦੀ ਐ ਮੈਂ ਐਕਚੁਅਲ ਦੇ ਵਿੱਚ ਸੁਣਦਾ ਸੀ ਨਾ ਆਪਾਂ ਗੱਲਾਂ ਉਹ ਮੈਂ ਐਕਸਪੀਰੀਅੰਸ ਕੀਤਾ ਉਹ ਸੁਪਣੇ ਜਿਹੜੇ ਰਾਤ ਨੂੰ ਸੌਣ ਨਾ ਦੇਣ ਉਹ ਅਸੀਂ ਕਹਾਵਤਾਂ 'ਚ ਸੁਣਿਆ ਸੀ ਉਹ ਮੈਂ ਐਕਸਪੀਰੀਅੰਸ ਕਿਤਨੇ ਭਰੀ ਪੂਰੀ ਪੂਰੀ ਰਾਤ ਜਾਗਦਿਆਂ ਦਾ ਸੋਦੀ ਬਹਰ ਤੇ ਦੇਖਦਿਆਂ ਦਾ ਸੀ ਮੈਂ ਜੋ ਹੀਰੋ ਬਣੂੰਗਾ ਐਸਾ ਹੂੰਗਾ ਐਸੇ ਕੱਪੜੇ ਪਹਿਨੂੰਗਾ ਯਾ ਐਸੀ ਲੁੱਕ ਹੋਗੀ ਐਸੀ ਫਾਈਟ ਕਰੂੰਗਾ ਮੈਂ ਇਮੇਜਿਨ ਕਰਦਾ ਹ ਹੁਣ ਵੀ ਥੋਟ ਆ ਜਾਂਦਾ ਕਿ ਸੈਕਿੰਡ ਥੋਟ ਤੇ ਚੱਲ ਰਿਹਾ ਹੁੰਦਾ ਹੈ ਕਿ ਯਾਰ ਐਵੇਂ ਜੇ ਕਰੈਕਟਰ ਮਿਲੇਗਾ ਤਾਂ ਕੀ ਕਰਾਂਗਾ ਮੈਨੂੰ ਲੱਗਦਾ ਮੈਨੀਫੈਸਟੇਸ਼ਨ ਹੁੰਦੀ ਹੈ ਨਾ ਤੁਸੀਂ ਕਦੇ ਸੋਚਿਆ ਹੁੰਦਾ ਵੀ ਮੈਂ ਇਦਾਂ ਕਰਕੇ ਕਰੂੰਗਾ ਅੱਜ ਹੋ ਗਿਆ ਮੈਂ ਉਸੇ ਨੂੰ ਮੰਨਦਾ ਮੈਨੀਫੈਸਟੇਸ਼ਨ ਯਾ ਕਈ ਵਾਰ ਹੁੰਦਾ ਨਾ ਥਾਟਸ ਹੁੰਦੇ ਆ ਵੀ ਯਾਰ ਇਦਾਂ ਹੋ ਜਾਣਾ ਤੇ ਉਹ ਹੋ ਜਾਂਦਾ ਉਹ ਥਾਟਸ ਆਪਣੇ ਆਪ ਆ ਜਾਂਦੇ ਨਾ ਜਦੋਂ ਹੁਣਾ ਹੁੰਦਾ ਆਪਣੇ ਆਪ ਆ ਜਾਂਦਾ ਨਹੀਂ ਤਾਂ ਯਾਰ ਭਾਜੀ ਜਿਸ ਜਿਸ ਟਾਈਮ ਤੋਂ ਮੈਂ ਨਿਕਲੇ ਹਾਂ ਮੈਂ ਤੇ ਮੈਨੂੰ ਲੱਗਦਾ ਉਸ ਟਾਈਮ ਤੇ ਬੰਦਾ ਸੇਫ ਜੋਬ ਕਰ ਰਿਹਾ ਤੇ ਜ਼ਿਆਦਾ ਵਧੀਆ ਸੀ ਹੂੰ ਮੈਨੂੰ ਤਾਂ ਇਹ ਸੋਚੋ ਰੱਬ ਨੇ ਬlesing ਆ ਜਾਂ ਮੇਰੇ ਮਾਪਿਆਂ ਦੀ ਬlesing ਹੈ ਜਾਂ ਮੈਨੂੰ ਲੱਗਦਾ ਰੱਬ ਦੀ ਬlesing ਇਸ ਕਰਕੇ ਹੈ ਕਿਉਂਕਿ ਉਹਨਾਂ ਨੇ ਮੇਰੇ ਅਗਰ ਪੇਰੈਂਟਸ ਹੁਣ ਜਲਦੀ ਚੱਕ ਲਏ ਤੇ ਉਹਨਾਂ ਨੇ ਕੁਝ ਤਾਂ ਮੇਰੇ ਲਈ ਵਧੀਆ ਰੱਖਿਆ ਹੋਵੇਗਾ ਤੇ ਮੈਂ ਜੋ ਚੀਜ਼ ਸੋਚਦਾ ਸੀ ਹੋ ਜਾਂਦੀ ਸੀ ਪੂਰੀ ਭਾਜੀ ਮੈਂ ਜਿੰਨੇ ਵੀ ਸਕਸੈਸਫੁਲ ਬੰਦੇ ਦੇਖਿਆ ਨਾ ਪੂਰੇ ਟੌਪ ਲੈਵਲ ਦੇ ਉਹਨਾਂ ਦੀ ਜ਼ਿੰਦਗੀ 'ਚ ਨਾ ਰੱਬ ਨੇ ਕੁਛ ਨਾ ਕੁਛ ਹੀਸਾ ਰੱਖਿਆ ਹੁੰਦਾ ਰੱਖਿਆ ਹੁੰਦਾ ਸਹੀ ਗੱਲ ਆ ਮੈਂ ਹੁਣ ਆਰਟਿਸਟ ਦੇ ਨਾਮ ਕਰਨ ਔਜਲਾ ਜਾਂ ਜਿੰਨੇ ਵੀ ਆਰਟਿਸਟ ਨੇ ਵੀ ਮੈਂ ਹੁਣ ਨਾਮ ਲਵਾ ਸਾਰਿਆਂ ਦੇ ਸਾਰਿਆਂ ਦੇ ਨਾ ਕੋਈ ਜ਼ਿੰਦਗੀ ਦਾ ਐਸਾ ਪਾਰਟ ਨੇ ਰੱਖਿਆ ਹੁੰਦਾ ਫਿਰ ਉਹ ਕਹਿੰਦਾ ਰੱਬ ਕਹਿੰਦਾ ਚੱਲਦਾ ਤਾਂ ਹਸ ਤੂੰ ਉਹ ਮੈਂ ਪਾਰਟ ਸਮਝਦਾ ਉਹ ਮੈਂ ਆਈ ਥਿੰਕ ਭਾਜੀ ਕੋਈ ਵੀ ਜਿਹੜੇ ਵੀ ਇਸ ਲਾਈਨ ਤੋਂ ਇਸ ਲੈਵਲ ਤੋਂ ਕੱਜਦਾ ਉਹ ਮੈਂ ਪਾਰਟ ਸਮਝਦਾ ਉਹਨਾਂ ਦਾ ਹਮ ਕਿ ਰੱਬ ਤਾਂ ਨੂੰ ਇੱਟਾ ਡਿਕਾਂਦਾ ਹੈ ਨਾ ਡਿਕਾਂਦਾ ਕਿ ਤੂੰ ਖੜਾ ਹੋ ਪਾਏਂਗਾ ਕਿ ਨਹੀਂ ਖੜਾ ਹੋ ਪਾਏਂਗਾ ਉਸ ਲੈਵਲ ਤੇ ਲਾ ਜਾਂਦਾ ਸੋ ਉਸ ਲੈਵਲ ਤੋਂ ਜਿੰਨੇ ਪਾਰ ਕਰ ਲਿਆ ਨਾ ਭਾਜੀ ਉਹ ਫਿਰ ਉਹਦੇ ਲਈ ਰਸਤੇ ਖੁੱਲ ਜਾਂਦੇ ਨੇ ਹਜੇ ਮੈਂ ਹਜੇ ਵੀ ਕਹਿੰਦਾ ਕਿ ਹਜੇ ਮੈਂ ਸਕਸੈਸਫੁਲ ਨਹੀਂ ਆ ਹਜੇ ਤਾਂ ਸਕਸੈਸ ਪਾਣੀ ਹੈ ਹਜੇ ਜਸਟ ਇਟਸ ਜਸਟ ਅ ਸਟਾਰਟਅਪ ਸਕਸੈਸਫੁਲ ਦੀ ਡੈਫੀਨੇਸ਼ਨ ਕੀ ਹੈ ਭਾਜੀ ਸਕਸੈਸਫੁਲ ਦੀ ਡੈਫੀਨੇਸ਼ਨ ਮੇਰੀ ਲਾਈਫ ਤੇ ਆਈ ਹੈ ਕਿ ਇੱਕ ਸਟੇਬਲ ਸਟੇਬਲ ਲਾਈਫ ਹੋਵੇ ਥੈਟਸ ਇਟ ਤੁਹਾਡਾ ਬੈਂਕ ਬੈਲੈਂਸ ਹੋਵੇ ਤੁਹਾਡਾ ਛੱਤ ਹੋਵੇ ਤੁਹਾਡੀ ਜੋ ਨਾਰਮਲ ਰੂਟੀਨ ਲਾਈਫ ਹੈ ਜੋ ਆਮ ਲੋਕ ਜਿੰਦੇ ਨੇ ਉਹ ਤਾਂ ਚਾਹੀਏ ਐਦਾਂ ਡਰਨਾ ਹੋਏ ਕਿ ਕੱਲ ਨੂੰ ਕੰਮ ਹੈ ਕਿ ਨਹੀਂ ਹੈ ਭਾਜੀ ਬੈਟਰ ਹਸਬੰਡ ਤੁਸੀਂ ਤਾਂ ਹੀ ਤੁਸੀਂ ਬੈਟਰ ਹਸਬੈਂਡ ਹੋ ਕੇ ਬੈਟਰ ਐਕਟਰ ਹੋ ਅੱਛਾ ਬੈਟਰ ਐਕਟਰ ਨਾ ਕਰਨੀ ਤਾਂ ਕਰਕੇ ਬੈਟਰ ਹਸਬੈਂਡ ਤਾਂ ਮੈਨੀ ਬਣ ਪਾਇਆ ਬਣ ਮਤਲਬ ਮੇਰੇ ਮਾਈਂਡ ਚ ਹਮੇਸ਼ਾ ਪਹਿਲਾਂ ਮੇਰੀ ਫੈਮਲੀ ਕਹਿੰਦੀ ਹੈ ਵਾਈਫ ਕਹਿੰਦੀ ਹੈ ਕਿ ਭਾਈ ਕੰਮ ਨੂੰ ਰੱਖ ਕੇ ਕਦੇ ਮਤਲਬ ਫੈਮਲੀ ਵੱਲ ਵੀ ਦੇਖਿਆ ਕਰੋ ਹੈ ਨਾ ਬਟ ਉਹਨਾਂ ਸਪੋਟ ਹੀ ਹੈ ਤਾਂ ਕਰਕੇ ਤੇ ਮੱਗ ਕੇ ਵਧਿਆ ਤੇ ਮੇਰੇ ਲਈ ਆਏਗਾ ਕਿ ਯਾਰ ਮੈਨੇ ਕੰਮ ਕੰਮ ਮੇਰਾ ਹੈ ਹੀ ਨਹੀਂ ਬਿਜ਼ਨਸ ਹੀ ਨਹੀਂ ਮੈਨੂੰ ਤਾਂ ਆਈ ਬਿਜ਼ਨਸ ਕਰਨਾ ਹੈ ਕਿਉਂਕਿ ਤੁਹਾਡਾ ਟਰੈਵਲ ਵੀ ਰਹਿੰਦਾ ਸ਼ੂਟਸ ਲਈ ਸ케ਡਿਊਲ ਹੁਣ ਲੰਡਨ ਗਏ ਜਾਂ ਕਿਤੇ ਉਹ ਤਾਂ ਦੇਖੋ ਮੇਰੀ ਵਾਈਫ ਮੈਨੂੰ ਚੰਗੇ ਮਿਲ ਗਈ ਐ ਸੋਚ ਲੋ ਜਦੋਂ ਉਹ ਮੇਰੀ ਲਾਈਫ ਚ ਆਈ ਤੇ ਮੇਰੀ ਲਾਈਫ ਚੇਂਜ ਹੋਈ ਜੋ ਤਾਂ ਬੇਟੀ ਮੇਰੀ ਲਾਈਫ ਚ ਆਈ ਤੇ ਮੇਰੀ ਲਾਈਫ ਹੋਰ ਚੇਂਜ ਹੋ ਗਈ ਤੇ ਇਹਦਾ ਸਪੋਰਟ ਆ ਕਿ ਮੈਂ ਨਹੀਂ ਤਾਂ ਕੋਈ ਨਹੀਂ ਨੀ ਚੇਲਦਾ ਐਕਟਿੰਗ ਟਿੰਗ ਕਰ ਲੈਂਦੇ ਉਹ ਘਰੇ ਵੀ ਕਰਨੀ ਪੈਂਦੀ ਐ ਮੈਂ ਦੁਖੀ ਬਹੁਤ ਥੋੜਾ ਹੁੰਦਾ ਕਰਨੀ ਪੈਂਦੀ ਐ ਉਹ ਸਮਝ ਆਉਂਦੀ ਐ ਐਕਟਿੰਗ ਕਰ ਰਿਹਾ ਭਾਬੀ ਜੀ ਐਕਟਿੰਗ ਕਰ ਲੈਂਦੇ ਕਈ ਵਾਰ ਘਰੇ ਐਕਟਿੰਗ ਹੋ ਸਮਝਾਂਦੀ ਆ ਤੁਸੀਂ ਲੱਕੀ ਚਾਰਮ ਕਿੰਨੂੰ ਮੰਨਦੇ ਹੋ ਵੀ ਮੇਰੀ ਲਾਈਫ ਚ ਕੀ ਆ ਇਦਾਂ ਦਾ ਬਈ ਯਾਰ ਚੀਜ਼ਾਂ ਸਹੀ ਹੋ ਰਹੀਆਂ ਨੇ ਬਈ ਸ਼ੁਕਰਾਨਾ ਕਰਦੇ ਆ ਰੋਜ਼ ਦੀ ਉੱਠ ਕੇ ਮੇਰੀ ਬੇਟੀ 2 ਸਾਲ ਦੀ ਹੈ ਅੱਛਾ ਸੋ ਜਦੋਂ ਪੈਦਾ ਹੋਈ ਜਦੋਂ ਅ ਪੈਦਾ ਨਹੀਂ ਜਦੋਂ ਕੋਈ ਦੀ ਅਨਾਉਂਸਮੈਂਟ ਹੋਈ ਨਾ ਕਿ ਬੇਬੀ ਹੋਣ ਵਾਲਾ ਐ ਉਸੇ ਟਾਈਮ ਮੈਨੂੰ ਦਿਲਜੀਤ ਭਾਜ ਦਾ ਪ੍ਰੋਜੈਕਟ ਮਿਲਿਆ ਹਾਲਾਂਕਿ ਉਹ ਪ੍ਰੋਜੈਕਟ ਮੈਨੂੰ 2020 ਚ ਮਿਲਿਆ ਸੀ ਕਿਸ ਨੂੰ ਪਤਾ ਨਹੀਂ ਸੀ ਕੋਵਿਡ ਹੋ ਜਾਏਗਾ ਉਹ ਕੋਵਿਡ ਤੋਂ ਪਹਿਲਾਂ ਮੈਂ ਸਲੈਕਟ ਸੀਗਾ ਉਸ ਪ੍ਰੋਜੈਕਟ ਲਈ ਬਟ ਕੋਵਿਡ ਤੋਂ ਬਾਅਦ ਐਧਾ ਦੇ ਸਰਕਮਸਟੈਂਸਸ ਹੋ ਗਏ ਕਿ ਵੀ ਉਹਨਾਂ ਨੇ ਉਹ ਬੰਬੇ ਸ਼ੂਟ ਕਰਨਾ ਸੀ ਦੇ ਡੋਨਟ ਵਾਂਟ ਐਨੀ ਅਦਰ ਆਰਟਿਸਟ ਲਾਈਕ ਦਿਲੀਆ ਕਿਤਰੂਦੀ ਤੇ ਮੇਰੇ ਮਨ ਚ ਸੀਗਾ ਯਾਰ ਇਹੋ ਜੇ ਪ੍ਰੋਜੈਕਟ ਦਾ ਹਿੱਸਾ ਪੜਨਾ ਹੈ ਚਾਹੇ ਛੋਟਾ ਜਿਹਾ ਕੈਰੈਕਟਰ ਮਿਲੇ ਮੈਂ ਸੱਚੀ ਕਹ ਰਿਹਾ ਚਾਹੇ ਮੈਨੂੰ ਫੀਚਰ ਕਾਸਟ ਮਿਲਦਾ ਚਾਹੇ ਪਿੱਛੇ ਖੜੇ ਹੋਣ ਨੂੰ ਮਿਲਦਾ ਮੈਂ ਸੋਚਿਆ ਸੀ ਬਸ ਇਸ ਪ੍ਰੋਜੈਕਟ ਦਾ ਮੈਂ ਹਿੱਸਾ ਬੜਨਾ ਹੈ 84 84 ਸਭ ਨੂੰ ਪਤਾ ਉਹਦੇ ਬਾਰੇ ਸੋ ਮੇਰੇ ਮਾਈਂਡ ਸੇ ਬਸ ਐ ਸੀ ਇਸ ਪ੍ਰੋਜੈਕ ਮੈਨੂੰ ਛੋਟਾ ਜਿਹਾ ਕੰਮ ਮਿਲਿਆ ਛੋਟਾ ਜਿਹਾ ਮਤਲਬ ਜਿੰਨਾ ਵੀ ਕੈਰੈਕਟਰ ਮਿਲਿਆ ਮੈਨੂੰ ਮੈਂ ਉਹਨੂੰ ਵਾਕਈ ਦਿਲੋਂ ਨਿਭਾਇਆ ਮੇਰੇ ਮਾਈਂਡ ਚ ਆਉਂਦਾ ਪੰਜ ਮਿੰਟ ਦਾ ਚਾਹੇ ਮੈਨੂੰ ਜਦੋਂ ਮੈਂ ਪਹਿਲਾਂ ਕਰਾਊਡ ਵੀ ਕਰਦਾ ਹੁੰਦਾ ਸੀ ਫੀਚਰ ਕਾਸਟ ਵੀ ਕਰਦਾ ਹੁੰਦਾ ਸੀ ਕਿ ਭਈ ਜੋ ਵੀ ਕੈਰੈਕਟਰ ਮਿਲਿਆ ਮੈਂ ਮਜ਼ਾ ਆਉਂਦਾ ਕਰੂੰਦਾ ਤੁਸੀਂ ਸ਼ੁਰੂ ਤੋਂ Delhi ਰਹਿ ਰਹੇ ਹੋ ਜੀ ਮੈਂ ਬੌਰਨ ਬਾਟਮ ਇਨ Delhi OK ਮਤਲਬ ਅਸੀਂ 1984 ਚ ਅਸੀਂ ਸ਼ਿਫਟ ਹੋ ਗਏ ਸੀਗੇ ਮੈਂ ਤਾਂ ਬੌਰ 90 ਬੌਰ ਨਾ ਮੈਂ ਵੀ 90 ਬੌਰ ਨਾ 90 ਬੌਰ ਨੋ ਮੇਰੇ ਵੱਡੇ ਬ੍ਰਦਰ 94 ਬੌਰ ਉਦੋਂ 2 ਮੰਥ ਸੀ ਜਦੋਂ ਇਹ ਚੀਜ਼ਾਂ ਹੋਈਆਂ 1984 ਚ ਫਿਰ ਅਸੀਂ ਲੁਧਿਆਣਾ ਸ਼ਿਫਟ ਹੋ ਗਏ ਸੀਗੇ ਤਾਂ ਉਸ ਜੋਗੀ ਮੂਵੀ ਵਿੱਚ ਜਿਹੜੀਆਂ ਚੀਜ਼ਾਂ ਦਿਖਾਈਆਂ ਇਦਾਂ ਹੀ ਬਚ ਬਚਾ ਕੇ 15 ਦਿਨ ਵਿੱਚ ਵੀ ਡੈਡੀ ਅਲੱਗ ਟਰੱਕ ਚ ਕਿਤੇ ਜਾ ਰਹੇ ਨੇ ਕਿਸ ਨੇ ਹੈਲਪ ਕੀਤੀ ਮੰਮੀ ਪਹੁੰਚੇ ਕਿਤੋਂ ਤਦ 15 ਦਿਨ ਬਾਅਦ ਪਤਾ ਲੱਗਿਆ ਵੀ ਕੌਣ ਕੌਣ ਹੈਗਾ ਜਿੰਦਾ ਤੇ ਕੌਣ ਕੌਣ ਨਹੀਂ ਹੈਗਾ पर बचा हो गया सी फैमिली ਦਾ ਤਾਂ ਹੀ ਅੱਜ ਮੈਂ ਹੈਗਾ ਤੁਸੀਂ ਮਤਲਬ ਦਿੱਲੀ ਦਿੱਲੀ ਰਹਿੰਦੇ ਸੀ ਪਹਿਲਾਂ ਹਾਂਜੀ ਮਤਲਬ ਮਦਰ ਪਾਪਾ ਮਮਾ ਦਿੱਲੀ ਹੁੰਦੇ ਸੀ ਤੇ ਜਿਹੜੇ ਮੇਰੇ ਸਭ ਨਾਲ ਵੱਡੇ ਬ੍ਰਦਰ ਨੇ ਉਹ 90 ਉਹਨਾਂ ਨੇ ਉਹ ਦੇਖਿਆ ਹੋਵੇਗਾ ਸੋ ਠੀਕ ਆ ਵੀ ਜੋਗੀ ਮੂਵੀ ਤੁਸੀਂ ਕਰਨੇ ਮੈਂ ਹਿੱਸਾ ਬੰਨਣਾ ਚਾਹੁੰਦਾ ਸੀ ਮੈਨੂੰ ਵਧੀਆ ਲੱਗੀ ਉਹ ਚੀਜ਼ ਜੀ ਹੋਰ ਭਾਜੀ ਪੰਜਾਬ ਵਿੱਚ ਤੁਸੀਂ ਜੋਗੀ ਮੂਵੀ ਕੀਤੀ ਹੈ ਨਾ ਹੋਰ ਪੰਜਾਬੀ ਮੂਵੀਆਂ ਕੀਤੀਆਂ ਜਾਂ ਸੀਰੀਅਲ ਕੀਤਾ ਤੇ ਬਾਲੀਵੁੱਡ ਦੀ ਐਨੀਮਲ ਮੂਵੀ ਵੱਡੀ ਪ੍ਰੋਡਕਸ਼ਨ ਟੀਮ ਵੱਡੀ ਕੀ ਡਿਫਰੈਂਸ ਹੁੰਦਾ ਵੀ ਟੈਕਨੀਕਲ টারਮਸ ਤੇ ਜਾਂ ਡਾਇਰੈਕਸ਼ਨ টারਮਸ ਤੇ ਜਾਂ ਇਹਦੀ ਕੋਈ ਥੋੜੀ ਸਿਟਿੰਗ ਹੁੰਦੀ ਹੈ ਪਹਿਲਾਂ ਤੁਹਾਡੀ ਵੀ ਪਹਿਲਾਂ ਲਰਨ ਕੁਝ ਹੋਉਂਦੇ ਭਾਜੀ ਇੱਕ ਚੀਜ਼ ਬਾਲੀਵੁੱਡ 'ਚ ਇੱਕ ਚੀਜ਼ ਚੰਗੀ ਹੈ ਬੰਬਈ ਦੇ ਵਿੱਚ ਕਿ ਤੁਹਾਨੂੰ ਇੱਕ ਆਰਟਿਸਟ ਦੀ ਕਦਰ ਆ ਪਾਵੇਂ ਉਹ ਛੋਟਾ ਜਿਹਾ ਆਰਟਿਸਟ ਹੋਵੇ ਪਾਵੇਂ ਉਹ ਫੀਚਰ ਹੋਵੇ ਮਤਲਬ ਕਿ ਕਰਾਊਡ ਹੋਵੇ ਫੀਚਰ ਹੋਵੇ ਪਾਵੇਂ ਆਰਟਿਸਟ ਹੋਵੇ ਉਹਦੀ ਕਦਰ ਕੀਤੀ ਜਾਂਦੀ ਹੈ ਮੈਂ ਇੱਕ ਕਿੱਸਾ ਦੱਸਾਂ ਛੋਟਾ ਜਿਹਾ ਅ ਅਸੀਂ ਜੋਗੀ ਕਰ ਰਹੇ ਸੀ ਤੇ ਉਸ ਟਾਈਮ ਨਾ ਬਹੁਤ ਕਰਮੀ ਸੀ ਆਪਾਂ ਬম্বে ਚ ਸ਼ੂਟ ਕਰ ਰਹੇ ਸੀ ਦਿਲਜੀਤ ਪਾ ਜੀ ਸਾਹਮਣੇ ਹੀ ਬੈਠੇ ਸੀ ਨਾਲ ਤੇ ਦਿਲਜੀਤ ਪਾ ਜੀ ਉਪਰ ਸੁਪਰਸਟਾਰ ਨੇ ਉਹ ਵੀ ਹੈ ਨਾ ਬੈਠੇ ਹੋ ਸੀ ਸਾਹਮਣੇ ਤੇ ਮੇਰੇ ਨਾ ਬੋਡੀ ਤੇ ਨਾ ਮਤਲਬ ਬੋਡੀ ਨਾ ਬਹੁਤ ਵਾਰਮ ਜੀ ਹੋ ਗਈ ਸੀ ਪਸੀਨਾ ਆਣ ਲੱਗ ਗਿਆ ਸੀ ਤੇ ਉੱਥੇ ਦਿਨ ਸਾਰੀ ਦੀ ਸਾਰੀ ਟੀਮ ਆਈ ਕਾਸਟਿਮ ਟੀਮ ਆਈ ਉਹਨਾਂ ਨੇ ਹੇਅਰ ਡਰਾਈਅਰ ਡਰਾਈਅਰ ਵਗੈਰਾ ਪੂਰੀ ਬੋਡੀ ਤੇ ਲਗਾਉਣਾ ਪੱਕੇ ਪੱਕੇ ਦਿਲਜੀਤ ਪਾ ਜੀ ਬੈਠੇ ਨੇ ਉਹਨਾਂ ਨੇ ਐ ਨਹੀਂ ਦੇਖਿਆ ਕਿ ਭਈ ਹੀਸ ਅ ਕੋ ਆਰਟਿਸਟ ਅਨੂ ਅਸੀਂ ਕਿਉਂ ਇੰਨਾ ਕਰੀਏ ਹੂੰ ਕੰ ਸਾਹਮਣੇ ਸਟਾਰਕਾਸ ਬੈਠੀ ਹੋਈ ਹੈ ਨਹੀਂ ਉਹਨਾਂ ਨੇ ਕਿਹਾ ਕਿ ਪਸੀਨਾ ਰਨ ਸਾਰਾ ਕਲੀਨ ਕਰੋ ਹੂੰ ਉਹ ਮੇਰੇ ਦਿਲ ਚ ਆਇਆ ਕਿ ਬਾਜੀ ਬੈਠੇ ਨੇ ਔਰ ਮੈਨੂੰ ਕਰ ਰਹੇ ਨੇ ਲਾਈਕ ਹੂੰ ਇਹ ਬਾਜੀ ਵਰਗੀ ਆਰਟਿਸਟ ਕਿੰਦਰ ਕਿਤਿ ਮਨੇ ਹੂੰ ਉਹ ਮੈਨੂੰ ਬੜੀ ਵਧੀਆ ਚੀਜ਼ ਲੱਗੀ ਨੀ ਤੁਹਾਡਾ ਬੜਾਪਰ ਨਾ ਤੁਸੀਂ ਚੀਜ਼ਾਂ ਨੋਟਿਸ ਕਰਦੇ ਹੋ ਛੋਟੀਆਂ-ਛੋਟੀਆਂ ਵੀ ਮੈਨੂੰ ਬਈ ਬੀਇੰਗ ਅ ਕੋ-ਆਰਟਿਸਟ ਮੈਂ ਕਮ ਕਰ ਪਾਜੀ ਬੈਠੇ ਨੇ ਬਹੁਤ ਅੱਛਾ-ਅੱਛਾ ਆਰਟਿਸਟ ਉੱਥੇ ਬੈਠੇ ਨੇ ਸਾਹਮਣੇ ਲੇਕਿਨ ਸਾਰੇ ਦੀ ਸਾਰੀ ਟੀਮ ਆਈ ਹੋਰ ਉਹਨੇ ਮੈਨੂੰ ਪੂਰਾ ਹੇਅਰ ਪੂਰਾ ਡਰਾਈ ਕੀਤਾ ਐਂਡ ਸਾਹਮਣੇ ਪੱਕੇ-ਪੱਕੇ ਲਗਾਏ ਸੀਟ ਦਿੱਤੀ ਕਿ ਲਾਈਕ ਐਨੂੰ ਫਟਾਫਟ ਡਰਾਈ ਕਰੋ ਐਨੇ ਦੇਖਿਆ ਕਿ ਕਿਹੜਾ ਆਰਟਿਸਟ ਹੈ ਉਹ ਬਹੁਤ ਚੰਗੀ ਚੀਜ਼ ਸੀ ਦੂਜਾ ਮੈਂ ਪੁੱਛਣਾ ਚਾਹੁੰਦਾ ਤੁਹਾਨੂੰ ਬਈ ਅ ਲਾਈਫ ਵਿੱਚ ਐਵੀ ਮੋਮੈਂਟ ਆਇਆ ਹੋਣਾ ਤੁਹਾਡਾ ਵੀ ਤੁਹਾਨੂੰ ਲੱਗਿਆ ਹੋਣਾ ਯਾਰ ਐਕਟਿੰਗ ਵਾਲਾ ਯਾਰ ਸਿਸਟਮ ਥੋੜਾ ਜਿਹਾ ਸੈੱਟ ਨਹੀਂ ਬੈਠ ਰਿਹਾ ਨਾਲ ਨਾਲ ਕੁਝ ਹੋਰ ਸ਼ੁਰੂ ਕਰ ਲੈ ਜਾਂ ਇਹਨੂੰ ਐਜ਼ ਅ ਹੌਬੀ ਰੱਖ ਲੈ ਕੁਝ ਆਇਆ ਦੰਦਾ ਕਰੇ ਮੇਰੇ ਕੋ ਭਾਜੀ ਲਾਈਫ ਦੇ ਬਹੁਤ ਐਗਜ਼ਾਮਪਲਸ ਨੇ ਮੇਰੀ ਲਾਈਫ ਕਹਿੰਦੇ ਨੇ ਨਾ ਬਲੈਕ ਐਂਡ ਵਾਈਟ ਤੋਂ ਕਲਰਸ ਚ ਨਿਕਲੀ ਆ ਸੋ ਉਹ ਲਾਈਫ ਦਾ ਕਿਸੇ ਨਾ ਕਦੇ ਫਿਰ ਕਰਾਂਗੇ ਮੈਂ ਇਹਦਾ ਐਗਜ਼ਾਮਪਲ ਦੱਸਾਂ ਤੁਹਾਨੂੰ ਬਹੁਤ ਵਾਰੀ ਆਇਆ ਐਕਟਿੰਗ ਐਕਟਿੰਗ ਛੱਡਣ ਦਾ ਨਹੀਂ ਆਇਆ ਇਹ ਆਇਆ ਕਿ ਭਈ ਹਜੇ ਮੌਕਾ ਮਿਲੇਗਾ ਉਸ ਟਾਈਮ ਪੀਰੀਅਡ 'ਚ ਮੈਂ ਕੀ ਕਰਨਾ ਪੌਕੇਟ ਮੰਨ ਲਈ ਮੈਂ ਸਾਈਡ ਬਿਜ਼ਨਸ ਕੰਮ ਕਰਦਾ ਰਹਦਾ ਮੈਂ ਕਿchna ਕਾਰ ਦਾ ਖਰਚਾ ਚੱਲਦਾ ਰਹੇ ਉਹਦੇ ਨਾਲ ਮੈਂ ਜ਼ਿੰਦਗੀ ਨਹੀਂ ਬਣਾਉਣੀ ਜ਼ਿੰਦਗੀ ਤਾਂ ਮੈਂ ਐਕਟਿੰਗ ਨਾਲ ਬਣਾਣੀ ਹੈ ਮੈਨੂੰ ਪਤਾ ਹੈ ਜਿਸ ਦਿਨ ਪ੍ਰੋਜੈਕਟ ਮਿਲਣਗੇ ਚੰਗੇ ਪੈਸੇ ਵੀ ਮਿਲਣਗੇ ਔਰ ਕੰਮ ਵੀ ਵਧੀਆ ਮਿਲੇਗਾ ਉਸ ਟਾਈਮ ਪੀਰੀਅਡ ਦੌਰਾਨ ਮੈਂ ਪ੍ਰੈਕਟਿਸ ਕਰਦਾ ਮਾਂ ਜੋ ਮੇਰੀ ਡੇਲੀ ਰੁਟੀਨ ਹੈ ਉਹ ਕਰਦਾ ਮਾਂ ਔਰ ਜਿਹੜੇ ਮੈਂ ਸਾਈਡ ਬਿਜ਼ਨਸ ਸਾਈਡ ਬਾਈ ਸੈਟ ਮੈਂ ਉਹ ਕਰਦਾ ਮਾਂ ਕਦੇ ਛੱਡਣ ਦਾ ਨਹੀਂ ਆਇਆ ਕਦੇ 1% ਆ ਵੀ ਗਿਆ ਨਾ ਛੱਡਣ ਦਾ ਤੇ ਰੱਬ ਪਤਾ ਨਹੀਂ ਕੋਈ ਨਾ ਕੋਈ ਸਬਬ ਬਣਾ ਹੀ ਦਿੰਦਾ ਆਡਿਸ਼ਨ ਆ ਜਾਂਦਾ ਤੁਹਾਡੇ ਕੋਲ ਈਵਨ ਹੁਣੇ ਵੀ ਮੈਂ ਆਡਿਸ਼ਨ ਨਹੀਂ ਦੇ ਕੇ ਆ ਰਿਹਾ ਹਾਂ ਸੋ ਆਡਿਸ਼ਨ ਆ ਜਾਂਦਾ ਹੈ ਕੁਝ ਐ ਵਜਾ ਸਬਬ ਬਣ ਜਾਂਦਾ ਕਿ ਤੁਸੀਂ ਐਕਟਿੰਗ ਛੱਡਦੇ ਨਹੀਂ ਓਕੇ ਇੱਕ ਚੀਜ਼ ਬੜੀ ਆ ਬਾਜੀ ਅ ਚਲੋ ਮੈਂ ਵੀ ਟੈਕਨੀਕਲ ਡਿਪਾਰਟਮੈਂਟ ਦਾ ਮੈਂ ਪ੍ਰੋਡਕਸ਼ਨ ਦੇਖੀ ਹੈ ਨਾ ਸਾਰਾ ਕੁਝ ਦੇਖਿਆ ਲੇਕਿਨ ਕਾਫੀ ਲੋਕਾਂ ਨੂੰ ਲੱਗਦਾ ਯਾਰ ਇੱਕ ਮੂਵੀ ਜਾ ਗਿਆ ਹੁਣ ਆਡਿਸ਼ਨ ਦੇਣ ਦੀ ਲੋੜ ਨਹੀਂ ਹੁਣ ਸਿੱਧਾ ਬਾਈ ਨੇ ਕਿਹਾ ਵੀ ਆ ਸਾਈਨਿੰਗ ਅਮਾਉਂਟ ਆ ਸਾਈਨ ਕਰੋ ਤੁਸੀਂ ਆ ਜਾਓ ਵੀ ਪਹਿਲਾਂ ਸਿੱਧਾ ਟੇਕ ਤੇ ਪਹੁੰਚ ਕੇ ਤੁਸੀਂ ਵੀ ਇੱਦਾਂ ਦਾ ਮਹੌਲ ਵੀ ਹੁੰਦਾ। ਇੱਦਾਂ ਦਾ ਮੈਂ ਨਾ ਸੁਣਿਆ ਸੀ ਬਸ ਸੁਣਿਆ ਸੀ। ਇੱਦਾਂ ਮੈਨੂੰ ਲੱਗਦਾ ਨਹੀਂ ਹੁੰਦਾ। ਨਹੀਂ ਹੁੰਦਾ। ਮੇਰੇ ਨਾਲ ਤੇ ਨਹੀਂ ਹੋਇਆ। ਮੈਨੂੰ ਤਾਂ ਹਰ ਪੜਾਅ ਤੇ ਆਡੀਸ਼ਨ ਦੇਣਾ ਪੈਂਦਾ। ਹੁਣ ਮੈਂ ਐਨੀਮਲ ਕਿਤੇ ਤੇ ਮੈਨੂੰ ਹਜੇ ਵੀ ਆਡੀਸ਼ਨ ਦੇਣਾ। ਅੱਛਾ ਜਿਹੜੀ ਸਟਾਰ ਕਾਸਟ ਹੁੰਦੀ ਆ ਜਾਂ ਉਹਨਾਂ ਨੂੰ ਵੀ ਆਡੀਸ਼ਨ ਕਰਨਾ ਪੈਂਦਾ? ਮੈਂ ਦੇਖੋ ਬਾਲੀਵੁੱਡ 'ਚ ਤਾਂ ਦੇਖਿਆ ਹੈ। ਉਹਨਾਂ ਨੂੰ ਉਹਨਾਂ ਦਾ ਆਡੀਸ਼ਨ ਲੈਵਲ ਕੁਝ ਹੋਰ ਹੁੰਦਾ ਕਿ ਭਈ ਉਹਨਾਂ ਨੂੰ ਦੇਖ ਕੇ ਸਕ੍ਰਿਪਟ ਲਿਖੀ ਜਾਂਦੀ ਹੈ। ਬਟ ਉਹਨਾਂ ਦੇ ਕੈਰੇਕਟਰ ਲਈ ਆਡੀਸ਼ਨ ਹੁੰਦਾ ਹੈ। ਉਹਨਾਂ ਦੇ ਤੁਸੀਂ ਕਹਿ ਲਓ ਕਿ ਉਹਨਾਂ ਦਾ ਉਹਨਾਂ ਨੂੰ ਗੈਟਅੱਪ ਦੇਣ ਤੁਸੀਂ ਕਿੰਨੇ ਕ ਆਡੀਸ਼ਨ ਦੇ ਦਿੱਤੇ ਹੁਣੇ ਹੁਣ ਤੱਕ ਅਗਰ ਥੋੜਾ ਕੈਲਕੂਲੇਟ ਕਰਾਂ ਯਾਰ 2013 ਤੋਂ ਜਾਂ 12 ਤੋਂ ਹਜ਼ਾਰਾਂ ਹੀ ਆਡੀਸ਼ਨ ਦੇ ਦਿੱਤਾ ਮੈਂ ਬਹੁਤ ਹਜ਼ਾਰ ਜਾਂ 2000 ਤਾਨੂੰ ਕੈਲਕੂਲੇਟ ਨਹੀਂ ਹੁੰਦਾ ਉਹ 2000 ਵਿੱਚੋਂ ਕਿੰਨਿਆਂ ਚੋਂ ਯਸਾਈ ਹੋਣੀ ਹੈ ਯਾ ਤਾਂ ਹਮੇਸ਼ਾ ਮੈਂ ਸੋਚਦਾ ਕਿ ਭਈ ਆਡੀਸ਼ਨ ਮਾੜਾ ਯਾ ਆਈ ਥਿੰਕ ਕੈਰੈਕਟਰ ਮੈਚ ਨਹੀਂ ਹੁੰਦਾ ਤਾਂ ਕਰਕੇ ਬਟ ਮੈਂ ਪੁੱਲ ਜਾਂਦਾ ਦੇ ਕੇ ਆਈ ਥਿੰਕ ਮੈਂ ਸਿੱਖਿਆ ਜਦੋਂ ਮੈਂ ਜਿੱਥੇ ਐਕਟਿੰਗ ਸਿੱਖਦਾ ਸੀ ਹੁੰਦਾ ਸੀ कि भाई अपना ऑडिशन तो पुल जाओ क्योंकि कास्टिंग डायरेक्टर ने जब प्लेना होगा तो आपको लेगा क्योंकि आपको लेगा तभी तो उसका भी खर्च लगेगा आई डोंट नो लोक अंदर बायस भी ਹੁੰਦੇ ਨੇ ਬਟ ਮੇ ਨਾਲ ਤੇ ਮੈਨੂੰ ਨਹੀਂ ਮੈਂ ਕਦੇ ਕੋਈ ਸੋਚ ਉਸ ਉਸ ਪਾਸੇ ਜਾਂਦਾ ਹੀ ਨਹੀਂ ਮੇਰਾ ਕੰਮ ਹੈ ਆਡੀਸ਼ਨ ਦੇਣਾ ਐਂਡ ਮੈਂ ਕਦੇ ਦੋਸਤੀ ਵੀ ਨਹੀਂ ਬਣਾਉਂਦਾ ਹੋਰ ਮੈਂ ਸਿਰਫ ਆਪਣਾ ਕੰਮ ਕਰਕੇ ਘਰ ਆ ਜਾਂਦਾ ਤੁਸੀਂ ਜਸਟ ਆਡੀਸ਼ਨ ਦਿੰਨੇ ਹੋ ਅਗਰ ਸੋਣਾ ਮੈਂ ਪੁੱਛਦਾ ਵੀ ਨਹੀਂ ਹੈਗਾ ਵਈ ਹਾਂ ਕੀ ਬਣੇ ਕਿਤਾ ਨਹੀਂ ਮੈਂ ਨਹੀਂ ਪੁੱਛਦਾ ਨੀ ਬੈਸਟ ਥਿੰਗ ਹੈ ਭਾਈ ਤੁਸੀਂ ਮੈਨੂੰ ਕੰਮ ਮੰਗਣ ਵੀ ਨਹੀਂ ਗਿਆ ਹਜੇ ਤੱਕ ਮੈਂ ਤੁਹਾਨੂੰ ਫ੍ਰੈਂਕਲੀ ਸਪੀਕਿੰਗ ਪੰਜਾਬ ਦੇ ਵਿੱਚ ਟੈਕਨੀਕਲ ਡਿਪਾਰਟਮੈਂਟ ਦੇ ਬੱਡੇ-ਵੱਡੇ ਲੋਕ ਮੈਨੂੰ ਜਾਣਦੇ ਨੇ ਮਤਲਬ ਬੈਕਸਾਈਡ ਤੇ ਜਿਹੜੇ ਕੰਮ ਕਰਦੇ ਨੇ ਨਾ ਲਾਈਨ ਪ੍ਰੋਡਕਸ਼ਨਸ ਐਂਡ ਪ੍ਰੋਡਕਸ਼ਨਸ ਐਂਡ ਮੈਨੂੰ ਲੋਕ ਕਿੰਨਾ ਬਹੁਤ ਕੰਮ ਕੀਤਾ ਮੈਂ ਜਾਣਦੇ ਨੇ ਅੱਛੇ ਤਰੀਕੇ ਨਾਲ ਜਾਣਦੇ ਨੇ ਪਰ ਮੈਂ ਕਦੇ ਕੰਮ ਨਹੀਂ ਮੰਗਿਆ ਉਹਨਾਂ ਤੋਂ ਕੁਝ ਅੱਛੇ ਡਾਇਰੈਕਟਰ ਵੀ ਬਣ ਗਏ ਨੇ ਅੱਜ ਦੇ ਵਿੱਚ ਬਟ ਮੈਂ ਲਿਟਰਲੀ ਹਾਈ ਹੈਲੋ ਸਸਕੀ ਕਾਲ ਹਮੇਸ਼ਾ ਹੁੰਦੀ ਹੈ ਲੇਕਿਨ ਮੈਂ ਕਦੇ ਕੰਮ ਨਹੀਂ ਮੰਗਿਆ ਉਹਨਾਂ ਤੋਂ ਕਿ ਮੈਨੂੰ ਕੰਮ ਦੇ ਦਿਓ ਵਾਜੀ ਮੈਂ ਫਿਊਚਰ ਦੇਖ ਸਕਦਾ ਹਾਂ ਤੁਹਾਡਾ ਮੈਂ ਬਾਬਾ ਨਹੀਂ ਆਇਆ ਕਿਉਂਕਿ ਮੈਂ ਦੱਸਦਾ ਨਾ ਸਾਨੂੰ ਕਿਉਂਕਿ ਮੈਂ ਤਾਂ ਅਜੇ ਵੀ ਸਟਰਗਲ ਕਰ ਰਿਹਾ ਹਾਂ ਪੰਜਾਬ 'ਚ ਨਾ ਘੈਂ ਡਾਕਟਰ ਬਹੁਤ ਘੱਟ ਨੇ ਐਕਚੁਅਲ ਐਕਟਰ ਜਿਹੜੇ ਹੋਣ ਜੀ ਤਾਂ ਮੈਂ ਤੁਹਾਨੂੰ ਲੀਡ ਐਕਟਰਸ ਅੱਗੇ ਦੇਖਣਾ ਚਾਹੁੰਨਾ ਵੀ ਪੰਜਾਬੀ ਮੂਵੀ ਦੀ ਫੀਚਰ ਮੂਵੀ ਵੱਡੀ ਮੂਵੀ ਇੱਕ ਗੱਲ ਦੱਸਾਂ ਮੈਂ ਆਈ ਵਾਂਟ ਟੂ ਬੀ ਅ ਫ੍ਰੈਂਕਲੀ ਸਪੀਕਿੰਗ ਮੈਂ ਹਰ ਜਗ੍ਹਾ ਇਹੀ ਕਹਿ ਰਿਹਾ ਹਾਂ ਬਿਕਾਜ਼ ਆਈ ਵਾਂਟ ਟੂ ਬੀ ਥੈਟ ਆਈ ਵਾਂਟ ਟੂ ਬੀ ਐਕਸ਼ਨ ਹੀਰੋ ਜਿਹੜੇ ਲੋਕਾਂ ਨੇ ਉਸ ਟਾਈਮ ਪੰਜਾਬ ਦੇ ਵਿੱਚ ਮੇਰਾ ਐਕਸ਼ਨ ਦੇਖ ਲਿਆ ਨਾ ਜਦੋਂ ਮੈਂ ਉਪਕਮ ਕੀਤਾ ਦੇ નો ਮੀ ਕਿ ਹਾਉ ਮੈਂ ਕਿੰਨਾ ਕੁ ਮਤਲਬ ਮੈਂ 100% ਨਹੀਂ ਦਿੰਦਾ ਮੈਂ 100 ਤੁਸੀਂ ਲਗਾ ਲਓ 50% ਦੇ ਸਕਦਾ ہوں ਬਿਕوز ਆਈ ਲਵ ਟੂ ਡੂ ਵਰਕ ਦੈਟਸ ਇਟ ਆਮ ਵੈਰੀ ਪੈਸ਼ਨੇਬਲ ਆ ਯੂ ਕੈਨ ਸੇ ਉਸ ਟਾਈਮ ਜਦੋਂ ਮੈਂ ਫਿਲਮ ਕਰ ਰਿਹਾ ਸੀ ਜਿਹੜੀ ਫਿਲਮ ਨਹੀਂ ਆਈ ਪੰਜਾਬ ਚ ਆਈ ਹੁੰਦੀ ਤੇ ਅੱਜ ਕੁਝ ਹੋਰੀ ਮਾਹੌਲ ਹੁੰਦਾ ਸ਼ੁਕਰ ਨਹੀਂ ਹੈ ਮੈਂ ਇਹ ਕਹਿੰਦਾ ਆਈ ਆਈ ਹੁੰਦੀ ਤੇ ਸ਼ਾਇਦ ਮੈਂ ਮੈਨੂੰ ਉਹ ਜਿਹੜੀ ਸਟਾਰ ਸਟਾਰਿਸਮਸ ਯਾ ਮੈਨੂੰ ਆਈ ਥਿੰਕ ਰਾਸ ਨਹੀਂ ਆਂਦਾ ਕਿਉਂਕਿ ਮੈਂ ਰਤੋਰਾ ਸਟਾਰ ਬਣ ਜਾਂਦਾ ਮੈਨੂੰ ਸਟਰਗਲ ਪਤਾ ਹੀ ਨਹੀਂ ਲੱਗਦਾ ਹੂੰ ਵਾਈ ਗੁਰੂ ਜੋ ਕਰਦਾ ਉਹਨਾਂ ਦਾ ਪਲਾਨ ਬਹੁਤ ਵਧੀਆ ਬਹੁਤ ਵਧੀਆ ਕਰਦੇ ਹੋ ਉਹਨਾਂ ਦਾ ਪਲਾਨ ਬਹੁਤ ਵਧੀਆ ਕਿੱਦਾਂ ਹੈ ਆਪਣੇ ਤਾਂ ਹੀ ਮੈਂ ਫਿਊਚਰ ਪ੍ਰੈਡਿਕਟ ਕਰਦਾ ਕੀ ਪਤਾ ਇਹ ਰੀਲ ਕੱਲ ਕੱਟ ਕੇ ਬਾਚੋਂ ਹੈ ਨਾ ਕੁਝ ਨਹੀਂ ਫਿਰ ਆਪਾਂ ਪੰਜਾਬ ਜੇ ਮਿਲਾਂਗੇ ਕਿਉਂਕਿ ਭਾਜੀ ਅਸੀਂ ਦੇਖਦੇ ਆ ਰਹੇ ਆਂ ਵੀ ਸਿੰਗਰ ਜਦੋਂ ਹਿੱਟ ਹੋ ਗਿਆ ਫਿਰ ਉਹ ਪੰਜਾਬੀ movies ਜਾਊਗਾ ਤੁਸੀਂ ਉਹ ਚੀਜ਼ ਨੂੰ ਤੋੜ ਦੇਣਾ ਭਈ ਮੈਂ ਸਿੰਗਰ ਨਹੀਂ ਹੈਗਾ ਬਟ ਆਯੋ ਮੈਂ ਐਕਟਰ ਹਾਂ ਭਾਵੇਂ ਮੈਂ ਇੱਕ ਦੋ ਮੁੰਡੇ ਸੀਗੇ ਜਿਵੇਂ ਜਗਜੀਤ ਸੰਧੂ ਹੈ ਉਥੇ ਪੰਜਾਬ ਚ ਥੀ ਹਾਂ ਹਾਂ ਜੀ ਹੈਗੇ ਨੇ ਦਿਨੇਸ਼ ਕੁਮਾਰ ਆਏ ਨੇ ਤੇ ਉਹਨਾਂ ਨੂੰ ਮੈਂ ਦੇਖ ਕੇ ਬੜਾ ਮਤਲਬ ਉਹਨਾਂ ਨੂੰ ਮੈਂ ਦੇਖਦਾ ਹਾਂ ਮੈਂ ਉਹਨਾਂ ਦੀ ਇੰਟਰਵਿਊਜ਼ ਦੇਖਦਾ ਹਾਂ ਤੇ ਮੈਂ ਬੜਾ ਖੁਸ਼ੀ ਮਹਿਸੂਸ ਹੁੰਦਾ ਦਿਨੇਸ਼ ਭਾਜੀ ਨੇ ਆਪ ਪਿੱਛੇ ਪੋਡਕਾਸਟ ਕੀਤਾ ਬਹੁਤ ਸincere ਨੇ ਵਧੀਆ ਨੇ ਆਪਣੇ ਕੰਮ ਨਾਲ ਮਤਲਬ ਰੱਖਣਾ ਉਹਨਾਂ ਨੇ ਮਤਲਬ ਸੌਟਡ ਦੇਹਰ ਹਨ ਐਕਟਰ ਸਿੰਗਰ ਨਹੀਂ ਹੈਗੇ ਉਹ ਐਜ਼ ਐਕਟਰ ਆਏ ਨੇ ਸੋ ਚੰਗਾ ਲੱਗਦਾ ਹੈ ਕਿ ਵੀ ਉਹ ਟਾਈਮ ਵੀ ਆਏਗਾ ਜੇ ਐਕਟਰਸ ਨੂੰ ਪੁਛਿਆ ਜਾਏਗਾ ਤੁਸੀਂ ਥੀਏਟਰ ਨਾਲ ਜੁੜੇ ਹੋਏ ਹੋ ਮੈਨੂੰ ਲੱਗਦਾ ਮੈਂ ਟਾਈਮ ਬਾਈ ਟਾਈਮ ਜਦੋਂ ਵੀ ਟਾਈਮ ਮਿਲਦਾ ਮੈਂ ਵਰਕਸ਼ਾਪਸ ਕਰਦਾ ਦਿੱਲੀ ਬੰਬੇ ਮੋਸਟਲੀ ਵਰਕਸ਼ਾਪਸ ਕਰਦਾ ਦੋ ਦੋ ਦਿਨ ਤਿੰਨ ਦਿਨ ਦੀ ਹਫਤੇ ਦੀ ਵਰਕਸ਼ਾਪ ਉਹਦੀ ਕਰਦਾ ਮਜ਼ਾ ਆਉਂਦਾ ਕਰਦਾ ਹੁਣ ਤੁਸੀਂ ਦਿੱਲੀ ਰੋਡ ਤੇ ਜਾਂ ਮਾਲ ਚ ਜਾਂਦੇ ਹੋ ਕਿਤੇ ਕਿੱਦਾਂ ਤੁਹਾਨੂੰ ਬੁਲਾਇਆ ਜਾਂਦਾ ਹੁਣ ਆਪ ਪੈਨੀਮਲ ਮੇਂ ਤੇ ਨਾ ਫਾਜੀ ਮੇਰਾ ਭਾਈ ਸੁਣ ਨਹੀਂ ਸਕਦਾ ਤੇ ਆਹ ਸਾਰੀ ਚੀਜ਼ ਜਿਹੜੇ ਰਿਮਾਈਂਡ ਹੋ ਗਿਆ ਐਕਚੁਅਲੀ ਨਾ ਮੂਵੀ ਬਹੁਤ ਵੱਡੀ ਸੀ ਭਾਈ ਸਾਢੇ ਦਿਨ ਘੰਟੇ ਦੀ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਤੁਹਾਨੂੰ ਦੋ ਵਾਰ ਦੇਖਣੀ ਪੈਣੀ ਮੂਵੀ ਉਹ ਮੈਨੂੰ ਲੱਗਦਾ ਮੈਂ ਫਰਸਟ ਡੇ ਹੀ ਆ ਪ੍ਰੈਡਿਕਟ ਕਰਤਾ ਸੀ ਕਿਉਂਕਿ ਫਸਟ ਟਾਈਮ ਉਹ ਪ੍ਰੀਮੀਅਰ ਦੇਖਿਆ ਸੀ ਉਹ ਪ੍ਰੀਮੀਅਰ ਮੇਰਾ ਮੇਰੇ ਲਈ ਲਾਈਫ ਦਾ ਪਹਿਲਾ ਪ੍ਰੀਮੀਅਰ ਸੀ ਮੈਂ ਸਟਾਰ ਕਾਸਟ ਦਾ ਪ੍ਰੀਮੀਅਰ ਦੇਖ ਰਿਹਾ ਸੋ ਪਹਿਲੀ ਵਾਰ ਤਾਂ ਮੈਂ ਸਭ ਨੂੰ ਦੇਖਦਾ ਹੀ ਰਹਿ ਗਿਆ ਇੱਥੇ ਬੋਬੀ ਦੀ ਉੱਲ ਬੈਠਾ ਇੱਥੇ ਪਿੱਛੇ ਆਲਿਆ ਬਟ ਮੈਂ ਬੈਠੀ ਐ ਨੀਤੀ ਕਪੂਰ ਮੈਂ ਬੈਠੀ ਐ ਉਹ ਰਣਵੀਰ ਕਪੂਰ ਸਰ ਬੈਠੇ ਸਾਰੇ ਕਲ ਇੱਕ ਮੈਂ ਉਹਨਾਂ ਦਾ ਬਾਦ ਕੇ ਫਿਲਮ ਦੇਖ ਰਿਹਾ ਪਹਿਲੀ ਵਾਰ ਤਾਂ ਮੈਨੂੰ ਬਣੀ ਸਮਝ ਆਈ ਸੀ ਜੋ ਸੈਕਿੰਡ ਟਾਈਮ ਦੇਖ ਕੇ ਆਇਆ ਤਾਂ ਮੈਨੂੰ ਸਮਝ ਆਇਆ ਕਿ ਯਾਰ ਕੀ ਸਟੋਰੀ ਹੈ ਵਾਕਈ ਕਿਉਂਕਿ ਪੂਰੀ ਫਿਲ ਅਸੀਂ ਇੱਕ ਵਾਰੀ ਸੁਣੀ ਸੀ ਲੇਕਿਨ ਫਿਰ ਅਸੀਂ ਆਪਣੇ ਆਪਣੇ ਕੈਰੈਕਟਰ ਬਾਰੇ ਸੁਣਦੇ ਸੀ ਨਰੇਟ ਕਰਦੇ ਸੀ ਸਰ ਓਕੇ ਮੈਨੂੰ ਲੱਗਦਾ ਉਹ ਨਰੇਟ ਹੋਈ ਹੋਣੀ ਹੈ ਤਾਂ ਵੀ ਸਮਝ ਨਹੀਂ ਆਇਆ ਹੋਣਾ ਚਲੋ ਨਹੀਂ ਉਹ ਸਿਰਫ ਤੁਹਾਨੂੰ ਮੈਂ ਦੱਸਾਂ ਉਹ ਸਿਰਫ ਸੰਦੀਪ ਸਰ ਦੇ ਦਿਮਾਗ ਚ ਸੀ ਕਿ ਕੀ ਬਣਾਉਣਾ ਜਾ ਰਿਹਾ ਹੈ ਕਿਉਂਕਿ ਉਹ ਸਕ੍ਰੀਨਪਲੇ ਇਧਰੋਂ ਸ਼ਾਟ ਉਧਰੋਂ ਫਿਰ ਉਧਰੋਂ ਕਹਾਣੀ ਸ਼ੁਰੂ ਹੋ ਗਈ ਇੱਕ ਕੁੜੀ ਬੜੀ ਫੇਮਸ ਹੋਈ ਆ ਭਾਜੀ ਇਧਰ ਹੁਣ ਸਿਆਣੇ ਵੀ ਬੱਡੇ ਨੇ ਭਾਬੀ ਟੂ ਤਾਂ ਵੀ ਕੀ ਫੋਲੋਅਰ ਹੋ ਗਿਆ ਤਾਂ ਵੀ ਦੇਖੋ ਨਾ ਭਾਜੀ ਉਹਨਾਂ ਦਾ ਵੀ ਸਟਰਗਲ ਵੱਡਾ ਹੈ ਤਾਂ ਅਗਰ ਤੁਸੀਂ ਉਹਨਾਂ ਨੂੰ ਸਟੱਡੀ ਕਰੋ ਤੇ ਉਹਨਾਂ ਨੇ YouTube ਤਾਂ ਸਟਾਰਟ ਕੀਤਾ ਹੋਇਆ ਹੈ ਤਾਂ ਮੈਂ Netflix ਤੇ ਵੀ ਉਹਨਾਂ ਦਾ ਕੋਈ ਸੀਰੀਜ਼ ਫਲੈਸ਼ ਹੋ ਰਹੀ ਸੀ Netflix ਤੋਂ ਪਹਿਲਾਂ ਦੇਖੋ ਉਹਨਾਂ ਨੂੰ YouTube ਤੋਂ ਸਟਾਰਟ ਕੀਤਾ ਉਹਨਾਂ ਨੇ ਉਹਨਾਂ ਦਾ ਵੀ ਸਟਰਗਲ ਬਹੁਤ ਵੱਡਾ ਅਸੀਂ ਉਹਨਾਂ ਨਾਲ 3-4 ਦਿਨ ਬਿਤਾਏ ਸੀ ਦਿੱਲੀ 'ਚ ਸ਼ੂਟ ਸੀ ਉਹਨਾਂ ਨਾਲ ਵਧੀਆ ਐਂ ਕਰਨਾ ਪੈਣਾ ਪਈ ਪਹਿਲੀ ਪਹਿਲੀ ਗੱਲ ਮੈਰੀ ਡੈਗੇ ਤੁਸੀਂ ਹੁਣ ਤੁਸੀਂ ਆਇਓ ਨਾ ਵਧੀਆ 3-4 ਦਿਨ ਬਿਤਾਏ ਸੀ ਪਹਿਲੀ ਗੱਲ ਅੱਛੀ ਨਾ ਭਾਜੀ ਚੰਗੇ ਲੋਕਾਂ ਨਾਲ ਕੰਮ ਕੀਤਾ ਬਹੁਤ ਕੁਝ ਸਿੱਖਣ ਨੂੰ ਮਿਲਿਆ ਉਹ ਤੇ ਮਤਲਬ ਸਿਖਾਉਂਦੇ ਸੀ ਯਾਰ ਉੱਥੇ ਫਾਈਨ ਐਦਾ ਨਹੀਂ ਹੁੰਦਾ ਸੀ ਕਿ ਬਈ ਤੁਸੀਂ ਆਪਣਾ ਕੰਮ ਕੀਤਾ ਬੈਨਿਟਿਜ ਬੈਗੇ ਤੇ ਫੈਮਿਲੀ ਬਣ ਕੇ ਕੰਮ ਕਰਾਇਆ I think ਜਿਹੜਾ ਜਿਹੜੇ ਡਾਇਰੈਕਟਰ ਨੇ ਉਹ ਜਿਹੜੇ ਪ੍ਰੋਡਿਊਸਰਸ ਨੇ ਯਾ ਇਵਨ ਮੈਂ ਤੁਹਾਨੂੰ ਦੱਸਾਂ ਬੂਸ਼ਨ ਕੁਮਾਰ ਸਰ ਤੁਸੀਂ ਪਹਿਲੀ ਵਾਰ ਮਿਲੋਗੇ ਤੇ ਕਿੰਨਾ ਹੈ ਨਾ ਉਹ ਵੀ ਬੜੇ ਚੰਗੇ ਤਰੀਕੇ ਨਾਲ ਪੰਜਾਬੀ ਚ ਗੱਲ ਕਰ ਰਹੇ ਨੇ ਗਲੇ ਮਿਲ ਰਹੇ ਨੇ ਵਾਹ ਯਾਰ ਕੀ ਮਾਹੌਲ ਹੈ ਨਾ ਮਤਲਬ ਫਰੋਟ ਚੰਗਾ ਸੀ ਉੱਥੇ ਇੱਕ ਚੀਜ਼ ਪਤਾ ਲੱਗਦੀ ਆ ਵੀ ਪਤਾ ਲੱਗਦਾ ਯਾਰ ਇਹ ਪੰਜਾਬੀ ਆ ਉਹ ਆਜੋ ਭਾਜੀ ਹੈਨਾ ਭਾਜੀ ਸਾਰੇ ਪੰਜਾਬੀ ਸੀਗੇ ਹੂੰ ਉਹ ਮਤਲਬ 80% ਉੱਥੇ ਕਰੂ ਸਭ ਪੰਜਾਬੀ ਸੀਗੇ ਉਹ ਤੇ ਤੁਸੀਂ ਪੰਜਾਬੀ ਚ ਗੱਲ ਕਰੋਗੇ ਤੇ ਉਹ ਰਿਵਾਰਡ ਪੰਜਾਬੀ ਚ ਦਿੰਦੇ ਹੁੰਦੇ ਸੀ ਮਤਲਬ ਬੰਬੇ ਚ ਮੈਨੂੰ ਨਾ ਐਦਾ ਲੱਗਦਾ ਯਾਰ ਜਿਵੇਂ ਆਪਾਂ ਲੰਡਨ ਚ ਗਏ ਤੇ ਸਾਰੇ ਪੰਜਾਬੀ ਦਿਖੇ ਨਾ ਉੱਥੇ ਬੰਬੇ ਚ ਵੀ ਐਦਾਂ ਲੱਗਦਾ ਹੂੰ ਭਾਵੇਂ ਉਹਨਾਂ ਨੇ ਕੱਟ ਸਟ ਨੇ ਉਹਨਾਂ ਦੀ ਮਤਲਬ ਬਾਡੀ ਤੋਂ ਨਹੀਂ ਪਤਾ ਲੱਗਦਾ ਪਰ ਜਦੋਂ ਗੱਲ ਕਰਦੇ ਨੇ ਯਾਰ ਆਜੇ ਤੁਸੀਂ ਪੰਜਾਬ ਤੋਂ ਕਿੱਥੋਂ ਤੋਂ ਕੋਈ ਕਹਿੰਦਾ ਹਿਆਰਪੁਰ ਕੋਈ ਕਹਿੰਦਾ ਇੱਥੋਂ ਦੀ ਕਿੰਨੇ ਸਾਲ ਹੋ ਗਏ ਕਹਿੰਦੇ 20 ਸਾਲ ਹੋ ਗਏ 15 ਸਾਲ ਹੋ ਗਏ تھے۔ ਭਾਜੀ ਸੀਰੀਅਲ ਵਿੱਚ ਵੀ ਮੈਂ ਦੇਖਿਆ ਨਾਰਥ ਸਾਈਡ ਦੇ ਨਹੀਂ ਸਾਰੇ ਜ਼ਿਆਦਾ ਐਕਟਰਸ ਸਾਰੇ ਤੇ ਟੈਕਨੀਕਲ ਟੀਮ ਚ ਕਹ ਦੋ ਤਮਿਲ ਦੇ ਨੇ ਜਾਂ ਉਧਰੋਂ ਹਨਾ ਬੰਬੇ ਦੇ ਨੇ ਯੈਸ ਯੈਸ ਟੈਕਨੀਕਲ ਟੀਮ ਚ ਲਗਾ ਲਓ ਲੇਕਿਨ ਆਰਟਿਸਟ ਮੋਸਟਲੀ ਪੰਜਾਬੀ ਮਿਲਣਗੇ ਤੁਹਾਨੂੰ ਕਿੰਨੇ ਮੰਥ ਦਾ ਸਕੇਡਿਊਲ ਸੀਗਾ ਇਹ ਇਹ ਕਦੇ 20 ਦਿਨ ਲਾਈਕ ਤੁਸੀਂ ਲਗਾ ਲਓ 8 8-9 ਮਹੀਨੇ ਚੱਲਿਆ ਪ੍ਰੋਜੈਕਟ ਤੁੜੀਆਂ ਡੇਟਸ ਬਲੌਕ ਹੋ ਜਾਂਦੀ ਹੈ ਵਿੱਚ 4 ਮਹੀਨੇ ਤੁਸੀਂ ਹੋਰ ਕੁਝ ਨਹੀਂ ਕਰਨਾ ਨਹੀਂ ਐਦਾਂ ਨਹੀਂ ਹੁੰਦਾ ਸੀ ਜਿਵੇਂ ਅਗਲੇ ਵੀ ਦਿਨ ਸਾਡਾ ਜਿਵੇਂ ਲਗਾ ਲਓ ਤੁਸੀਂ ਅਪ੍ਰੈਲ ਚ ਸ਼ੂਟ ਹੈ 15 ਦਿਨ ਤੋਂ ਪਹਿਲਾਂ ਪਤਾ ਲੱਗ ਜਾਂਦਾ ਸੀ ਫੈਬ ਦੇ ਵਿੱਚ ਕਿ ਵੀ 15 20 ਦਿਨ ਦਾ ਸ਼ੈਡਿਊਲ ਆ ਰਿਹਾ ਟੈਂਟੇਟਿਵ ਰੱਖ ਕੇ ਰੱਖੋ ਪਤਾ ਲੱਗ ਜਾਂਦਾ ਹੁੰਦਾ ਸੀ ਤੇ ਟੋਟਲ 1 ਸਾਲ ਲੱਗਿਆ ਹੁਣਾਂ ਮੂਵੀ ਨੂੰ ਸਾਨੂੰ 1 ਸਾਲ ਲੱਗਿਆ ਉਹ ਤਾਂ ਪਹਿਲਾਂ ਤੋਂ ਚੱਲ ਰਹੀ ਸੀ ਓਕੇ 2021 ਤੋਂ ਚੱਲੀ ਹੈ ਮੂਵੀ ਇਹਨਾਂ ਨੂੰ ਤਾਂ 2 ਸਾਲ ਲੱਗੇ ਸੀ 2 ਸਾਲ ਫਿਰ ਪੋਸਟ ਪ੍ਰੋਡਕਸ਼ਨ ਦਾ ਫਿਰ ਡਿਸਟ੍ਰਿਬਿਊਸ਼ਨ ਫਿਰ ਰੀਲੀਜ਼ਿੰਗ ਐਵਰੀਥਿੰਗ ਯਾ ਐਂ ਨੀ ਪ ਮਤਲਬ ਮੈਂ ਅਗਰ ਰਣਵੀਰ ਨਾ ਕਿਸੇ ਨੇ ਕੰਮ ਕੀਤਾ ਹੋਵੇ ਉਹਨੂੰ ਕੱਲ ਹੀ ਆ ਜੇ ਬਸ ਮੂਵੀ ਹੋਣ ਸਾਨੂੰ ਆ ਅਸੀਂ ਫਿਲਮ ਕਰਕੇ ਅਸੀਂ ਆਪਣਾ ਕੰਮ ਕਰਨ ਲੱਗੇ ਸੀ ਮੈਂ ਆਈ ਥਿੰਕ ਉਸ ਤੋਂ ਬਾਅਦ ਚੁਨੌਤੀ ਕਰਨ ਲੱਗੇ ਸੀ ਸੀਰੀਅਲ ਅੱਛਾ ਸੋ ਖਤਮ ਹੋਇਆ ਇਨਰ ਮਾਈਂਡ ਚੱਲਦਾ ਰਹਿਣਾ ਹੁਣ ਰਹਿੰਦਾ ਹੋਣਾ ਤੁਹਾਡੇ ਵੀ ਕਦੋਂ ਰਿਲੀਜ਼ ਹੋਣੀ ਆ ਕਿਉਂਕਿ ਬਹੁਤ ਸਾਰੀਆਂ ਮੂਵੀਜ਼ ਬੰਦੀਆਂ ਲੇਕਿਨ ਰਿਲੀਜ਼ ਨਹੀਂ ਹੁੰਦੀਆਂ ਨਹੀਂ ਐ ਤਾਂ ਪਤਾ ਸੀ ਨਾ ਇਹਦੇ ਵਿੱਚ ਨਾ ਐ ਸੀਗਾ ਕਿ ਪਹਿਲਾਂ ਰਿਲੀਜ਼ ਹੋਣੀ ਸੀ 11 ਅਗਸਤ ਨੂੰ ਪਰ ਆਈ ਥਿੰਕ ਗਦਰ ਵਗੈਰਾ ਆ ਰਹੀ ਸੀ ਫਿਲਮਾਂ ਕਾਫੀ ਆ ਰਹੀਆਂ ਸੀ ਤੋ ਉਸ ਟਾਈਮ ਇਹਨਾਂ ਨੇ ਫਿਟ ਆਈ ਥਿੰਕ ਚੇਂਜ ਹੋ ਗਿਆ ਸੀ ਯਾ ਓਨਦਰ ਆਈ ਥਿੰਕ ਕੁਝ ਕੰਮ ਪੂਰਾ ਨਹੀਂ ਹੋਇਆ ਸੀ ਕਿਉਂਕਿ ਪੰਚ ਛੇ ਲੈਂਗੁਏਜ ਇਸ ਤੇ ਸੀ ਕਿ ਕਿਉਂਕਿ ਅਸੀਂ ਮੈਨੂੰ ਯਾਦ ਹੈ ਅਪ੍ਰੈਲ ਚ ਅਸੀਂ ਸ਼ਡਿਊਲ ਫਿਨਿਸ਼ ਕੀਤਾ ਸੀ ਲੰਡਨ ਵਾਲਾ ਤੇ ਮਈ ਜੂਨ ਜੂਨ ਚ ਵੀ ਕੁਝ ਪਾਰਟਸ ਸੀ ਕਾ ਸ਼ੂਟ ਹੋਣ ਵਾਲੇ ਆਈ ਥਿੰਕ ਟਾਈਮ ਕੱਟ ਸੀ ਕਾ ਸਾਨੂੰ ਇਹ ਪਤਾ ਸੀ 11 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ ਪਹਿਲਾਂ ਤੇ ਇਹਨਾਂ ਦੇ ਪੋਸਟਰ ਵਗੈਰਾ ਸਭ ਓਕੇ ਹੋ ਗਏ ਸੀ ਫਿਰ ਉਹ ਚੇਂਜ ਹੋ ਗਈ ਸੀ ਡੇਟਸ ਆਈ ਥਿੰਕ ਕੰ ਲੇਕਿਨ ਆਰਟਿਸਟ ਇਦਾਂ ਦੀ ਇੱਕ ਚੀਜ਼ ਆ ਵਈ ਜਿਹਦੇ ਵਿੱਚ ਉਹਨੂੰ ਇਹ ਨਹੀਂ ਪਤਾ ਹੁੰਦਾ ਪੈਸੇ ਆਉਣੇ ਕਿ ਨਹੀਂ ਲੇਕਿਨ ਉਹ ਲੱਗਿਆ ਹੁੰਦਾ ਉਹਨੂੰ ਸਾਰੇ ਕਹਿ ਰਹੇ ਹੁੰਦੇ ਵੀ ਤੂੰ ਦੇਖ ਲੈ ਕਿਉਂਕਿ ਕਾਫੀ ਸਾਰੇ ਰਿਲੇਟ ਕਰਨਗੇ ਜਿਹੜੇ ਦੇਖਦੇ ਨੇ ਸ਼ਾਇਦ ਉਹ ਪੇਂਟਰ ਆ ਸ਼ਾਇਦ ਉਹ ਸਿੰਗਰ ਆ ਸ਼ਾਇਦ ਉਹ ਐਕਟਰ ਆ ਜਾਂ ਕਿਸੇ ਵੀ ਆਰਟ ਫਾਰਮ ਚ ਹੈਗਾ ਵਈ ਯਾਰ ਤੂੰ ਕੋਈ ਸੌਫਟ ਬਿਜ਼ਨਸ ਕਰ ਲੈ ਜਾਂ ਤੂੰ ਇੱਕ ਟੀਚਰ ਲੱਗ ਜਾ ਵੀ ਸੇਫ ਸਾਈਡ ਰਹਿ ਐਕਟਿੰਗ ਦਾ ਚੱਲ ਜੇ ਤਾਂ ਜੂਆ ਨਾ ਚੱਲਿਆ ਤਾਂ ਫਿਰ ਨਾ ਇੱਧਰ ਦਾ ਤੂੰ ਮੇਰੇ ਕੇਸ ਚ ਇਦਾਂ ਸੀਗਾ ਕਿ ਮੇਰੇ ਪੇਰੈਂਟਸ ਨਹੀਂ ਸੀ ਬਚਪਨ ਤੋਂ ਸੋ ਹੋਇਆ ਤਾਂ ਮਾਈਂਡ ਸੇ ਸੈਟਅਪ ਬੈ ਗਿਆ ਸੀ ਕਿ ਕਰੇਗਾ ਆਪਣੇ ਲਈ ਮਰੇਗਾ ਆਪਣੇ ਲਈ ਇਹ ਗੱਲ ਸਮਝ ਆ ਗਈ ਸੀ ਕਿ ਵੀ ਅਗਰ ਮੈਂ ਕੱਲ ਨੂੰ ਕੁਝ ਬਣਾਗਾ ਤੇ ਮੇਰੇ ਲਈ ਹੈ ਨਹੀਂ ਕਰਾਂਗਾ ਤੇ ਮੈਂ ਪੇਰੈਂਟਸ ਸਮਝਾ ਨਹੀਂ ਭਾਜੀ ਮਤਲਬ ਤੁਹਾਡੇ ਪਿੱਛੇ ਪੇਰੈਂਟਸ ਨਹੀਂ ਹੈਗੇ ਠੀਕ ਹੈ ਤੁਹਾਨੂੰ ਸਮਝਾਉਣ ਵਾਲਾ ਵੀ ਕੋਈ ਨਹੀਂ ਠੀਕ ਹੈ ਕਿ ਤੁਸੀਂ ਅੱਗੇ ਵਧਣਾ ਹੈ ओके ਤੁਹਾਨੂੰ ਕੋਈ ਦੱਸਣ ਵਾਲਾ ਨਹੀਂ ਹੈ ਨਾ ਕਿ ਐਕਟਿੰਗ ਕਰੇਗਾ ਤੇ ਮਰ ਜਾਏਗਾ ਜਾਂ ਤੁਹਾਨੂੰ ਕੰਮ ਨਹੀਂ ਮਿਲੇਗਾ ਪੈਸੇ ਕਿੱਥੋਂ ਕਮਾਏਗਾ ਹੈ ਨਾ ਸੇਫ ਜੌਬ ਕਰ ਦੱਸਣ ਵਾਲੇ ਕੋਈ ਨਹੀਂ ਸੀ ਜਿੱਥੇ ਰੱਬ ਲੈ ਗਿਆ ਮੈਂ ਉੱਥੇ ਚੱਲ ਗਿਆ ਨਹੀਂ ਮੈਂ ਉਹ ਵੀ ਪੁੱਛ ਰਿਹਾ ਦੱਸਣ ਵਾਲਾ ਕਿਉਂ ਨਹੀਂ ਸੀ ਮੈਂ ਪੇਰੈਂਟਸ ਕਿੱਥੇ ਨੇ ਤੁਹਾਡੇ ਐਕਸਪਾਇਰ ਹੋ ਗਏ ਸੀ ਛੋਟੇ ਹੁੰਦੇ ਹੀ ਓਕੇ ਭਾਜੀ ਮੈਨੂੰ ਨਹੀਂ ਪਤਾ ਸੀ ਇਹਦੇ ਬਾਰੇ ਮੈਂ ਵਾਸ 4 ইয়ার্স ওল্ড মামা এক্সਪਾਇਰ ਹੋ ਗਏ ਸੀ সো দেন when i was in 8th class then papa expare ho gaye si ਸੋ ਉਹ ਇੱਕ ਅਲੱਗ ਕਹਾਣੀ ਹੈ ਬਹੁਤ ਡੀਪ ਕਹਾਣੀ ਹੈ ਕਦੇ ਪਰ ਮੈਂ ਸੋਚ ਰਿਹਾ ਕਿ 4 ਸਾਲ ਦਾ ਬੱਚਾ ਭਾਜੀ ਤੁਸੀਂ ਇੰਨੇ ਸਟਰੋਂਗ ਹੋ ਤੇ ਹੱਸਦੇ ਜਾ ਰਹੇ ਹੋ ਮੈਂ ਕਦੇ ਸੋਚ ਵੀ ਨਹੀਂ ਸਕਦਾ ਵੀ ਵੀ 4 ਸਾਲ ਦੀ ਉਮਰ ਵਿੱਚ ਯਾ ਮਨੂੰ ਗਾਈਡੈਂਸ ਨਾਲ ਬਹੁਤ ਪਿਆਰ ਕੀ ਹੁੰਦਾ ਹੈ ਵਾਕਈ ਕਹਿੰਦੇ ਨੇ ਨਾ ਪੇਰੈਂਟਸ ਆਫ ਪਰਵਰਿਸ਼ ਕਿਵੇਂ ਹੋਈ ਥੋੜਾ ਜਿਹਾ ਮੈਂ ਪੁੱਛੂੰਗਾ ਪਰਵਰਿਸ਼ ਕਿਵੇਂ ਹੋਈ ਰਾਪਰੋਂ ਸੇ ਯੂ ਕੈਨ ਸੇ ਅ ਮੇਰੀ ਦੋ ਸਿਸਟਰਸ ਨੇ ਦੋਨੋਂ ਸਕੂਲ ਤੋਂ ਆ ਕੇ ਪੜਾਉਂਦੀ ਹੁੰਦੇ ਸੀ ਟਿਊਸ਼ਨਸ for bread and butter बाकी मेरे अंकल आंट सी ऐसे सारे इकट्ठे ਰਹਿੰਦੇ ਹੁੰਦੇ ਸੀ ਮੇਰਾ ਪਰਵਰਿਸ਼ ਹੋ ਗਈ ਐਂਡ ਉਸ ਤੋਂ ਬਾਅਦ 10th ਤੱਕ ਮੈਂ ਨਾ ক্রিকেট ਸ਼ੌਕੀਨ ਸੀ ਕਾਫੀ 10th ਤੱਕ ਮੈਂ ক্রিকেট ਖੇਡਦਾ ਰਿਆ ਥੈਂ 10th ਤੋਂ ਬਾਅਦ ਕਿੰਨੇ 11th I think ਪੰਜਾਬ ਚ +2 +1 ਕਹਿੰਦੇ ਨੇ ਸੋ ਉਸ ਟਾਈਮ ਮੈਨੂੰ ਸਾਇੰਸ ਮਿਲ ਗਈ ਹਮ ਸੋ ਸਾਇੰਸ ਦੇ ਵਿੱਚ ਹੁੰਦਾ ਨਾ ਕਿ ਯਾਰ ਪੜਾਈ ਕਰ ਲਾ ਹੁਣ ਕਿ ਪੜ੍ਹਨਾ ਪੈਣਾ ਉਹਦੇ ਚਤੇ ਬਿਸਾਇਡ ਮੈਂ ਪੜਿਆ 12 ਤੱਕ ਦਨ ਉਸ ਤੋਂ ਬਾਅਦ ਇੰਜੀਨੀਅਰਿੰਗ ਵੱਲ ਲੱਗ ਗਿਆ ਇੰਜੀਨੀਅਰਿੰਗ ਦਾ ਉਸ ਬਾਬਾ ਅੱਧਾ ਮਿਲਿਆ ਲੋਕੀ ਕੰਦੇ ਹੁੰਦੇ ਹੁਣ ਲੋਕੀ ਕਹਿਣਗੇ ਭਾਈ ਤੂੰ ਤਾਂ ਪੈਸੇ ਨਹੀਂ ਸੀ ਇੰਜੀਨੀਅਰਿੰਗ ਕਿਵੇਂ ਕਰ ਲਈ ਪਰ ਉਹਦੇ ਚ ਪੈਸੇ ਲੱਗਦੇ ਨੇ ਅਦੋਂ ਆਇਆ ਮੇਰੀ ਨਾਨੀ ਦੀ ਸਿਸਟਰ ਸੀਗੇ ਲੰਡਨ ਤੋਂ ਉਹ ਆਈ ਸੀ ਮੇਰੇ ਸਿਸਟਰ ਦੇ ਵਿਆਹ ਤੇ ਦਨ ਉਹਨਾਂ ਨੇ ਕਿਹਾ ਸੀ ਕਿ ਭਾਈ ਇੰਜੀਨੀਅਰਿੰਗ ਦੇ ਜੋ ਫੀਸ ਲੱਗੇਗੀ ਉਹ ਮੈਂ ਦੇ ਦਾਂਗੀ ਦਨ ਉਹਨੇ ਤਾਂ ਪਰਸਮੈਂ ਇੰਜੀਨੀਅਰਿੰਗ ਸਟਾਰਟ ਕਰਤੀ ਪਰ ਉਹ ਵੀ ਇੰਜੀਨੀਅਰਿੰਗ ਮੈਂ ਕਰਨੀ ਨਹੀਂ ਸੀ ਮੇਰੇ ਫਰੈਂਡ ਕਰ ਰਿਹਾ ਸੀ ਮੇਰਾ ਸਕੂਲ ਮੇਟ ਹੀ ਸੀਗਾ ਉਹ ਕਹਿੰਦਾ ਮੈਂ ਜਾ ਰਿਹਾ ਇੰਜੀਨੀਅਰ ਕਰਨ ਤੇ ਤੂੰ ਕਰਨੀ ਤਾਂ ਦੱਸ ਮੈਂ ਉਹਦੇ ਪਰਸ ਮੈਂ ਵੀ ਚਲਾ ਗਿਆ ਜੋ ਦਿਖਿਆ ਮੈਂ ਕਰਨ ਲੱਗ ਗਿਆ ਹੈਨਾ ਐਂਡ ਜਦੋਂ ਮੈਂ ਇੰਜੀਨੀਅਰਿੰਗ ਦਾ ਫਸਟ ইয়ার ਸੀ ਫਸਟ ਸੈਮੇਸਟਰ ਕੰਪਲੀਟ ਹੋਇਆ ਮੇਰੀ ਨਾਨੀ ਉਹ ਨਾਨੀ ਦੀ ਸਿਸਟਰ ਜੋ ਕਰਵਾ ਰਹੀ ਸੀ ਜੋ ਫੀਸ ਪੇ ਕਰ ਰਹੀ ਸੀ ਉਹ ਚਲੇ ਗਏ ਐਕਸਪਾਇਰ ਹੋ ਗਏ ਫੀਸ ਕੌਣ ਦੇਊਗਾ ਉਹ ਯਾਰ ਪਿੱਛੇ ਤਾਂ ਪੈ ਕਰ ਤਾਂ ਲਿਤਾ ਫੀਸ ਕੌਣ ਦੇਊਗਾ ਐਂਡ ਉਸ ਤੋਂ ਬਾਅਦ ਫਿਰ ਐਜੂਕੇਸ਼ਨ ਲੋਨ ਲਿਤਾ ਐਜੂਕੇਸ਼ਨ ਲੋਨ ਲੈ ਕੇ ਉਹ ਉਹ ਐਜੂਕੇਸ਼ਨ ਲੋਨ ਨੇ ਮੈਨੂੰ ਬਹੁਤ ਤੰਗ ਕੀਤਾ ਕਿਉਂਕਿ ਉਸ ਤੋਂ ਬਾਅਦ ਵੀ ਨਹੀਂ ਪਤਾ ਸੀ ਕਿ ਟਾਈਮ ਤੇ ਨਹੀਂ ਪਰੋਗੇ ਤੇ ਤੁਹਾਡਾ 올 ਸਿਬਿਲ ਹੋ ਜਾਊਗਾ ਨਾ ਫਿਰ ਉਸ ਤੋਂ ਬਾਅਦ ਜੌਬ ਕੀਤੀ ਦੋ ਦੋ ਢਾਈ ਸਾਲ ਜੌਬ ਕੀਤੀ ਦੈਨ ਜੌਬ ਕਰਦੇ ਕਰਦੇ ਸਮਝ ਆ ਗਈ ਸੀ ਯਾਰ ਮੈਂ ਰੋਜ਼ ਕੰਮ ਨਹੀਂ ਕਰ ਪਾ ਰਿਹਾ ਮੇਰਾ ਕ੍ਰੀਏਟਿਵ ਮਾਈਂਡ ਚੱਲ ਰਿਹਾ ਕਿੱਥੇ आई hmm. थिंक मैं पापा दे लास्ट फिल्म देखी सी धड़कन समझ लो मेरी लास्ट फिल्म से पापा दे पापा ने शौक होगा फिल्म ना दाता करके मैं शौक पाया सो so, दैन मैं समझ आ गई सी एक दिन मैं ओ की कहें रिजाइन दिता एंड फ्रस्ट्रेटेड होके रिजाइन दिता मेरे सर कहें क्या करेगा इसके बाद मैंने कहा पता नहीं लेकिन ये तो नहीं करूँगा मैं एंड रिजाइन देगी चंकी गल की होगी पता तू मैं कॉल आ गया एक ओके okay. ਮੈਂ ਉਸ ਤੋਂ ਪਹਿਲਾਂ ਮਾਡਲਿੰਗ ਸ਼ੋਅ ਕਿਤੇ ਸੀਗੇ ਮੈਨੂੰ ਕਾਲ ਆ ਗਿਆ ਕਿ ਐਸੇ ਇੱਕ ਪੰਜਾਬੀ ਫਿਲਮ ਕਰ ਰਹੇ ਆਂ ਔਰ ਸਰਦਾਰ ਚੇਤਾ ਉਥੇ ਆਜਾ ਆਡੀਸ਼ਨ ਤੇ ਚੰਡੀਗੜ੍ਹ ਬਾਜੀ ਮੈਂ ਡਿਜ਼ਾਈਨ ਦੇਂਦੇ 6 ਦਿਨ ਬਾਅਦ ਮੈਨੂੰ ਕਾਲ ਆ ਗਿਆ ਉਸ ਤੋਂ ਬਾਅਦ ਐਵਜਾ ਟਾਈਮ ਆਇਆ ਕਿ ਮੈਨੂੰ ਕੀ ਕਹਿੰਦੇ ਨੇ ਤੁਹਾਡਾ ਨੋਟਿਸ ਪੀਰੀਅਡ ਸਰਵ ਕਰਨ ਦਾ ਟਾਈਮ ਹੀ ਨਹੀਂ ਮਿਲਿਆ ਇੱਕ ਮਹੀਨਾ ਤੁਸੀਂ ਨੋਟਿਸ ਪੀਰੀਅਡ ਸਰਵ ਕਰਨਾ ਹੁੰਦਾ ਮੈਨੂੰ ਟਾਈਮ ਹੀ ਨਹੀਂ ਮਿਲਿਆ ਮੈਂ ਉਹ ਕੀ ਕਹਿੰਦੇ ਨੇ ਉਹਦੇ ਪੈਸੇ ਕਟਵਾ ਕੇ ਆਫਿਸ ਤੋਂ ਮੈਂ ਗਿਆ ਰੱਬ ਨੇ ਰੱਬ ਚਾਹੁੰਦਾ ਸੀ ਕਿ ਤੁਸੀਂ ਇਹ ਜੌਬ ਛੱਡੋਗੇ ਤੇ ਅੱਗੇ ਕੰਮ ਤੁਹਾਨੂੰ ਮਿਲੇਗਾ। ਤੇ ਉਹ ਮੈਨੂੰ ਮਿਲਿਆ ਕੰਮ ਉਹ ਮੇਰੀ ਜਰਨੀ ਚੇਂਜ ਹੋ ਗਈ ਉੱਥੇ। ਉੱਥੇ ਭਾਵੇਂ ਤੁਸੀਂ ਲਗਾ ਲੋ ਅਲੱਗ ਸਟਰਗਲ ਸੀ ਲੇਕਿਨ ਜਰਨੀ ਚੇਂਜ ਹੋ ਗਈ। ਮੈਨੂੰ ਸਮਝ ਆ ਗਈ ਕਿ ਯਾਰ ਹੁਣ ਮੈਂ ਸਹੀ ਪਾਤੇ ਆ ਰਿਹਾ ਹਾਂ। ਐਕਚੁਅਲ ਦੇ ਵਿੱਚ 2019 ਦੇ ਵਿੱਚ ਜਦੋਂ ਮੈਨੂੰ ਮੈਂ ਪੰਜਾਬ ਤੋਂ ਛੱਡ ਕੇ ਬਾਲੀਵੁੱਡ ਵੱਲ ਗਿਆ ਤੇ ਮੈਨੂੰ ਐਡਸ ਮਿਲਣੇ ਸ਼ੁਰੂ ਹੋਏ ਤਾਂ ਮੇਰਾ ਪਾਸ ਸ਼ੁਰੂ ਹੋ ਗਿਆ ਕਿ ਮੈਂ ਸਹੀ ਪੱਟਰੀ ਤੇ ਆ ਗਿਆ ਹਾਂ। ਅੱਗੇ ਹੁਣ ਇਸੇ ਲਾਈਨ ਦੇ ਵਿੱਚ ਅੱਗੇ ਵਧਣਾ। ਫਿਰ ਐਡ ਫਿਲਮਸ ਮੈਂ ਕਿਤੇ 2019 ਕਾਫੀ ਮੈਂ ਬਾਜ ਇਹ ਦੇਖ ਰਿਹਾ ਕਿਸੇ ਨੂੰ ਜੱਜ ਨਹੀਂ ਕਰਨਾ ਚਾਹੀਦਾ ਪਤਾ ਨਹੀਂ ਭਾਜੀ ਮੈਨੂੰ ਵੀ ਨਹੀਂ ਪਤਾ ਸੀ ਭਾਜੀ ਦੀ ਸਟੋਰੀ ਕਿੰਨੇ ਸਾਰੇ ਸਟਰਗਲਸ ਹੁੰਦੇ ਆ ਆਪਾਂ ਕਮੈਂਟ ਕਰਨ ਲੱਗੇ ਇੱਕ ਟਾਈਮ ਨਹੀਂ ਲਾਉਂਦੇ ਨਾ ਵੀ ਆ ਗਿਆ ਇੱਕ ਸਾਲ ਚੁੱਟ ਕੇ ਜਾਂ ਕੋਈ ਬੈਡ ਕਮੈਂਟਸ ਜਾਂ ਹਾਂਜੀ ਬੈਡ ਕਮੈਂਟਸ ਯਾ ਮੈਂ ਦੇਖਦਾ ਹਾਂ ਲੇਕਿਨ ਮੈਂ ਰਿਪਲਾਈ ਨਹੀਂ ਕਰਦਾ ਉਹਨਾਂ ਲੋਕ ਕਹਦਾ ਜੇ ਉਹਨਾਂ ਜੁਗਾ ਹੋਇਆ ਨਹੀਂ ਕਿ ਰਿਪਲਾਈ ਕਰਾਂ ਨਹੀਂ ਨਹੀਂ ਭਾਜੀ ਤੁਸੀਂ ਸਮਝਦਾ ਰਹੋ ਵੀ ਬਈ ਬੇਟਾ ਬਹਿ ਜਾ ਤੈਨੂੰ ਪਤਾ ਨਹੀਂ ਮੈਂ ਕਿੱਥੋਂ ਆਇਆ ਤੁਸੀਂ ਤੁਹਾਨੂੰ ਪਤਾ ਹੁੰਦਾ ਤਾਂ ਤੁਸੀਂ ਸਾਇਲੈਂਸ ਰਹਿੰਦੇ ਹੋ ਤਾਂ ਬਈ ਮੇਰਾ ਵਾਈਗਰੋ ਦੀ ਲੱਗੀ ਸਟਰਗਲ ਪੀਰੀਅਡ ਹੈ ਉਹ ਬਹੁਤ ਜ਼ਿਆਦਾ ਡਾਰਕ ਜਰਨੀ ਹੈ ਸੋ ਉਹਦੇ ਲਈ ਤਾਂ ਜਿਸਨ ਸਕਸੈਸ ਮਿਲੇਗੀ ਉਸ ਦਿਨ ਗੱਲ ਕਰਾਂਗੇ ਉਹ ਹੋਣੀ ਵੀ ਬਹੁਤ ਵੱਡੀ ਹੈ ਨਾ ਕਿਉਂਕਿ ਤੁਸੀਂ ਹੁਣ ਜਿਹੜੇ ਟਾਈਮ ਦੀ ਗੱਲ ਕਰ ਰਹੇ ਹੋ ਵੀ ਉੱਤੇ ਦੋ ਤਿੰਨ ਪੋਡਕਾਸਟ ਲੱਗ ਜਾਣੇ ਆ ਕਿਉਂਕਿ ਤੁਹਾਨੂੰ ਕੁਝ ਸਟਰਗਲ ਆਪਣੇ ਯਾਦ ਵੀ ਨਹੀਂ ਹੋਣੇ ਹਾਂ ਯਾਰ ਸਭ ਯਾਦ ਹੈ ਮੈਨੂੰ ਯਾਦ ਹੈ ਮੈਂ ਸਾਰੇ ਯਾਦ ਨੇ ਤੁਹਾਨੂੰ ਮੈਨੂੰ ਬਹੁਤ ਬਹੁਤ ਚੀਜ਼ਾਂ ਯਾਦ ਨੇ ਮੈਂ ਹੁਣ ਉਹ ਉਹ ਚੀਜ਼ ਨੂੰ ਰਿਵਾਈਵ ਕਰਦਾ ਰਹਿੰਦਾ ਟਾਈਮ ਸਿਰ ਕਿ ਆ ਮੈਂ ਉਸ ਟਾਈਮ ਮੈਂ ਕਰਦਾ ਹੁੰਦਾ ਸੀ ਅਗਰ ਮੈਂ ਗੱਲ ਕਰਾਂ ਪਾਜੀ ਦੀ ਜੋ ਚੌਥਾ ਨਾ ਕੰਟੈਕਟ ਜਿਸੀ ਕੇ ਅਰਵਿੰਦ ਪਾਜੀ ਆ ਨਾ ਹਾਂਜੀ ਉਹ ਮੈਨ ਮੈਨੇਜ ਕਰ ਦੇਨੇ ਉਹਨਾਂ ਨਾਲ ਮੇਰੀ ਜਰਨੀ ਬੜੀ ਵਧੀਆ ਰਹੀ ਫਸਟ ਡੇ ਤੋਂ ਮੇਰੇ ਨਾਲ ਨੇ the first time ਤੇ ਲਾਈਕ ਜਦੋਂ ਮੈਂ ਪੰਜਾਬ ਚ ਫਿਲਮ ਕਰ ਰਹੀ ਸੀ ਉਸ ਸਮੇਂ ਤੋਂ ਉਹ ਮੇਰੇ ਨਾਲ ਨੇ ਤੇ ਆ ਜੋ ਸਾਰਾ ਮੈਨੇਜ ਕਰ ਰਹੇ ਨੇ ਜੀ ਸੋ ਬੜੀ ਸਾਰੀ ਚੀਜ਼ਾਂ ਹੈਗੀ ਹੈ ਜਿਹੜੀ ਮੈਂ ਰਿਵਾਈਵ ਕਰਦਾ ਰਹਿੰਦਾ ਬਟ ਟਾਈਮ ਆਏਗਾ ਦਨ ਦਸੰਦਾ ਫਤਹਾ ਪਾਜੀ ਕਿਸੇ ਟਾਈਮ ਤੁਸੀਂ ਇਕੱਲੇ ਸੀ ਅੱਜ ਟੀਮ ਹੈ ਕੱਲ ਤੁਹਾਡੇ ਨਾਲ ਵੀ 20 25 ਬੰਦੇ ਦੁਰਿਆ ਕਰਨਗੇ ਇਹ ਤਾਂ ਨਹੀਂ ਆਈ ਡੋਨਟ ਵਾਂਟ ਮੈਨੂੰ ਚਾਹੀਦਾ ਕੰਮ ਕਰਨ ਨੂੰ ਬੰਦੇ ਹੋਣ ਮਿਲ ਕੇ ਕੰਮ ਕਰੀਏ ਥੈਟਸ ਇਟ ਮੇਰਾ ਤਾਂ ਹਮੇਸ਼ਾ ਹੀ ਰੰਦਾ ਕਿ ਮਿਲ ਕੇ ਅੱਗੇ ਵਧਿਆ ਜਾਂਦਾ ਭਾਈ ਇਕੱਲੇ ਨਹੀਂ ਅੱਗੇ ਵੱਧ ਸਕਦਾ ਕੋਈ ਰੂਲਸ ਰੱਖੇ ਤੁਸੀਂ ਲਾਈਫ ਦੇ ਕੋਈ ਰੂਲਸ ਹਨ ਮੇਰੇ ਵੇ ਜਿੱਦਾਂ ਹੁੰਦਾ ਕਈਆਂ ਦੇ ਰੂਲਸ ਆ ਵੀ 10 ਵਜੇ ਤੋਂ ਬਾਅਦ ਫੋਨ ਬੰਦ ਜਾਂ ਇਦਾਂ ਦੇ ਮਤਲਬ ਡੇਲੀ ਰੂਲਸ ਮੇਰੀ ਫੋਨ ਹੀ ਜੌਬ ਹੈ ਮੈਂ ਤੇ ਘਰ ਬੈਠੇ ਆ ਫੋਨ ਹੀ ਜੌਬ ਹੈ ਮੇਰੇ ਰੂਲਸ ਆ ਹੈਗੇ ਨੇ ਮੈਂ ਦੋਸਤਿਆ ਨਹੀਂ ਹੈਗੇ ਬਹੁਤ ਮੇਰੇ ਜਿਹੜੇ ਦੋਸਤਿਆ ਨਾਲ ਕੰਮ ਨਹੀਂ ਬੰਦੇ ਸੋ ਮੇ ਫਰੈਂਡਸ਼ਿਪ ਨਹੀਂ ਰੱਖਦਾ ਏਡੀ। ਐਂਕਾਂਟ ਪੀਣ ਵਾਲਾ ਨਹੀਂ ਹੈਗਾ ਤੇ ਤਾਂ ਕਰਕੇ ਨਹੀਂ ਬਣਦੀ ਸ਼ਾਇਦ। ਇਹ ਕਈ ਰੀਜ਼ਨ ਹੋ ਸਕਦਾ। ਮਿਡਲ ਕਲਾਸ ਮੁੰਡਿਆਂ ਦੇ ਨਾ ਦੋਸਤ ਘੱਟ ਹੀ ਹੁੰਦੇ ਆ ਭਾਜੀ। ਹਾਂ। ਕਿਉਂਕਿ ਮਿਡਲ ਕਲਾਸ ਬੰਦਾ ਨਾ ਜ਼ਿੰਮੇਵਾਰੀਆਂ ਜੀ ਲੱਗਿਆ ਰਹਿੰਦਾ। ਬਿ ਆਗ ਮੁੱਕ ਗਿਆ, ਆ ਗ੍ਰੋਸਰੀ ਲੈਣੀ ਆ, ਚਾਰ ਰੈਂਟ ਪੇ ਕਰਨਾ। ਯਾ। ਉਹਨੂੰ ਟਾਈਮ ਹੀ ਨਹੀਂ ਮਿਲਦਾ ਦੋਸਤ ਬਣਾਉਣ ਦਾ। ਇਹ ਹੀ ਰੀਜ਼ਨ ਆ ਕਿ ਬੰਦਾ ਖਰਚਾ ਖਰਚਾ ਵੀ ਤਾਂ ਕੱਟਣਾ ਹੈ। ਅਜੇ ਏਡੇ ਵੱਡੇ ਸਟਾਰ ਨਹੀਂ ਹੋਏ ਕਿ ਸਾਡੇ ਕੋਲ ਕਰੋੜਾ ਰੁਪਏ ਆ ਰਹੇ ਨੇ। ਹਰ ਇੱਕ ਫਿਲਮ ਦੇ ਸੋ ਐ ਚੀਜ਼ਾਂ ਹੁੰਦੀਆਂ ਮੈਟਰ ਕਰਦੀਆਂ ਸੈਲੀਬ੍ਰੇਟ ਤਾਂ ਕੀਤਾ ਹੋਣਾ ਥੋੜਾ ਬਹੁਤ ਫੈਮਲੀ ਨਾਲ ਹੀ ਕਰੇ ਵੀ ਆ ਗੁਰਦੁਆਰੇ ਜਾ ਕੇ ਸੈਲੀਬ੍ਰੇਟ ਕੀਤਾ ਜਿਹਨੇ ਦਿੱਤਾ ਮੈਨੂੰ ਵਾਹ ਬੰਗਲਾ ਸਾਹਿਬ ਗੁਰੂਵਰ ਕਿਸ਼ਨ ਸਾਹਿਬ ਜੀ ਨੂੰ ਬਹੁਤ ਮੰਨਦਾ ਆਪਣੇ ਮਤਲਬ ਸੁਣਿਆ ਸੀ ਕਿਤੇ ਬਚਪਨ ਚ ਕਿ ਉਹ ਬਾਲ ਗੁਰੂ ਨੇ ਸਭ ਤੋਂ ਛੋਟੀ ਐਜ ਦੇ ਗੁਰੂ ਨੇ ਤਾਂ ਬੜੀ ਜਲਦੀ ਸੁਣਦੇ ਨੇ ਉਹ ਮੈਂ ਕਿੱਥੇ ਸੁਣੀ ਸੀ ਗੱਲ ਛੋਟੇ ਹੁੰਦੇ ਨੇ ਨਾ ਕਿਸੇ ਨੇ ਵੀਰੇ ਕੰਨ ਚ ਗੱਲ ਪਾਈ ਸੀ ਕਿ ਆ ਕਿਸੇ ਨੂੰ ਦੱਸ ਰਿਆ ਸੀ ਤੇ ਮੇਰੇ ਕੰਨ ਚ ਗੱਲ ਪੈ ਗਈ ਆਬਜ਼ਰਵ ਕਰ ਲਈ ਗੱਲ ਤੂੰ ਇੱਕ ਨਾ ਇੱਕ ਇੱਕ ਟਾਈਮ ਬਾਅਦ ਸ਼ਾਇਦ ਮੈਂ ਮਰਨਾ ਸ਼ੁਰੂ ਕੀਤਾ ਤੇ ਮੇਰੀ ਰਾਤੋ ਰਾਤ ਚੀਜ਼ਾਂ ਚੇਂਜ ਹੋ ਗਈਆਂ ਨੀਤਾ ਯਾਰ ਮੈਨਾਂ ਕੋਈ ਇੰਡਸਟਰੀ ਤੋਂ ਲੈਣਾ ਦੇਣਾ ਨਹੀਂ ਹੈਨਾ ਮੈਨੂੰ ਤਾਂ ਇਹ ਹੀ ਨਹੀਂ ਪਤਾ ਸੀ ਲਿਟਰਲੀ ਮੈਨੂੰ ਇੱਕ ਟਾਈਮ ਤੱਕ ਇਹ ਨਹੀਂ ਪਤਾ ਸੀ ਦਿੱਲੀ ਚ ਆਡੀਸ਼ਨਸ ਕਿਤੇ ਹੁੰਦੇ ਨੇ ਤੇ ਦਿੱਲੀ ਚ ਮੰਡੀ ਹਾਊਸ ਕਿੱਥੇ ਆ ਉੱਥੇ ਜਾ ਕੇ ਥੀਏਟਰ ਕਲਾਸਿਸ ਕਿੱਥੇ ਹੁੰਦੀਆਂ ਕੋਈ ਦੱਸਣ ਵਾਲਾ ਹੀ ਨਹੀਂ ਸੀ ਨਾ ਸਾਰੀ ਚੀਜ਼ ਨਾ ਲਾਈਫ ਨੇ ਐਕਸਪੀਰੀਅੰਸ ਕਰਾਈਆਂ ਇੱਕ ਐਕਟਰ ਬਹੁਤ ਸਾਰੀਆਂ ਜ਼ਿੰਦਗੀਆਂ ਜਿਉਂਦਾ ਵਾ ਨਾ ਕਿਉਂਕਿ ਕਦੇ ਉਹ ਕੁਝ ਕੈਰੈਕਟਰ ਕਰ ਰਿਹਾ ਜਾਂ ਕੁਝ ਕਰ ਰਿਹਾ ਤੇ অবজারভার ਬਹੁਤ ਹੁੰਦਾ অবজারভার ਬਹੁਤ ਹੁੰਦੇ ਭਾਈ ਯਾ ਇਮੋਸ਼ਨਲ ਵੀ ਹੈਗੇ ਤੁਸੀਂ ਵਾਹ ਇਮੋਸ਼ਨਲ ਤਾਂ ਕਾਫੀ ਹਾਂ ਲਾਸਟ ਟਾਈਮ ਖੁਸ਼ੀ ਕੇ ਹੰਸੂ ਕਬਾਈ تھے ਹਾਂ ਵੀਰ ਸ਼ੁਕਰਾਨੇ ਵਾਲੇ ਨਹੀਂ ਹੁੰਦੇ ਚਲੋ ਐਨੀਮਲ ਮੂਵੀ ਦੇ ਆ ਸੀਗਾ ਹੂੰ ਤੁਹਾਡੇ ਬੇਟੀ ਹੋਈ ਆ ਉਦੋਂ ਵੀ ਆਏ ਹੋਣੇ ਹੋਰ ਕੋਈ ਮੂਮੈਂਟ ਮੈਂ ਹੀ ਦੱਸੀ ਜਾਨਾ ਨਾ ਆਪ ਵੀ ਸਵਾਲ ਪੁੱਛ ਕੇ ਤੂੰ ਸੀ ਉਹਨਰੇ ਗੱਲਾਂ ਮੇਰੇ ਨਾਲ ਰਲ ਮਿਲ ਗਏ ਨਾ ਹੁਣ ਹਾਂ ਕਿਉਂਕਿ ਤੁਸੀਂ ਮੈਨੂੰ ਅਬਜ਼ਰਵ ਕਰਨਾ ਸ਼ੁਰੂ ਕਰਤਾ ਨਹੀਂ ਪਤਾ ਕੀ 1 ਘੰਟਾ ਜਦੋਂ ਗੱਲ ਕਰੀਦੀ ਹੈ ਨਾ ਥੋੜਾ ਜਿਹਾ એનર્ਜੀਜ਼ ਆ ਜਾਂਦੀ ਹੈ ਵੀ ਇਹ ਇਨਸਾਨ ਇਦਾਂ ਦੇ ਨਹੀਂ ਮੈਨੂੰ ਖੁਸ਼ੀ ਖੁਸ਼ੀ ਮੈਨੂੰ ਛੋਟੇ ਛੋਟੇ ਚੀਜ਼ਾਂ ਤੋਂ ਮਿਲ ਜਾਂਦੀ ਹੈ ਅ ਮੈਂ ਕਿਸੇ ਚੀਜ਼ ਨੂੰ ਐ ਨਹੀਂ ਕਹਿੰਦਾ ਯਾਰ ਐ ਨਹੀਂ ਮਿਲੇ ਆ ਯਾਰ ਮਜ਼ਾ ਨਹੀਂ ਆਇਆ ਛੋਟੇ ਛੋਟੇ ਚੀਜ਼ਾਂ ਤੋਂ ਖੁਸ਼ੀ ਮਿਲ ਜਾਂਦੀ ਹੈ ਅੱਜ ਘੜੀ ਲੈ ਲਈ ਖੁਸ਼ੀ ਮਿਲ ਗਈ ਉਹ ਬੇਟੀ ਨੂੰ ਮੈਂ ਮਾਲ ਲੈ ਗਿਆ ਉਹਨੂੰ ਖਿਡਾ ਲੇਤਾ ਖੁਸ਼ੀ ਮਿਲ ਗਈ ਹੇ ਜੀ ਸੋ ਫੈਮਲੀ ਵੱਲ ਧੁੰਨ ਧਿਆਨ ਰੰਦਾ ਜ਼ਿਆਦਾ ਕਿ ਭਈ ਛਿੰਨਾ ਟਾਈਮ ਮਲੇ ਫੈਮਲੀ ਸਪੈਂਡ ਕਰੀਏ ਕੀ ਬਾਤ ਹੈ ਨਾ ਕਾਫੀ ਲੋਕ ਸਿੰਗਲ ਲੈਣਾ ਚਾਹੁੰਦੇ ਆ ਸਿੰਗਲ ਹੈਗੇ ਨੇ ਫੈਮਲੀ ਅੱਛਾ ਮੈਰਿਜ ਹੋਣ ਤੋਂ ਬਾਅਦ ਲਾਈਫ ਚੇਂਜ ਹੁੰਦੀ ਆ ਨਾ ਆ ਜ਼ਿੰਮੇਦਾਰੀਆਂ ਲੋ ਤੇ ਹੁੰਦੀ ਆਈਆਂ ਜ਼ਿੰਮੇਦਾਰੀਆਂ ਨਾਲ ਉਹ ਤੇ ਕੁਝ ਵੀ ਨਹੀਂ ਮੈਂ ਤੇ ਤੁਹਾਨੂੰ ਇਹੀ ਕਹਿੰਦਾ ਨਾ ਕਿ ਮੈਨੂੰ ਇਹ ਚੀਜ਼ ਸਮਝ ਆ ਗਈ ਸੀ ਕਿ ਡੁੱਬਿਆ ਅੱਗੇ ਖੂ ਪਿਛੇ ਖਾਈ ਹਮ ਇਹ ਗੱਲ ਸਮਝ ਆ ਗਈ ਜੀ ਜਦੋਂ ਮੈਂ ਚੰਡੀਗੜ੍ਹ ਅ ਪਹਿਲੀ ਫਿਲਮ ਕਰਨ ਗਿਆ ਸੀ ਤੇ ਤੇ ਉਥੇ ਜਦੋਂ ਟੀਮ ਨੇ ਆਪਸੇ ਗੱਲ ਕਰ ਲਈ ਸੀ ਕਿ ਕੇਪੀ ਨੂੰ ਪੇਜ ਦੀਏ ਉਹ ਮੈਂ ਨੌਕਰੀ ਛੱਡ ਕੇ ਆਇਆ ਸੀ ਕੇਪੀ ਨੂੰ ਆਪਸੇ ਗੱਲ ਕਰ ਰਹੇ ਸੀ ਦੈਟਸ ਅਨਦਰ ਅਨਦਰ ਟਾਪਿਕ ਆਪਸੇ ਗੱਲ ਕੇ ਕੇਪੀ ਨੂੰ ਪੇਜ ਦੀ ਉਹਦੇ ਬਸ ਤੇ ਨਹੀਂ ਹੈ ਉਹ ਹੈਲਥੀ ਵੀ ਹੈ ਉਹ ਸਲਿਮ ਵੀ ਹੈ ਹੈਵੀ ਸੀ ਕਾਫੀ ਮੈਂ ਸਲਿਮ ਵੀ ਕਰਨਾ ਹੋ ਬੋਲੀ ਦਿੱਲੀ ਵਾਲੀ ਬੋਲੀ ਉਹਦੀ ਐਨ ਆਲ ਤੇ ਮੈਨੂੰ ਕਿੱਥੇ ਗੱਲ ਪਤਾ ਲੱਗ ਗਈ ਸੀ ਮੈਂ ਕਿ ਹੁਣ ਮੈਂ ਕੀ ਕਰਾਂਗਾ ਯਾਰ ਆਪਣੇ ਆਪ ਚ ਸੋਚ ਰਿਆ ਅੱਗੇ ਕੂ ਪਿੱਛੇ ਖਾਈ अगों भी गया पीछे जाके की करांगा दिल्ली जाके वो रातों रात वो गेम चेंज होगी फिर दो दिन बाद सिर्फ मैं अरदास अरदास नहीं करता सी बस रब ना गल्ला करता सी कि की, की करांगा हूँ रातों रात वो वो दो दिन बाद फिर गेम चेंज होगी गई एवरेज टाइम आया कि भाई वो कहते लैना तो आप ही बंदा होना अच्छा जी मैं कह रहा ना एक मोनोलॉग मैं प्ले किया अरविंद भाजी बहुत अच्छे जो मेरे नाल मैनेज बहुत अच्छे आर्टिस्ट ने उन्होंने मैं एक्टिंग शुरू तो सिखाई ਤੇ এবিসি ਉਹਨਾਂ ਨੇ ਦੱਸੀ ਐਕਟਿੰਗ ਬਾਰੇ ਉਹਨਾਂ ਦਾ ਵੀ ਲੌਂਗ ਸਟਰਗਲ ਆ ਸੋ ਉਹਨਾਂ ਨੇ ਦੋ ਦਿਨ ਚ ਤਿੰਨ ਦਿਨ ਜੇ ਗੇਮ ਚੇਂਜ ਕਰਤੀ ਮੇਰੀ ਮੈਨੂੰ ਉਸ ਦਿਨ ਜਿਹੜਾ ਉਹ ਉਹਨਾਂ ਨੇ ਮੈਨੂੰ ਪਾਠ ਪੜਾਇਆ ਨਾ ਉਹ ਅੱਜ ਤੱਕ ਮੈਂ ਆਪਣੇ ਜੀ ਰੱਖਦਾ ਹਾਂ ਹਜੇ ਵੀ ਉਹ ਸਟੱਡੀ ਕਰਦਾ ਹਾਂ ਪਾ ਜਿਸ ਬਾਬਾ ਜੀ ਤੁਹਾਡੇ ਚ ਮੈਂ ਇੱਕ ਇੱਕ ਘੰਟੇ ਗੱਲ ਕੀਤੀ ਹੈ ਨਾ ਤੁਹਾਡੇ ਨਾਲ ਤੁਸੀਂ ਤੁਹਾਡੇ ਵਿੱਚ ਨਿਕ ਜਨੂਨੀਅਤ ਆ ਇਹ ਜ਼ਿੰਦਗੀ ਮਿਲੀ ਹੈ ਇੱਕ ਕਰਨਾ ਸਾਫ਼ ਤਰੀਕੇ ਨਾਲ ਤੇ ਸ਼ੁਕਰਾਨਾ ਕਰਨਾ ऑफ कोर्स साफ तरीके ਨਾਲ ਕਰੋਗੇ ਤੇ ਲੰਬੇ ਚਲੋਗੇ ਆਈ ਥਿੰਕ ਤੇ ਅਗਰ ਤੁਸੀਂ ਮੰਗ ਮੰਗ ਕੇ ਕੰਮ ਲੱਭੋਗੇ ਨਾ ਕਿ ਮੈਨੂੰ ਦੇ ਦੇ ਕੰਮ ਉਹ ਇੱਕ ਵਾਰੀ ਦੇ ਦੇਗਾ ਦੋ ਵਾਰੀ ਦੇ ਦੇਗਾ ਕੈਪੇਬਲ ਹੀ ਨਹੀਂ ਹੋਗੇ ਤੇ ਕਿੰਨਾ ਕੰਮ ਕਰ ਲੋਗੇ yes ਮੈਂ ਕਹਿੰਦਾ ਮਿਰ ਆਡੀਸ਼ਨ ਲਗੋ ਅਰ ਆਈ ਥਿੰਕ ਪੰਜਾਬ ਚ ਰਿਵਾਰ ਨਹੀਂ ਆ ਆਡੀਸ਼ਨ ਦਾ ਹਾਇਗੇਸ ਚਲਦੇ ਹਨ ਆਡੀਸ਼ਨਸ ਲੇਕਿਨ ਉਹ ਬਹੁਤ ਸੈਕੰਡਰੀ ਕਾਸਟ ਐਂਡ ਆਲ yes yes ਸੋ ਆਡੀਸ਼ਨ ਲਗੋ ਆਡੀਸ਼ਨ ਚ ਤੁਸੀਂ ਫੇਲ ਕਰੋ ਦੈਟਸ ਓਕੇ ਤੁਹਾਨੂੰ ਕੈਰੈਕਟਰ ਬਾਰੇ ਪਤਾ ਲੱਗਦਾ ਸਭ ਕੁਝ ਪਤਾ ਲੱਗਦਾ ਹਾਂ ਵੀ ਕੀ ਡਿਫਰੈਂਟ ਕਰਨਾ ਹੈ ਉਕੀ ਮੰਗਦੇ ਨੇ ਤੇ ਮਿਰਚ ਕੀ ਲੈਕ ਹੋ ਰਿਆ ਉਹ ਸਟਡੀ ਹੁੰਦੀ ਆ ਫਿਰ ਹਮ ਹੈਨਾ ਹਜੇ ਉਹ ਟਾਈਮ ਨਹੀਂ ਆਇਆ ਉਹ ਤੇ ਚਲੋ ਭਾਜੀ ਤੁਸੀਂ ਕਿਹਾ ਵੀ ਮੈਂ ਆਪਣੀ ਸਟੋਰੀ ਕਿਸੇ ਟਾਈਮ ਦਸਾਂਗਾ ਬਈ ਥੋੜਾ ਖੁਦ ਦਾ ਚੈਨਲ ਹੈਗਾ YouTube ਨਹੀਂ ਮੈਂ ਨਹੀਂ ਬਣਾ ਪਾਇਆ YouTube ਚੈਨਲ ਐਦਾ ਲੱਗਦਾ ਕਿ ਯਾਰ ਭਾਜੀ ਉਹ ਤੇ ਕੀ ਕਹਿੰਦੇ ਨੇ ਜਿੰਨਾ ਕਮਾਣਾ ਨਹੀਂ ਉਹਨਾਂ ਖਰਚਾ ਲੱਗ ਜਾਂਦਾ ਹੈ ਐਕਸਪੈਂਸ ਦਾ ਲੱਗਿਆ ਐਕਸਪੈਂਸ ਬਹੁਤ ਆ ਜਾਂਦੇ ਨੇ ਸੋ ਮੈਂ ਬੜੀ ਬੜੀ ਕੋਸ਼ਿਸ਼ ਕੀਤੀ ਹੈ ਪਰ ਮੈਂ ਸੋਚਿਆ ਮੈਂ ਕੀ ਡਿਫਰੈਂਟ ਬਣਾਵਾਂ ਹਮ ਹਮ ਹੈ ਨਾ ਮੈਂ ਕੀ ਡਿਫਰੈਂਟ ਕਰਾਂ ਸਾਰੀ ਦੁਨੀਆ ਤਾਂ ਉਹੀ ਸਾਰੀ ਦੁਨੀਆ ਤਾਂ ਸਭ ਕਰ ਰਹੀ ਹੈ ਮੈਂ ਡਿਫਰੈਂਟ ਕਰ ਨਹੀਂ ਸਕਦਾ ਐ ਵੀ ਟਾਈਮ ਵੇਸਟ ਕਰਾਂਗਾ ਉਸ ਤੇ ਮੈਂ ਜਦੋਂ ਅਰਵਿੰਦ ਭਾਜੀ ਨੂੰ ਕਾਲ ਕੀਤਾ ਮੈਂ ਕਿਹਾ ਯਾਰ ਮੇਰੀ ਕੇਪੀ ਭਾਜੀ ਨਾਲ ਇੱਕ ਮੈਮਰੀ ਹੋਣੀ ਚਾਹੀਦੀ ਹੈ ਜ਼ਿੰਦਗੀ ਚ ਪਤਾ ਨਹੀਂ ਭਾਜੀ ਤੁਸੀਂ ਹੁਣ ਬਿਜ਼ੀ ਹੋ ਜਾਣਾ ਮੈਂ ਆਪਣੇ ਕੰਮ ਚੱਲ ਜਾਣਾ ਸਾਰਿਆਂ ਨੇ ਨਾ ਅੱਜ ਆਪਾਂ ਮਿਲੇ ਆਪਾਂ ਨੂੰ ਯਾਦ ਰਹੂ ਵੀ ਆਪਾਂ ਬੈਠੇ ਸੀ ਹਾਂ ਯਾਰ ਅੱਛੀਆਂ ਗੱਲਾਂ ਹੋਈਆਂ ਪੋਡਕਾਸਟ ਕੀਤਾ ਸੀਗਾ ਇੱਥੇ ਮਿਲੇ ਸੀ ਆ ਲੋਕੈਲਿਟੀ ਸੀ ਠੀਕ ਹੈ ਤਾਂ ਮੈਨੂੰ ਐ ਸੀ ਵੀ ਉਹ ਬਾਈ ਨਾਲ ਮੇਰੀ ਇੱਕ ਮੈਮਰੀ ਹੋਣੀ ਚਾਹੀਦੀ ਹੈ ਠੀਕ ਹੈ ਭਈ ਪਤਾ ਨਹੀਂ ਵਾਈਬ ਜੀ ਆਈ ਦਿੱਲੀੋਂ ਮੈਂ ਗੱਡੀ ਚਲਾ ਕੇ ਆ ਗਿਆ ਭਾਜੀ ਸਹੀ ਗੱਲ ਹੈ ਸੋ ਮੈਂ ਮੈਂ ਤੁਹਾਨੂੰ ਦੇਖਦਾ ਸੀ ਬਟ ਮੈਂ ਸੋਚਿਆ ਇਹਨਾ ਵੱਡਾ ਬੰਦਾ ਯਾਰ ਇਹਨੇ ਵੱਡੇ ਵੱਡੇ ਆਰਟਿਸਟ ਦੇ ਕੰਮ ਕਰ ਰਿਹਾ ਹੈ ਬਿਕੋਜ਼ ਮਿਰਲੀ ਫਸਟ ਟਾਈਮ ਮੈਂ ਨਾ ਭਾਜੀ ਮੈਂ ਪੋਡਕਾਸਟਿੰਗ ਸੀ ਇਸੇ ਬਲੀਵ ਨਹੀਂ ਕਰਦਾ ਸੀ ਬਟ ਮੈਨੂੰ ਕਿੱਥੇ ਅਰਵਿੰਦ ਭਾਜੀ ਉਹ ਨਹੀਂ ਕਹਿੰਦਾ ਸੀ ਯਾਰ ਤੇਨੇ ਪੜਨੇ ਆ ਨਹੀਂ ਤਾਂ ਲੋਕ ਜਾਣਨਗੇ ਕਿ ਕਿਵੇਂ ਮੈਂ ਡਰਦਾ ਹੁੰਦਾ ਸੀ ਆਪਣੀ ਲਾਈਫ ਬਾਰੇ ਦੱਸਣਾ ਗੱਲ ਕਰਨੀ ਪਰ ਮੈਨੂੰ ਲੱਗਦਾ ਜੇ ਟਾਈਮ ਨਹੀਂ ਆਇਆ ਸਹੀ ਤੁਸੀਂ ਹਜੇ ਵੀ ਨਾ ਬੈਡ ਪਾਰਟਸ ਜਾਂ ਜਿਹੜੇ ਤੁਹਾਡੇ ਥੋੜੇ ਜਿ ਤੁਹਾਨੂੰ ਦੁੱਖ ਦਿੰਦੇ ਨੇ ਆ ਸੈਡ ਕਰਦੇ ਨੇ ਉਹ ਤੁਸੀਂ ਖੁੱਲ ਕੇ ਨਹੀਂ ਦੱਸਦੇ ਤਾਂ ਲੱਗੇ ਯਾਰੇ ਮੇਰੇ ਮੂਮੈਂਟਸ ਆ ਮੇਰੇ ਤੱਕ ਹੀ ਰਹਿਣ ਬਈ ਹਜੇ ਨਹੀਂ ਮੇਰੇ ਮੂਮੈਂਟਸ ਨਹੀਂ ਹੈ ਮੇਰੇ ਮੂਮੈਂਟਸ ਤਾਂ ਮੇਰੇ ਨਹੀਂ ਬਟ ਮੈਂ 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 ਕਿਸੇ ਨੂੰ ਸਿੰਪੈਥੀ ਨਹੀਂ ਲੈਣਾ ਚਾਹੁੰਦਾ ਮੈਂ ਦੱਸਣਾ ਚਾਹੁੰਦਾ ਇੱਕ ਛੋਟੀ ਜੀ ਗੱਲ ਮੈਂ ਹੁਣ ਇੱਕ ਇੱਕ ਵੱਡਾ ਇੱਕ ਇੰਟਰਵਿਊ ਹੋਣ ਜਾ ਰਿਹਾ ਤੂ ਤਿੰਨ ਮਹੀਨੇ ਬਾਅਦ ਉਹ ਹਜੇ ਮੈਂ ਉਹਦੇ ਬਾਰੇ ਗੱਲ ਨਹੀਂ ਕਰ ਸਕਦਾ ਲੇਕਿਨ ਉਹ ਇੱਕ ਬਹੁਤ ਵੱਡੀ ਓਪਰਚੁਨਿਟੀ ਹੈ ਬਹੁ ਉਹ ਬਹੁਤ ਵੱਡਾ ਸਟੇਜ ਹੈ ਜਿੱਥੇ ਇਨਵਾਈਟ ਕੀਤਾ ਮੈਨੂੰ ਓਕੇ ਉਹ ਸੋਚ ਤੋ ਵੀ ਪਰੇ ਜੀ ਕਿ ਮੈਨੂੰ ਉੱਥੇ ਬੁਲਾਣਗੇ ਹੈਨਾ ਹਜੂ ਨਾ ਮਾਰੇ ਗੱਲ ਚੱਲ ਰਹੀ ਹੈ ਬਹੁਤ ਵੱਡਾ ਸਟੇਜ ਹੈ ਜਿਹਦੇ ਵਿੱਚ ਮੈਨੂੰ ਮੌਕਾ ਮਿਲਿਆ ਜਾਣ ਦਾ ਆਪਣੇ ਬਾਰੇ ਦੱਸਣ ਦਾ ਤੇ ਮੈਂ ਉਹ ਸਟੱਡੀ ਕਰ ਰਿਹਾ ਸੀ ਹੁਣ ਮੈਂ ਰਿਵਾਈਵ ਕਰ ਰਿਹਾ ਸੀ ਕਿ ਮੈਂ ਕਿਹੜੀ ਕਿਹੜੀ ਗੱਲਾਂ ਕਹਿਣੀ ਹੈ ਤੇ ਉਹ ਚ ਗੱਲ ਆ ਮੈਂ ਮੈਂ ਸਿੰਪੈਥੀ ਨਹੀਂ ਲੈ ਰਿਹਾ ਮੈਂ ਕਹਿ ਰਿਹਾ ਕਿ ਭਈ ਸਿੰਪੈਥੀ ਸੌਰੀ ਮੈਂ ਸਿੰਪੈਥੀ ਨਹੀਂ ਲੈ ਰਿਹਾ ਮੈਂ ਬਸ ਇਹੀ ਕਹਿ ਰਿਹਾ ਕਿ ਭਈ ਪੇਰੈਂਟਸ ਅਸੀਂ ਕਹਿੰਦੇ ਨਾ ਕਿ ਪੈਰੈਂਟਸ ਨੂੰ ਪਿਆਰ ਕਰੋ ਜਿੱਦਾਂ ਦੇ ਵੀ ਨੇ ਯਾਰ ਅੱਜ ਮੈਨੂੰ ਲੋੜ ਐ ਪੈਰੈਂਟਸ ਦੀ ਕਿਵੇਂ ਲੋੜ ਐ ਅੱਜ ਮੇਰੀ ਛੋਟੀ ਬੇਟੀ ਐ ਠੀਕ ਐ ਵਾਈਫ ਇਕੱਲੇ ਸੰਭਾਲਦੀ ਐ ਉਹਨੂੰ ਹੈਨਾ ਕਾਰ 'ਚ ਕੋਈ ਵੱਡਾ ਨਹੀਂ ਹੈਗਾ ਸਾਨੂੰ ਰੋਕਣ ਡੋਕਣ ਵਾਲੇ ਵੀ ਕੋਈ ਨਹੀਂ ਹੈਗਾ ਕਲਤ ਸਹੀ ਫੈਸਲੇ ਸਿਰ ਆਪ ਲੈਣੇ ਆ ਤੇ ਪੈਰੈਂਟਸ ਨਾਲ ਹੁਣ ਬਹੁਤ ਜ਼ਰੂਰੀ ਐ ਤੇ ਜਿੰਨਾ ਦੇ ਹੈ ਉਹਨਾਂ ਨੂੰ ਪਿਆਰ ਕਰੋ ਜਿੱਦਾਂ ਦੇ ਵੀ ਹੈ ਜਿੱਦਾਂ ਦੇ ਪੈਰੈਂਟਸ ਐ ਤੁਹਾਡੇ ਯਾਰ ਪਿਆਰ ਕਰੋ ਥੈਟਸ ਇਟ ਕਿਵੇਂ ਲੱਗਿਆ ਭਾਜੀ ਗੱਲਬਾਤ ਕਰਕੇ ਫਸਟ ਟਾਈਮ ਆਪਾਂ ਗੱਲ ਕਰ ਰਹੇ ਹਾਂ ਯਾਰ ਭਾਜੀ ਮੈਨੂੰ ਨਾ ਹਮੇਸ਼ਾ ਹੀ ਲੱਗਦਾ ਯਾਰ ਇਮੋਸ਼ਨਲ ਹੋ ਰਹੇ ਹੁੰਦਾ ਮੈਂ ਮੈਂ ਕਿਸੇ ਨੂੰ ਦੱਸਣਾ ਨਹੀਂ ਚਾਹੁੰਦਾ ਆਪਣੀ ਗੱਲ ਪਰ ਦੱਸੀ ਜਾਂਦੀ ਹੈ ਵਧੀਆ ਲੱਗਾ ਤੁਹਾਡੇ ਨਾਲ ਆਇਆ ਕਿ ਸੇਮ ਵਾਈਬਸ ਮੈਚ ਹੋ ਰਹੀਆਂ ਹਾਂ ਹਾਂ ਜੀ ਹਾਂ ਯਾਨੀ ਤੁਸੀਂ ਵੀ ਬੜੇ ਨਿਮਾਣੇ ਜੇ ਉਹ ਸਮੂਥ ਸੌਫਟ ਗਾਇਓ ਹਾਂ ਮਤਲਬ ਮੈਨੂੰ ਇਦਾਂ ਕੀ ਸਿੰਪਲ ਹੋਣ ਚੀਜ਼ ਹੈ ਤੁਹਾਡਾ ਸਟੱਡੀ ਕਿੰਨਾ ਸੀ ਤੁਸੀਂ ਬੜੇ ਆਰਾਮ ਨਾਲ ਪੋਲਾਈਟਲੀ ਗੱਲ ਕਰਦੇ ਹੋ ਸਾਨੂੰ ਲੱਗੇ ਤੁਹਾਡੇ ਨਾਲ ਗੱਲ ਕਰਨ ਦਾ ਮਜ਼ਾ ਆਏਗਾ ਕੀ ਬਾਤ ਆ ਭਾਜੀ ਕਦੇ ਵੀ ਮੈਂ ਪੋਡਕਾਸਟ ਕੋਈ ਵੀ ਗੱਲ ਇਹ ਬੈਸਟ ਚੀਜ਼ ਆ ਬਾਜੀ ਆਈ ਡੋਨਟ نو ਮੈਂ ਕਦੇ ਸੁਣਦਾ ਵੀ ਨਹੀਂ ਦੁਬਾਰਾ ਕਿ ਮੈਨੂੰ ਲੱਗਦਾ ਹੈ ਗਲਤ ਬੋਲਦਾ ਯਾਰ ਮੈਂ ਫਲੋ ਫਲੋ ਚ ਬੋਲ ਦਿੱਤਾ ਮੈਂ ਜਿਹਨੇ ਇੰਟਰਵਿਊ ਦਿੱਤੇ ਨੇ ਮੈਂ ਬੱਚਾ ਸੁਣਦਾ ਨਹੀਂ ਅੱਛਾ ਯਾਰ ਅੱਛਾ ਤਾਂ ਮਤਲਬ ਹੋ ਜਾਂਦਾ ਕਈ ਵਾਰ ਹੋ ਜਾਂਦਾ ਮੈਂ ਵੀ ਜਿੰਨੇ ਪੋਡਕਾਸਟ ਕੀਤੇ ਮੈਨੂੰ ਨਹੀਂ ਲੱਗਦਾ ਮੈਂ ਕੋਈ ਬੈ ਕੇ ਸਾਰਾ ਦੇਖਿਆ ਹੋਊਗਾ ਕਿਉਂਕਿ ਮੈਂ ਲਾਈਵ ਮੈਂ ਸਾਰੀਆਂ ਚੀਜ਼ਾਂ ਸੁਣੀਆਂ ਕੀਤੀਆਂ ਤਾਂ ਉਹ ਇੱਕ ਦੋ ਪੋਡਕਾਸਟ ਦੇਖੇ ਤੁਸੀਂ ਤਾਂ ਜਿਹਨੇ ਐਡਿਟ ਵੀ ਕਰਦੇ ਹੋ ਤੁਸੀਂ ਤੁਹਾਨੂੰ ਦੇਖਣੇ ਪੈਂਦੀਆਂ ਚੀਜ਼ਾਂ ਹਾਂ ਮਤਲਬ ਟੀਮ ਕਰ ਦਈਏ ਫਿਰ ਮੈਂ ਇੱਕ ਵਾਰ ਦੇਖ ਲੈਣਾ ਵੀ ਮੈਨੂੰ ਦਿਖਾਓ ਸਾਰਾ ਤੁਸੀਂ ਬੰਦਾ ਯਾਰ ਮੈਂ ਬੜੀ ਇਮੋਸ਼ਨਲ ਚੀਜ਼ਾਂ ਮੈਂ ਬੜੀ ਫਲੋ ਫਲੋ ਚ ਗੱਲਾਂ ਕਹਤੀ ਹਾਂ ਹੁਣ ਯਾਰ ਨਹੀਂ ਮੈਨੂੰ ਦੇਖਣਾ ਭਾਜੀ ਤੁਸੀਂ ਅਪਰ ਮਾਰਕੀਟ ਲੋਕ ਆ ਤੁਹਾਡੀ ਮਤਲਬ ਤੁਸੀਂ ਅਮੀਰ ਦਿਖਦੇ ਹੋ ਮਤਲਬ ਹੋਮ ਕਾ ਹੁੰਦਾ ਹੋਗੇ ਮੈਨੂੰ ਪਤਾ ਨਹੀਂ ਅਮੀਰ ਜਾਂ ਮਿਡਲ ਕਲਾਸ ਗਰੀਬ ਕੀ ਜ਼ਰੂਰਤਾਂ ਪੂਰੀਆਂ ਹੋ ਜਾਣ ਮੈਂ ਉਹਨੂੰ ਅਮੀਰ ਕਰਨਾ ਤਾਂ ਲੇਕਿਨ ਸ਼ਕਲ ਤੋਂ ਤੁਹਾਨੂੰ ਲੱਗਦਾ ਹੋਰ ਜ਼ਿਆਦਾ ਅਮੀਰ ਲੱਗਦੇ ਹੋ ਵੀ ਇਹ ਬੰਦਾ ਜਿੱਦਾਂ ਤੁਸੀਂ ਫਿਲਮ ਚ ਦੇਖਿਓ ਬਈ ਕੋਟ ਪੈਂਟ ਬਲੈਕ ਪਾਇਆ ਮਰਸੀਡੀਜ਼ ਤੋਂ ਨਿਕਲ ਲੈ ਨਾਲ ਦੋ ਯਾਨੀ ਖੋਲ ਲੈਨੇ ਠੀਕ ਆ ਉਦਾਂ ਵਾਲੀ ਫੀਲਿੰਗ ਆ ਤੁਹਾਡੀ ਹਾਂ ਐਵੇਂ ਲੱਗਦਾ ਹੈ ਲੋਕਾਂ ਨੂੰ ਸਾਰੇ ਨੂੰ ਲੱਗਦਾ ਮੈਂ ਬੜਾ ਐਰੋਗੈਂਟ ਬੜੇ ਅਮੀਰ ਘਰ ਦਾ ਵਿਗੜਾ ਮੁੰਡਾ ਹੈਗਾ ਬੜਾ ਐਕਚੁਅਲ ਦੇ ਵਿੱਚ ਉਹ ਤਾਂ ਦਿੱਲੀ ਦੇ ਉਪਰ ਦਿੱਲੀ ਦਾ ਤੇ ਮੇਰੀ ਵਾਈਫ ਜਦੋਂ ਮੇਰੀ ਗਰਲਫ੍ਰੈਂਡ ਸੀ ਨਾ ਪਹਿਲਾਂ ਗਰਲਫ੍ਰੈਂਡ ਸੀ ਉਹ ਵੀ ਐ ਸਮਝ ਕੇ ਮੇਰੇ ਕੋਲ ਆਈ ਕਿ ਸ਼ਾ ਅਮੀਰ ਘਰ ਦਾ ਹੈਗਾ ਮੁੰਡਾ ਸਹੀ ਹੈ ਜਦੋਂ ਨੂੰ ਪਤਾ ਲੱਗਿਆ ਤਾਂ ਕੁਝ ਵੀ ਨਹੀਂ ਦੇਖੋ ਤੇ ਉਹਨੇ ਆ ਕੇ ਹਾ ਮੁੰਡਾ ਹੀ ਮੁੰਡਾ ਬਾਚ ਰਿਹਾ ਹੈ ਪਤਾ ਲੱਗਿਆ ਉਹ ਬੜੀ ਇੰਟਰਸਟਿੰਗ ਸਟੋਰੀ ਹੈ ਇੱਕ ਮੇਰੀ ਬਾਚ ਦਾ ਸਮਾਦਰ ਬੜੇ ਤੇ ਆਫ ਕੈਮਰਾ ਗੱਲ ਕਰਾਂਗੇ ਕੋਈ ਗੱਲ ਨਹੀਂ ਬੜੀ ਇੰਟਰਸਟਿੰਗ ਸਟੋਰੀ ਹੈ ਹੋਈ ਅਜ ਇੱਕ ਸਵਾਲ ਆ ਸਵਾਲ ਆ ਵੀ ਕੁੜੀਆਂ ਦਾ ਸਵਾਲ ਆ ਇਹ ਵੀ ਕੁੜੀਆਂ ਨੂੰ ਥੋੜਾ ਜਿਹਾ ਕਹਿੰਦੇ ਉਤੇ ਡੀਮੋਲਰਾਈਜ਼ ਜਾਂ ਡਿਸਰੈਸਪੈਕਟ ਜਾਂ ਇੱਕ ਪ੍ਰੋਡਕਟ ਹੀ ਸਮਝਾ ਗਿਆ ਵਾ ਮੂਵੀਜ਼ ਵੀ ਕਿਉਂ ਦੈਟਸ ਨਾਟ ਮਾਈ ਵਰਕ ਬਟ ਆਈ ਥਿੰਕ ਜੈਡ ਸਕ੍ਰਿਪਟ ਲਿਖਦੇ ਨਾ ਉਹਨਾਂ ਉੱਤੇ ਹਾਂ ਕਿਉਂਕਿ ਮੈਂ ਨਹੀਂ ਕਹਿ ਸਕਦਾ ਇਸ ਬਾਰੇ ਕੁਝ ਵੀ ਕੁਝ ਕੁਝ ਵੀ ਥੋੜਾ ਜਿਹਾ ਕੁਝ ਵੀ ਆਈ ਥਿੰਕ ਸਕ੍ਰਿਪਟ ਦੀ ਡਿਮਾਂਡ ਸੀ ਉਹ ਕਰੈਕਟਰ ਦੇਖਿਆ ਨੇ ਤੁਸੀਂ ਰਣਬੀਰ ਦਾ ਕਰੈਕਟਰ ਕਿੰਨਾ ਉਹ ਕੁੜੀ ਬਾਰੇ ਨਹੀਂ ਅਗਰ ਮੈਂ ਐਨੀਮਲ ਦੀ ਗੱਲ ਕਰਨਾ ਕੁੜੀ ਨਹੀਂ ਉਹਨਾਂ ਨੇ ਫਾਦਰ ਨੂੰ ਵੀ ਠੀਕ ਹੈ ਨਾ ਉਹ ਨਹੀਂ ਦੇਖਿਆ ਜਦੋਂ ਆਪਣੀ ਪੈਡ ਨੂੰ ਬਚਾ ਰਿਹਾ ਸਕੂਲ ਦੇ ਵਿੱਚ ਹੈ ਨਾ ਉਹ ਵੀ ਚੀਜ਼ਾਂ ਹੈਗੀਆਂ ਸੋ ਉਹ ਕਿ ਕਰੈਕਟਰ ਇੱਕ ਕਰੈਕਟਰ ਦੀ ਗੱਲ ਸੀਗੀ ਉਹ ਉਹ ਕਰੈਕਟਰ ਨਾਲ ਮਾੜਾ ਵੀ ਤੇ ਹੋਇਆ ਐਂਡ 'ਚ ਉਹ ਪਾਪਾ ਨੂੰ ਬਚਾਉਂਦਾ ਰਹਿੰਦਾ ਕਿ ਭਈ ਪੂਰੀ ਜ਼ਿੰਦਗੀ ਆ ਨਾ ਮੈਂ ਪਾਪਾ ਦੀ ਸੇਫਟੀ ਰੱਖਾਂਗਾ ਪਾਪਾ ਦਾ ਕਿਵੇਂ ਹੋਇਆ ਕੈਂਸਰ ਨਿਕਲਿਆ ਕਿਵੇਂ ਬਚਾ ਲੋਗੇ ਤੁਸੀਂ ਜੋ ਰੱਬ ਨੇ ਮੌਤ ਲਿਖੀ ਉਹ ਲਿਖੀ ਹੈ ਐਂਡ ਚ ਕੀ ਹੋਇਆ ਵਾਈਫ ਨਾਲ ਤੂੰ ਇੰਨਾ ਬਦਤਮੀਜ਼ੀ ਕੀਤੀ ਤੇ ਵਾਈਫ ਨਾਲ ਕੀ ਹੋਇਆ ਵਾਈਫ ਛੱਡ ਕੇ ਚਲੀ ਗਈ ਹਾਂ ਹੈਨਾ ਹਾਂ ਜੀ ਉਸ ਪਰਸਪੈਕਟਿਵ ਨਾਲ ਦੇਖੀਏ ਤਾਂ ਕਰਮਾ ਦਿਖਾਇਆ ਵੀ ਤੂੰ ਇਦਾਂ ਕਰੇਗਾ ਤਾਂ ਇਦਾਂ ਹੋਊਗਾ ਉਹਦਾ ਉਹਦਾ ਰਿਜ਼ਲਟ ਅੱਛਾ ਵੀ ਤਾਂ ਨਹੀਂ ਦਿਖਾਇਆ ਅਗਰ ਉਹ ਬੰਦਾ ਇਹੋ ਜਿਹਾ ਸੀਗਾ ਕੈਰੈਕਟਰ ਮੈਨੂੰ ਨਹੀਂ ਲੱਗਦਾ ਨਾਰਮਲ ਲਾਈਫ ਚ ਕੋਈ ਇਡਾ ਵਾਇਲੈਂਸ ਹੋਏਗਾ ਵੀ ਹੈਨਾ ਤੇ ਅਗਰ ਉਹ ਕੈਰੈਕਟਰ ਸੀਗਾ ਉਹਦਾ ਮਾੜਾ ਵੀ ਤੇ ਹੋਇਆ ਹੂੰ ਅੱਛਾ ਤਾਂ ਦਿਖਾਇਆ ਨਹੀਂ ਉਹਦਾ ਨਾਲ ਅੱਛਾ ਹੋਇਆ ਹਾਂ ਜੀ ਹੰਨੇ ਨੇ ਉਹਨੇ ਦੁਸ਼ਮਣੀ ਪਾਲੀ ਆਈ থਿੰਕ ਐਨੀਮਲ ਪਾਰਕ ਚ ਦੁਸ਼ਮਣੀ ਪਾਲੀਆ ਉਹਨੇ ਹਮ ਹਮ ਸੋ ਮੈਕ ਰਿਐਲਿਟੀ ਐਲਸਵਲ ਬੁੱਛਾ ਜੀ ਕਿਉਂਕਿ ਆਪਨੇ ਫਰੈਂਡ ਸਰਕਲ ਚ ਦੇਖੀਤਾ ਯਾਰ ਮੂਵੀ ਅੱਛੀ ਥੀ ਐਕਟਿੰਗ ਸਭ ਬੜੀਆ ਥਾ ਯਾਰ ਲੜਕੀਆਂ ਕੋ ਥੋੜਾ ਨਾ ਨੀਚਾ ਦਿਖਾਇਆ ਗਿਆ ਯਾਰ ਨਹੀਂ ਨਹੀਂ ਭਾਜੀ ਮੈਨੂੰ ਨਹੀਂ ਲੱਗਦਾ ਐ ਦੁਨੀਆ ਦੇ ਵਿੱਚ ਹੁੰਦਾ ਵੀ ਹੋਏਗਾ ਇਹ ਦੁਨੀਆ ਦੀ ਫਿਲਮ ਤੁਸੀਂ ਕਹਿ ਲਓ ਨਹੀਂ ਕਾਲਪਨੀ कैरेक्टर ਨੇ ਕਾਲਪਨੀ ਨਹੀਂ ਮੈਨੂੰ ਤਾਂ ਲੱਗਦਾ ਭਾਜੀ ਬਹੁਤ ਬਹੁਤ ਚੀਜ਼ਾਂ ਹੁੰਦੀਆਂ ਜਿਹੜੀ ਸਾਡੀ ਸੋਚ ਤੋਂ ਪਰੇ ਐ ਸਕ੍ਰਿਪਟ ਦੁਨੀਆ ਤੋਂ ਹੀ ਨਿਕਲਦੀ ਐ ਸਾਡੀ ਆਸ-ਪਾਸ ਦੀ ਸਟੋਰੀ ਤੋਂ ਹੀ ਸਟੋਰੀ ਨਿਕਲਦੀ ਹੈ ਸਮਝ ਗਏ ਨਾ ਇਦਾਂ ਦੇ ਕੈਰੈਕਟਰਸ ਹੁੰਦੇ ਵੀ ਹੋਣਗੇ ਨਾ ਹੁੰਦੇ ਹੋਣਗੇ ਮੈਂ ਤਾਂ ਦੇਖੇ ਮੈਂ ਗੱਲ ਨਹੀਂ ਕਰ ਸਕਦਾ ਮੈਂ ਤਾਂ ਦੇਖੇ ਨੇ ਹੁੰਦੇ ਹੁਣ ਹੁੰਦੇ ਨੇ ਉਹ ਜੁੱਤੀ ਬਰਾਬਰ ਨਹੀਂ ਸਮਝਦੇ ਕੁੜੀਆਂ ਨੂੰ ਕਿੰਨੇ ਕੈਰੈਕਟਰ ਹੈ ਵਾ ਜੇ ਗੰਦੇ ਐਂ ਵਾਇਲੈਂਸ ਨੇ ਲਾਈਫ ਮੈਂ ਇੱਕ ਅਲੱਗ ਹੀ ਸਬਜੈਕਟ ਚੱਲ ਜਾਣਾ ਕਾਫੀ ਹੁਣ ਆਪਾਂ ਦੇਖਦੇ ਆਂ ਵੀ ਲੇਡੀਜ਼ ਨੂੰ ਬਹੁਤ ਪਾਬੰਦੀਆਂ ਹੁੰਦੀਆਂ ਸਾਡੇ ਸਾਡੇ ਗੁਰੂ ਨੇ ਕੀ ਸਿਖਾਇਆ ਕੁੜੀ ਔਰ ਮੁੰਡੇ ਨੂੰ ਇੱਕ ਬਰਾਬਰ ਹੂੰ ਸਿੰਗਨ ਕੋਰ ਦਿੱਤਾ ਇੱਕ ਬਰਾਬਰ ਦਿੱਤਾ ਹੈ ਨਾ ਹੁਣ ਚਮਜਣ ਵਾਲੇ ਸਮਝਣ ਨਹੀਂ ਸਮਝਣਾ ਨਹੀਂ ਸਮਝਦੇ ਪੂਰੀ ਜ਼ਿੰਦਗੀ ਤੂੰ ਇੱਕ ਕਾਲਪਨਿਕ ਇੱਕ ਕਰੈਕਟਰ ਹੈ ਉਹਦਾ ਅੰਤ ਵੀ ਮਾੜਾ ਹੀ ਦਿਖਾਇਆ ਚੰਗਾ ਚੰਗਾ ਅੰਤ ਨਹੀਂ ਦਿਖਾਇਆ ਅਗਰ ਤੁਸੀਂ ਇਹੋ ਜਿਹਾ ਕੰਮ ਕਰੋਗੇ ਤਾਂ ਉਹਦਾ ਮਾੜਾ ਹੀ ਹੋਣਾ ਹੈ ਐਸੇ ਚਲੋ ਤੁਹਾਡੇ ਸਵਾਲ ਸੀ ਤੁਹਾਨੂੰ ਜਵਾਬ ਮਿਲ ਗਿਆ ਹੋਊਗਾ ਕੁੜੀਆਂ ਨੂੰ ਵੀ ਸਾਰਿਆਂ ਨੂੰ ਸੋ ਚਲੋ ਅੱਜ ਦਾ ਪੋਡਕਾਸਟ ਇੱਥੇ ਤੱਕ ਰੱਖਦੇ ਆ ਯਾਰ ਮੈਨੂੰ ਬਹੁਤ ਮਜ਼ਾ ਆਇਆ ਅੱਜ ਦਾ ਪੋਡਕਾਸਟ ਇੰਸਪੀਰੇਸ਼ਨਲ ਯਾਰ ਮੈਂ ਵੀ ਬਹੁਤ ਕੁਝ ਸਿੱਖਿਆ ਵੀਰੇ ਤੋਂ ਬਈ ਕਿਉਂਕਿ ਮੈਂ ਜੋ ਵਿਰਾ ਦਾਸਰੇ ਸੀ ਮੇਰੇ ਵਿਜ਼ੂਅਲ ਚੱਲਦਾ ਸੀ ਵੀ ਇਦਾਂ ਹੋਇਆ ਹੋਣਾ ਅੱਛਾ ਹੈ ਸੀਗਾ ਤੇ ਦੂਜਾ ਸਾਡੇ ਲਈ ਪ੍ਰਾਊਡ ਮੂਮੈਂਟ ਆ ਭਾਜੀ ਬਈ ਉਦਾਂ ਹੀ ਸਾਨੂੰ ਨਾ ਆਪਾਂ ਪੰਜਾਬੀ ਪਤਾ ਕਿਵੇਂ ਕਨੈਕਟਡ ਹੁੰਨੇ ਆ ਸਾਨੂੰ ਇਹ ਲੱਗਦਾ ਸਾਡਾ ਭਰਾ ਵਾ ਬਈ ਤੁਸੀਂ ਮੂਵੀ ਚ ਚਲੇ ਗਏ ਓਏ ਬਾਈ ਚਲਾ ਗਿਆ ਭਾਵੇਂ ਤੁਹਾਨੂੰ ਕੋਈ ਜਾਣਦਾ ਪਰਸਨਲੀ ਨਹੀਂ ਤੁਹਾਡੇ ਨਾਲ ਗੱਲ ਹੁੰਦੀ ਪਰ ਘਰੇ ਬੈਠੇ ਜਿਹੜੇ ਕਨੈਕਟਡ ਨੇ ਉਹਨਾਂ ਨੂੰ ਅਲੱਗਦਾ ਓਏ ਆ ਜਾ ਚੱਲੀਏ ਮੂਵੀ ਦੇਖਣ ਆਪਣੇ ਭਰਾ ਦੀ ਮੂਵੀ ਆਈ ਭਰਾ ਦੀ ਮੂਵੀ ਆ ਇਦਾਂ ਹੀ ਲੱਗਦਾ ਹਾਂ ਪੰਜਾਬੀ ਪੰਜਾਬੀ ਨੂੰ ਜਲਦੀ ਕਨੈਕਟ ਕਰ ਜਾਂਦਾ ਤੇ ਸਾਨੂੰ ਲੱਗਦਾ ਇਹ ਪਿਆਰ ਹੁਣ ਜੇ ਨਫ਼ਰਤ ਦਾ ਨਫ਼ਰਤ ਵੀ ਐਸੀ ਹੁੰਦੀ ਆ ਨਾ ਪੰਜਾਬੀਆਂ ਦਾ ਇਹੀ ਕਹਿੰਦਾ ਮੈਂ ਵੀ ਸਬਸਕ੍ਰਾਈਬਰਸ ਫੈਨਸ ਜਾਂ ਕਿਸੇ ਦੇ ਨਾ ਹੁੰਦੇ ਨੇ ਵੀ ਪਿਆਰ ਆ ਤਾਂ ਬਹੁਤ ਪਿਆਰ ਆ ਜੇ ਨਫ਼ਰਤ ਤਾਂ ਫਿਰ ਚੱਬਗੱਢ ਨਫ਼ਰਤ ਕਹਿੰਦੇ ਆ ਯੈਸ ਤਾਂ ਕੋਈ ਉਹਨਾਂ ਦਾ ਨੇਚਰ ਹੁੰਦਾ ਪੰਜਾਬੀਆਂ ਦਾ ਹਾਂਜੀ ਹਾਂਜੀ ਵੀ ਜਦ ਇੰਨਾ ਪਿਆਰ ਆ ਤਾਂ ਪਿਆਰ ਹੈ ਉਹ ਫਿਲਮ ਚ ਤੇ ਆਈ ਦਿਖਾਇਆ ਪੰਜਾਬੀਆਂ ਦਾ ਬੈਕਗ੍ਰਾਉਂਡ ਕੀ ਦਿਖਾਇਆ ਯੈਸ ਯੈਸ ਸਹੀ ਹੈ ਭਾਵਾਂ ਉਹਨਾਂ ਦੀ ਲੜਾਈ ਸੌ ਲੜਾਈਆਂ ਸੀ ਹਾਂ ਪਰ ਉਹਨਾਂ ਨੇ ਪਿਆਰ ਜਿੱਥੇ ਭਰਾਵਾਂ ਦੀ ਗੱਲ ਆਈ ਉਹ ਖੜੇ ਹੋਏ ਨਾ ਹੂੰ ਆਪਸ ਚ ਲੜਾਈ ਸੀ ਹੂੰ ਤੇ ਲੜਾਈ ਪਤਾ ਲੱਗਿਆ ਕਿ ਵੀ ਚਾਚੇ ਤੇ ਗੱਲ ਆ ਗਈ ਤੇ ਉਹ ਖੜੇ ਹੋਏ ਹੂੰ ਤੇ ਉਹ ਨੇਚਰ ਦਿਖਾਇਆ ਐਗਜ਼ੈਕਟ ਜਿਵੇਂ ਮੂਵੀ ਵੀ ਦੇਖਦੇ ਆ ਨਾ ਆਪਾਂ ਨੂੰ ਇੱਕ ਅੰਦਰੋਂ ਵੀ ਦੇਖਦੇ ਦੇਖਦੇ ਹੀਰੋਈਜ਼ਮ ਜਿਹਾ ਹੁੰਦਾ ਹਾਂ ਵੀ ਆ ਗਏ ਅਸੀਂ ਹੁਣ ਆਜੋ ਇਹ ਲੱਗਦਾ ਵੀ ਅਸੀਂ ਹੀ ਕਰਦੇ ਪਏ ਹਾਂ ਹਾਂ ਮੈਂ ਕਾਫੀ ਜਾਣੇ ਕਰਦੇ ਬਣਿਆ ਕਰੇ ਲਈ ਕੋਈ ਪ੍ਰੋਜੈਕਟ ਆਉਂਦੇ ਨੇ ਨਾ ਇਟਸ ਮੈਂ ਤੇ ਆਈ ਕਿੰਨਾ ਜਸਟ ਅ ਫਿਲਮ ਫਿਲਮ ਨੂੰ ਦੇਖ ਫਿਲਮ ਦਿੱਤਾ ਨੰਦ ਲੋ ਫਿਲਮ ਦੇਖੋ ਐਂਡ ਉਹਨੂੰ ਕਰਜਾ ਕਿ ਕਰੋ ਨਾ ਹੋਰ ਘਰੇ ਪਾਪਾ ਕਹਿਣ

ट्रेलर मूवी का कितना का होना चाहिए एनीमल मूवी वर्गा एक्चुअली मैं तो कहना हाँ एह जी फिल्म एहजी फिल्म तो नहीं कंसैप्ट चंगे कंसैप्ट बन जिस स्टोरी हो सब कुछ हो मसाला भी हो फाइट भी एवरीथिंग एक फिल्म होना चाहिए जो सभी मौके मिलन काम कर ठीक है दिल्ली का भाजी कोई बेस्ट चीज़ दसो दिल्ली की <laughs> वैसे दिल्ली की दो गल फिर आप करते हैं दिल्ली आज ਤੁਸੀਂ ਗੁਰਦਾਉਂ ਚ ਬੈਠੇ ਹੋ ਗੁਰਦਾਉਂ ਚ ਕਿੰਨੀ ਜਗਾ ਕੁੰਬਣ ਵਾਲੀ ਹੈ ਇਹ ਤਾਂ ਮੈਂ ਐਂਟਰ ਕੀਤਾ ਮੈਨੂੰ ਪਹਿਲਾਂ ਲੱਗਿਆ ਵੀ ਥੋੜਾ ਥੋੜਾ ਦੁਬਾਈ ਸ਼ੁਰੂ ਹੋ ਗਿਆ ਇੱਕ ਇੱਕ ਗੱਲ ਇੱਕ ਇੱਕ ਗੱਲ ਕਾਮਨ ਬੜੀ ਚੰਗੀ ਹੈ ਪਤਾ ਯਾਰ ਗੁਰਦਾਉਂ ਕੋ ਦੇਖ ਕੇ ਲੱਗ ਹੀ ਨਹੀਂ ਰਿਹਾ ਕਿ ਅਸੀਂ ਇੰਡੀਆ ਮੇ ਹੈ ਇੰਡੀਆ ਦੇਖ ਕੇ ਲੱਗ ਹੀ ਨਹੀਂ ਰਿਹਾ ਕਿ ਇੰਡੀਆ ਮੇ ਹੈ ਗੁਰਦਾਉਂ ਵਾਲੇ ਦਿੱਲੀ ਵਾਲੇ ਨੂੰ ਛੇੜਦੇ ਹਾਂ ਬਈ ਕਦੀ ਆ ਕੇ ਦੇਖੋ ਆ ਕੇ ਦੇਖੋ ਸਾਹ ਸਾਹੀ ਹੈ ਇਹ ਦੇਖੋ acha environment ਹੈ ਤੁਸੀਂ ਕਮਸਕ ਦੇ ਆਸਪਾਸ ਸਾਈਬਰ ਸਿਟੀ ਇਜ਼ ਗੁੱਡ देयर ਐਂਡ ਇਨਵੈਂਸ਼ਨ ਹੈ ਦਿੱਲੀ ਦੇ ਛੋਲੇਪਟੂ ਦੇ ਛੋਲੇ ਬਟੂਰੇ ਇਨਵੈਂਸ਼ਨ ਹੈ ਦਿੱਲੀ ਦੀ ਅਸੀਂ ਯਾ ਸਵੇਰੇ ਛੋਲੇ ਬਟੂਰੇ ਖਾਦੇ ਆ ਤੇ ਆ ਗਏ ਅੱਛਾ ਆ ਕੇ ਆਰਡਰ ਹੀ ਛੋਲੇ ਬਟੂਰੇ ਕੀਤਾ ਸੀ ਮੈਂ ਕਿਹਾ ਅੱਜ ਹੈਵੀ ਖਾਣਾ ਤੇ ਮੇਰੇ ਵਾਲੇ ਪਾਸੇ ਰਜੋਰੀ ਗਾਰਡਨ ਸਾਡਾ ਹੱਬ ਹੈ ਫੂਡ ਦਾ ਰਜੋਰੀ ਗਾਰਡਨ ਹੱਬ ਹੈ ਪੂਰਾ ਫੂਡ ਦਾ ਪੂਰਾ ਏਰੀਆ ਕਿੱਥੇ ਤੁਸੀਂ ਕਹੋ ਕਿ ਕਿੱਥੇ ਪੰਜਾਬੀਆ ਦਾ ਮਿਲਦਾ ਰਜੋਰੀ ਤੋਂ ਸ਼ੁਰੂ ਹੋ ਜਾਂਦਾ ਹੁਣ ਮੈਂ ਦਿੱਲੀ ਰਹੂੰਗਾ ਮਤਲਬ ਆਉਂਦਾ ਜਾਂਦਾ ਰਹੂੰਗਾ ਹੁਣ ਤਾਂ ਚਲੋ ਨਿਊ ਇਅਰ ਹੈ ਫੈਮਿਲੀ ਨਾਲ ਕਦੇ ਵੀ ਆਏ ਤੁਹਾਨੂੰ ਟਾਈਮ ਮਿਲੇ ਕਾਲ ਕਰਦੇ ਹੋ ਮੈਂ ਵੀ ਇੱਥੇ ਹੋਇਆ ਤੇ ਵੀ ਵਿਲ ਜ਼ਰੂਰ ਡੈਫੀਨਟਲੀ ਅਸੀਂ اگر ਤੁਸੀਂ ਖਾਂਡ ਦੇ ਸ਼ੁਕੀਨ ਹੋ ڈیਫੀਨਿਟਲੀ ਜ਼ਰੂਰ ਭਾਜੀ ਖਾਂ ਦੇ ਪੰਜਾਬੀ ਦਾ ਖਾਂ ਦੇ ਸ਼ੁਕੀਨ ਹੁੰਦੇ ਆ ਤਾਂ کنٹرول ਕਰਨਾ ਪੈਂਦਾ ਬਸ ਹਾਂ ਸਾਨੂੰ ਕੰਟਰੋਲ ਮੇਰੇ ਜੁਬਾੜੇ ਥੱਕ ਗਏ ਆ ਬਸ ਮੈਂ ਹੋਰ ਐਸਐਸ ਨਹੀਂ ਕਰ ਸਕਦਾ ਮੇਰਾ ਪੇਟ ਭਰ ਰਿਹਾ ਬਸ ਮੈਂ ਨਹੀਂ ਖਾ ਸਕਦਾ ਖਾ ਖਾ ਕੇ ਥੱਕ ਗਿਆ ਕਹਿੰਦਾ ਬਸ ਰੱਜ ਤਾਂ ਨਹੀਂ ਹੋਣਾ ਤੋ ਯਾਰ ਬਹੁਤ ਮਜ਼ਾ ਆਇਆ ਵੀਰੇ ਨਾਲ ਤੇ ਫਸਟ ਟਾਈਮ ਮਿਲੇ ਸੀ ਲੇਕਿਨ ਲੱਗਿਆ ਹੀ ਨਹੀਂ ਵੀ ਪਹਿਲੀ ਵਾਰ ਗੱਲ ਕਰ ਰਹੇ ਆ ਬੜੀ ਨੈਚਰਲ ਜੀ ਗੱਲ ਕੀਤੀ ਵੀ ਦੋ ਭਰਾ ਬੈਠੇ ਆ ਗੱਲਾਂ ਕਰ ਰਹੇ ਆ ਬਸ ਵੀ ਕੀ ਐਕਸਪੀਰੀਅੰਸ ਰਿਹਾ ਤਾਂ ਜੋ ਮੈਂ ਫੀਲ ਕੀਤਾ ਇੱਥੇ ਟੀਮ ਹੈਗੀ ਆ ਸਾਰਿਆਂ ਨੇ ਫੀਲ ਕੀਤਾ ਆਈ ਹੋਪ ਤੁਸੀਂ ਵੀ ਘਰੇ ਦੇਖ ਰਹੇ ਹੋ ਕੋਈ ਟੀਵੀ ਤੇ ਦੇਖ ਰਿਆ ਅੱਛਾ ਵੀਰੇ ਸਪੋਟੀਫਾਈ ਤੇ ਵੀ ਹੁੰਦਾ ਇਹ ਆਡੀਓ ਵਰਜ਼ਨ ਆਪਣੇ ਅਮਰੀਕਾ ਕੈਨੇਡਾ ਦੇ ਵੀਰ ਭੈਣ ਭਰਾ ਹੈਗੇ ਟਰੱਕ ਡਰਾਈਵਰ ਹੈਗੇ ਨੇ ਉਹ ਸੁਣਦੇ ਨੇ ਬਾਕੀ ਆਈ ਐਮ ਵੈਰੀ ਸੌਰੀ ਕਿ ਅਗਰ ਮੇਰੇ ਤੋਂ ਕੁਝ ਗਲਤ ਨਿਕਲ ਗਿਆ ਮੂੰਹ ਤੋਂ ਹੈਨਾ ਸੋ ਮੈਂ ਜਸ ਆਪਣੇ ਦਿਲ ਦੀ ਗੱਲ ਕੀਤੀ ਤੁਹਾਡੇ ਨਾਲ ਐਂਡ ਕਰਨ ਕਰਨੋਜਲਾ ਭਾਜੀ ਕਰਨੋਜਲਾ ਭਾਜੀ ਅਮਨ ਭਾਜੀ ਨਾਲ ਵੀ ਲਿਟਰਲੀ ਪ੍ਰਾਮੋਵਲੀ ਕਲਸੀ ਦੇ ਜੀ ਜੀ ਚਲੋ ਗਾਇਜ਼ ਮੈਂ ਲੈਣਾ ਤੁਹਾਡ ਤੋਂ ਇਜਾਜ਼ਤ ਤੇ ਮਿਲਦਾ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਕੈਦਾ ਫਿਰ